ਪ੍ਰਭ ਦਾਤ ਦਾਤਾਰ ਪਰਿਓ ਜਾ ਚੁਕੇ ਕਤਰਨਾਮ ਮਿੜੇ ਦਾਨ ਸੰਤਰੇਣ ਜੇ ਲਗ ਪਵਜਲ ਤਰਨਾ ਉਹ ਕਿਰਪਾਲ ਸੁਆਮੀ ਮੇਰੇ ਮੇਰੀ ਸੰਤਾਂ ਸੰਗ ਬਿਹਾਵੇ ਦੁੱਧੋਂ ਭੁੱਲੇ ਸੇ ਜੰਮ ਜੰਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਨਾਸਨ ਸੋਏ ਜੁਗੋ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਵਿੱਤਰ ਚਰਨਾਂ ਵਿੱਚ ਮਹਾਨ ਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਕਰਕੇ ਪਵਿੱਤਰ ਧਰਤੀ 'ਤੇ ਮਹਾਨ ਪੁਰਸ਼ਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਇਕੱਤਰ ਹੋਈ ਸਾਧ ਸੰਗਤ ਰਸਨਾ ਪਵਿੱਤਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਲਯੁੱਗ ਦੇ ਅਵਤਾਰ ਜਿਨ੍ਹਾਂ ਨੂੰ ਕਲਯੁੱਗ ਦੀ ਵਡਿਆਈ ਨਿਰੰਕਾਰ ਜੀ ਨੇ ਬਖਸ਼ੀ ਹੈ ਪਿਛਲਿਆਂ ਯੁੱਗਾਂ ਦੇ ਅਵਤਾਰ ਵੀ ਆਪਣੀਆਂ ਆਪਣੀਆਂ ਡਿਊਟੀਆਂ ਲੈ ਕੇ ਆਏ ਸਨ ਜਿਨ੍ਹਾਂ ਦਾ ਜ਼ਿਕਰ ਭੱਟਾਂ ਨੇ ਆਪਣੀ ਪਵਿੱਤਰ ਬਾਣੀ ਵਿੱਚ ਕੀਤਾ ਹੈ ਸਤਿਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈਂ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ ਕਲਯੁਗ ਦੇ ਅਵਤਾਰ ਕਲਯੁਗ ਦੇ ਰਹਿਬਰ ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਹਰੇਕ ਯੁੱਗ ਵਿੱਚ ਭਗਤਾਂ ਨੂੰ ਪੈਦਾ ਕੀਤਾ ਹੈ ਔਰ ਭਗਤਾਂ ਦੀ ਪੈਜ ਰੱਖਣ ਵਾਸਤੇ ਨਿਰੰਕਾਰ ਜੀ ਆਪ ਜਿੱਥੇ ਵੀ ਭਗਤਾਂ ਨੂੰ ਲੋੜ ਪਈ ਨਿਰੰਕਾਰ ਜੀ ਉੱਥੇ ਆਪ ਪਹੁੰਚੇ ਨੇ ਉਹਨਾਂ ਦੀ ਪੈਜ ਰੱਖੀ ਹੈ ਕਲਯੁੱਗ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਂਝੇ ਰਹਿਬਰ ਦੁਨੀਆਂ ਦੇ ਆਏ ਨੇ ਹਿੰਦੂ ਮੁਸਲਮਾਨਾਂ ਦੇ ਸਾਂਝੇ ਗੁਰੂ ਸਾਰੀ ਸ੍ਰਿਸ਼ਟੀ ਨੂੰ ਸਾਂਝਾ ਗਿਆਨ ਦੇਣ ਵਾਸਤੇ ਬ੍ਰਾਹਮਣ ਖੱਤਰੀ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਔਰ ਸਾਂਝਾ ਉਪਦੇਸ਼ ਬਖਸ਼ਿਆ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਉਪਦੇਸ਼ ਨੂੰ ਕਮਾਇਆ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਉਹਨਾਂ ਨੂੰ ਸੱਚਖੰਡ ਵਿੱਚ ਜਗ੍ਹਾ ਮਿਲੀ ਔਰ ਦੁਨੀਆਂ ਦੇ ਤਾਰਕ ਵੀ ਬਣੇ ਦੁਨੀਆਂ ਨੂੰ ਤਾਰਨ ਵਾਲੇ ਵੀ ਉਹਨਾਂ ਨੂੰ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਇੱਕ ਚੁੰਬਕ ਦੇ ਨਾਲ ਲੋਹਾ ਕਸਾ ਦਈਏ ਕਸਾਉਂਦਿਆਂ ਕਸਾਉਂਦਿਆਂ ਲੋਹੇ ਵਿੱਚ ਵੀ ਤਾਕਤ ਚੁੰਬਕ ਵਾਲੀ ਪੈਦਾ ਹੋ ਜਾਂਦੀ ਹੈ ਉਹ ਵੀ ਲੋਹੇ ਨੂੰ ਚੱਕਣ ਦੇ ਸਮਰੱਥ ਹੋ ਜਾਂਦਾ ਹੈ ਚੰਦਨ ਦੇ ਨੇੜੇ ਭਾਵੇਂ ਜਿਤਨੇ ਵੀ ਮਰਜ਼ੀ ਦਰਖਤ ਹੋਣ ਉਹਨਾਂ ਦਰਖਤਾਂ ਵਿੱਚ ਚੰਦਨ ਦੀ ਸੁਗੰਧੀ ਆ ਜਾਂਦੀ ਹੈ ਭਾਵੇਂ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਦੁਰਗੰਧੀ ਵੀ ਆਉਂਦੀ ਹੋਵੇ ਉਹਨਾਂ ਉੱਤੇ ਚੰਦਨ ਦਾ ਅਸਰ ਹੁੰਦਾ ਹੈ ਚੰਦਨ ਦੇ ਅਸਰ ਦੇ ਨਾਲ ਹੀ ਉਹਨਾਂ ਵਿੱਚੋਂ ਵੀ ਵੈਸੀ ਸੁਗੰਧੀ ਆਉਂਦੀ ਹੈ ਜੈਸੀ ਚੰਦਨ ਦੇ ਵਿੱਚੋਂ ਆਉਂਦੀ ਹੈ ਭਾਵੇਂ ਉਹਨਾਂ ਨੂੰ ਕੋਈ ਮਿਹਨਤ ਨਹੀਂ ਕਰਨੀ ਪਈ ਅਤੇ ਚੰਦਨ ਦੀ ਖੁਸ਼ਬੋ ਦੇ ਨਾਲ ਹੀ ਉਹਨਾਂ ਦੀ ਕੀਮਤ ਵੱਧ ਗਈ ਹੈ ਕੇਵਲ ਅਤੇ ਕੇਵਲ ਨੇੜੇ ਰਹਿਣ ਦੇ ਨਾਲ ਹੀ ਪਾਰਸ ਦੇ ਨਾਲ ਲੋਹਾ ਲੱਗ ਜਾਂਦਾ ਹੈ ਜਿਹੜਾ ਕੁਮੰਡਲਾਂ ਦੇ ਹਿਸਾਬ ਲੋਹਾ ਵਿਕਦਾ ਹੈ ਉਸ ਲੋਹੇ ਦੀ ਕੀਮਤ ਵੱਧ ਜਾਂਦੀ ਹੈ ਤੋਲਿਆਂ ਦੇ ਭਾਅ ਤਕੜੀਆਂ 'ਤੇ ਤੜਕੇ ਹਜ਼ਾਰਾਂ ਦੇ ਭਾਅ ਤੋਲਿਆਂ ਦੇ ਹਿਸਾਬ ਵਿਕਦਾ ਹੈ ਇਸੇ ਤਰ੍ਹਾਂ ਨਿਰੰਕਾਰ ਨਾਲ ਜੁੜੀਆਂ ਹੋਈਆਂ ਆਤਮਾ ਪਰਮੇਸ਼ੁਰ ਨਾਲ ਜੁੜੀਆਂ ਹੋਈਆਂ ਆਤਮਾ ਜਿਹੜੇ ਪੁਰਖ ਉਹਨਾਂ ਦੇ ਨੇੜੇ ਰਹਿੰਦੇ ਨੇ ਉਹਨਾਂ ਵਿੱਚ ਵੀ ਉਹਨਾਂ ਦੀ ਕੋਈ ਨਾ ਕੋਈ ਥੋੜ੍ਹੇ ਬਹੁਤੇ ਗੁਣ ਪ੍ਰਵੇਸ਼ ਕਰ ਜਾਂਦੇ ਹਨ
ਸਾਰਿਆਂ ਦਰੱਖਤਾਂ ਵਿੱਚ ਖੁਸ਼ਬੂ ਸਮਾ ਜਾਂਦੀ ਹੈ, ਉਹਨਾਂ ਦੀ ਕੀਮਤ ਵੱਧ ਜਾਂਦੀ। ਇੱਕੋ ਹੀ ਦਰੱਖਤ ਹੈ ਬਾਂਸ, ਉਹਦੇ ਵਿੱਚ ਖੁਸ਼ਬੂ ਆਪਣਾ ਅਸਰ ਨਹੀਂ ਕਰਦੀ, ਜੈਸਾ ਭਾਵੇਂ ਚੰਦਨ ਦੇ ਨਾਲ ਜੜ ਦੇ ਜੜ ਵਿੱਚ ਵੀ ਤਾਂ ਚੰਦਨ ਦੇ ਨਾਲ ਜੜ ਵਿੱਚ ਹੀ ਜੜ ਬਾਂਸ ਦੀ ਹੋਵੇ ਤਾਂ ਵੀ ਵੈਸੀ ਸੁਗੰਧੀ ਉਹ ਪ੍ਰਾਪਤ ਨਹੀਂ ਕਰਦਾ। ਕਾਰਨ ਹੈ ਬਾਂਸ ਦੇ ਵਿੱਚ ਕੁਛ ਕਮੀਆਂ ਨੇ, ਉਹ ਕਮੀਆਂ ਕਾਰਨ ਉਸ ਬਖਸ਼ਿਸ਼ ਤੋਂ ਵਾਂਝਾ ਰਹਿ ਜਾਂਦਾ ਹੈ। ਕਬੀਰ ਸਤਿਗੁਰ ਪੂਰਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੀ ਜੋ ਬਾਂਸ ਵਜਾਈਏ ਫੂਕ। ਕੁਛ ਔਗਣਾਂ ਕਾਰਨ ਬਾਂਸ ਵਿੱਚ ਸੁਗੰਧੀ ਨਹੀਂ ਆਈ। ਵੈਸੇ ਹੀ ਬਹੁਤ ਸਾਰੇ ਐਸੇ ਸਿੱਖ ਰਹਿ ਜਾਂਦੇ ਹਨ ਜਿਨ੍ਹਾਂ ਵਿੱਚ ਕਮੀਆਂ ਕਾਰਨ ਗੁਰੂ ਦੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਦੇ। ਜਿਹੜੇ ਸਿੱਖ ਰਹਿ ਜਾਂਦੇ ਹਨ ਯੁੱਗਾਂ ਵਿੱਚ, ਪਿਛਲੀਆਂ ਯੁੱਗਾਂ ਵਿੱਚ ਅਵਤਾਰਾਂ ਤੋਂ, ਪੀਰ ਪੈਗੰਬਰਾਂ ਤੋਂ, ਉਹ ਸਮੇਂ ਸਮੇਂ ਅਨੁਸਾਰ ਯੁੱਗਾਂ ਦੀ ਤਬਦੀਲੀ ਮੁਤਾਬਕ ਉਹਨਾਂ ਯੁੱਗਾਂ ਵਿੱਚ ਉਹਨਾਂ ਦਾ ਪਾਰ ਅਵਤਾਰਾ ਮੁੜ ਕੇ ਫਿਰ ਅਵਤਾਰ ਆਉਂਦੇ ਆ, ਉਹਨਾਂ ਦੀ ਡਿਊਟੀਆਂ ਲੱਗਦੀਆਂ ਨੇ। ਜਿਹੜੇ ਪਿਛਲੀਆਂ ਯੁੱਗਾਂ ਵਿੱਚ ਰਹਿ ਗਏ ਸਨ ਉਹਨਾਂ ਨੂੰ ਉਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਅਵਤਾਰ ਆਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਹੋਇਆ, ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਲਿਖਿਆ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਗਟ ਹੋਣ ਦਾ ਜ਼ਿਕਰ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦਾ ਸੰਸਾਰ ਵਿੱਚ ਪ੍ਰਕਾਸ਼ ਹੋਇਆ ਹੈ, ਪ੍ਰਗਟੇ ਤਾਂ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਧਰੋਆ। ਉਸ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਦੇ ਵਿੱਚੋਂ ਦਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਤਕਰੀਬਨ 239 ਸਾਲ ਦਾ ਸਮਾਂ ਲੱਗਦਾ ਹੈ। ਉਹ ਸਮੇਂ ਦੇ ਅੰਦਰ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ, ਗੁਰਮੁਖਾਂ ਨੇ ਗੁਰੂ ਸਾਹਿਬਾਂ ਦੀ ਸੇਵਾ ਕੀਤੀ, ਗੁਰੂ ਸਾਹਿਬਾਂ ਦੇ ਵਚਨ ਨੂੰ ਮੰਨਿਆ, ਉਹ ਗੁਰਸਿੱਖ ਸੰਸਾਰ ਦੇ ਭਾਵ ਸਾਗਰ ਨੂੰ ਆਪ ਤਾਂ ਤਰੇ, ਸੰਸਾਰ ਨੂੰ ਤਾਰਨ ਦੇ ਸਮਰੱਥ ਹੋਏ। ਔਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ ਸਿੱਖ ਦੀ ਸੰਪੂਰਨਤਾਈ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂਆਤ ਕੀਤੀ ਸੀ ਸਿੱਖ ਦੀ, ਉਹਦੇ ਵਿੱਚ ਗੁਣ ਭਰਦੇ ਭਰਦੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ 'ਤੇ ਆਖਰੀ ਪੇਪਰ ਸਿੱਖ ਦਾ, ਖਾਲਸੇ ਦਾ ਪਿਆ। ਉਸ ਆਖਰੀ ਪੇਪਰ ਦੇ ਵਿੱਚ ਜਿਹੜੇ ਗੁਰਸਿੱਖ ਪਾਸ ਹੋਏ ਉਹਨਾਂ ਗੁਰਸਿੱਖਾਂ ਤੋਂ ਅੱਗੇ ਸੰਪਰਦਾਵਾਂ ਚੱਲੀਆਂ। ਉਹ ਸੰਪਰਦਾ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਵਿੱਚੋਂ, ਜਿਨ੍ਹਾਂ ਦਾ ਅੱਜ ਦਿਨ ਦਿਹਾੜਾ ਮਨਾਉਣ ਆਏ ਹੋ, ਭਾਈ ਦਇਆ ਸਿੰਘ ਜੀ ਤੋਂ 10ਵੀਂ ਜਗ੍ਹਾ 'ਤੇ ਇਹਨਾਂ ਦਾ ਜ਼ਿਕਰ ਆਉਂਦਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਪਹਿਲੇ ਬਹੁਤ ਸਾਰੇ ਗੁਰਮੁਖਾਂ ਦੀਆਂ ਡਿਊਟੀਆਂ ਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਗ੍ਹਾ ਜਗ੍ਹਾ 'ਤੇ ਤੋੜ ਦਿੱਤੇ ਸਨ। ਉਹਨਾਂ ਵਿੱਚੋਂ, ਉਹਨਾਂ ਗੁਰਮੁਖਾਂ ਵਿੱਚੋਂ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ, ਉਹਨਾਂ ਵਿੱਚੋਂ ਇੱਕ ਗੁਰਸਿੱਖ ਦੁਆਬੇ ਦੇ ਰਹਿਣ ਵਾਲਾ ਬਾਬਾ ਕੁੰਮਾ ਸਿੰਘ, ਜਿਨ੍ਹਾਂ ਦਾ ਨਾਮ 'ਤੇ ਕੁੰਮਾ ਸੀ, ਪਿਛਲਿਆਂ ਸਮਿਆਂ ਦੇ ਅੰਦਰ ਐਸੇ ਹੀ ਨਾਮ ਸਨ, ਦੋ ਦੋ ਅੱਖਰਾਂ ਦੇ ਜਾਂ ਤਿੰਨ ਤਿੰਨ ਅੱਖਰਾਂ ਦੇ ਨਾਮ ਸਨ, ਪਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਆ ਕੇ ਉਹਨਾਂ ਦਾ ਨਾਮ ਕੁੰਮਾ ਸਿੰਘ ਬਣਿਆ। ਉਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੁੰਮਾ ਸਿੰਘ ਨੂੰ ਹੁਕਮ ਕੀਤਾ, ਭਾਈ ਤੇਰੀ ਸੇਵਾ ਗੁਰੂ ਨਾਨਕ ਦੇ ਦਰ 'ਤੇ ਪ੍ਰਵਾਨ ਹੋਈ ਹੈ, ਸਤਿਗੁਰੂ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹੋਮੇ ਵਿੱਚੋਂ ਜਾਏ। ਸੇਵਾ ਕਰਨ ਦੇ ਨਾਲ ਹੋਮੇ ਵਿੱਚੋਂ ਮਨੁੱਖ ਦੀ ਨਿਕਲ ਜਾਂਦੀ ਹੈ, ਮਨ 'ਚ ਫਲ ਪ੍ਰਾਪਤ ਮਨੁੱਖ ਕਰਦਾ ਹੈ। ਉਹ ਸੇਵਾ ਗੁਰੂ ਨਾਨਕ ਦੇ ਦਰ ਪ੍ਰਵਾਨ ਹੋਈ ਅਤੇ ਉਹ ਸੇਵਾ ਪ੍ਰਵਾਨ ਹੋਣ ਤੋਂ ਬਾਅਦ ਬਾਬਾ ਕੁੰਮਾ ਸਿੰਘ ਜੀ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਹੁਕਮ ਕੀਤਾ, ਭਾਈ ਗੁਰਮੁਖਾ, ਤੂੰ ਆਪਣੇ ਨਾਮ 'ਤੇ ਜਾ ਕੇ ਨਗਰ ਵਸਾ ਲੈ, ਉਸ ਨਗਰ 'ਤੇ ਨਗਰ ਵਸਾ ਕੇ ਉਹ ਦੁਨੀਆਂ ਦਾ ਭਲਾ ਕਰ, ਕਿਉਂਕਿ ਜਿਹੜੇ ਜਿਹੜੇ ਜੀ ਭੁੱਲੇ ਹੁੰਦੇ ਹਨ ਉਹਨਾਂ ਨੂੰ ਭੁੱਲਿਆਂ ਨੂੰ ਸਮਝਾਉਣ ਵਾਸਤੇ ਇਹਨਾਂ ਮਹਾਂਪੁਰਖਾਂ ਦੀ ਡਿਊਟੀ, ਭਗਤਾਂ ਦੀ ਡਿਊਟੀ ਲੱਗਦੀ ਹੈ। ਜੰਗਲ ਦੇ ਵਿੱਚ ਅਨੇਕਾਂ ਪਗਡੰਡੀਆਂ ਹੁੰਦੀਆਂ ਨੇ, ਉਹਨਾਂ ਪਗਡੰਡੀਆਂ ਦੇ ਵਿੱਚ ਮਨੁੱਖ ਕਈ ਵਾਰੀ ਗਲਤ ਰਸਤੇ ਨੂੰ ਅਖਤਿਆਰ ਕਰ ਲੈਂਦਾ ਅਤੇ ਕਈ ਵਾਰੀ ਵਾਟ ਐਵੇਂ ਹੀ ਚਲੇ ਜਾਂਦੀ ਹੈ, ਅਤੇ ਉਹਦੀ ਕੀਤੀ ਹੋਈ ਵਾਟ ਚੱਲਦਾ ਤਾਂ ਉਹ ਵੀ ਹੈ ਅਤੇ ਚੱਲਦੇ ਸਹੀ ਰਸਤੇ ਵਾਲੇ ਵੀ ਨੇ, ਦਾ ਵਾਟ ਤਾਂ ਦੋਹਾਂ ਦੀ ਚੱਲਦੀ ਹੈ, ਪਰ ਜਿਹੜਾ ਗਲਤ ਰਸਤੇ ਪੈ ਜਾਂਦਾ ਉਹ ਫਿਰ ਆਪਣੀ ਮੰਜ਼ਿਲ ਨੂੰ ਤੈਅ ਨਹੀਂ ਕਰ ਸਕਦਾ। ਇਸ ਕਰਕੇ ਜਿਹੜੇ ਗੁਰਮੁਖ
ਉਸ ਜੰਗਲ ਦੀ ਨਿਆਈ ਰਸਤੇ ਵਿੱਚੋਂ ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗਮਲ ਜੋਤ ਪ੍ਰਗਟਾਵੇ। ਜੰਗਲ ਦੇ ਵਿੱਚ ਰਸਤਾ ਪ੍ਰਾਪਤ ਕਿਸੇ ਭੁੱਲੇ ਹੋਏ ਪੁਰਖ ਨੂੰ ਰਸਤਾ ਮਿਲ ਜਾਵੇ, ਇਸ ਤਰ੍ਹਾਂ ਸਾਧੂ ਦੀ ਸੰਗਤ ਦੇ ਨਾਲ ਅੰਦਰ ਦੀ ਜੋਤ ਜਿਹੜੀ ਅੰਤਸ ਕਰਨ ਦੀ ਮੈਲ ਕਾਰਨ ਉਹ ਜੋਤ ਦਿਸਦੀ ਨਹੀਂ ਹੈ, ਉਹ ਜੋਤ ਨੂੰ ਪ੍ਰਕਾਸ਼ ਕਰਨ ਵਾਸਤੇ ਅੰਤਸ ਕਰਨ ਦੀ ਮੈਲ ਲਾਉਣ ਵਾਸਤੇ ਜਦੋਂ ਮੈਲ ਲੈ ਜਾਂਦੀ ਹੈ ਉਹਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ। ਅਵਤਾਰਾਂ ਦੇ ਮਹਾਂਪੁਰਖਾਂ ਦੇ ਪਿੱਛੇ ਸਿਰ ਦੇ ਪਿੱਛੇ ਇੱਕ ਗੋਲ ਚੱਕਰ ਪ੍ਰਕਾਸ਼ ਦਾ ਹੁੰਦਾ ਹੈ, ਉਸ ਦਾ ਕਾਰਨ ਹੀ ਇਹੀ ਹੈ ਕਿ ਇਹਨਾਂ ਮਹਾਂਪੁਰਸ਼ਾਂ ਦੀ ਜੋਤ ਪ੍ਰਕਾਸ਼ ਹੋ ਚੁੱਕੀ ਹੈ। ਜਦੋਂ ਕੋਈ ਦੀਵਾ ਪ੍ਰਕਾਸ਼ਵਾਨ ਹੋ ਜਾਂਦਾ, ਹਨੇਰੇ ਦੇ ਅੰਦਰ ਹਰੇਕ ਵਸਤੂ ਪਈ ਦਿਸਦੀ ਹੈ, ਦੂਸਰਿਆਂ ਦੀਵਿਆਂ ਦੇ ਔਗਣ ਵੀ ਉਸ ਪ੍ਰਕਾਸ਼ਵਾਨ ਦੀਵੇ ਦੀ ਲੋਹ ਦੇ ਵਿੱਚ ਦਿਸਣ ਲੱਗ ਜਾਂਦੇ ਹੈ। ਅਤੇ ਉਸ ਵੇਲੇ ਬਾਬਾ ਕੋਮਾ ਸਿੰਘ ਜੀ ਨੂੰ ਕਿਹਾ, ਭਾਈ ਤੂੰ ਆਪਣੇ ਨਾਮ 'ਤੇ ਨਗਰ ਵਸਾ ਲੈ। ਅਤੇ ਬਾਬਾ ਕੋਮਾ ਸਿੰਘ ਜੀ, ਦੁਆਬੇ ਦੀ ਧਰਤੀ ਨੂੰ ਬੜਾ ਵੱਡਾ ਮਾਣ ਹੈ, ਜਿਤਨੇ ਮਹਾਂਪੁਰਸ਼ ਇਸ ਪਹਾੜ ਦੇ ਨਾਲ ਲੱਗਦੇ ਕੰਢੀ ਦੇ ਏਰੀਏ ਦੇ ਵਿੱਚ ਹੁਸ਼ਿਆਰਪੁਰ ਦੀ ਧਰਤੀ ਵਿੱਚ ਮਹਾਂਪੁਰਸ਼ ਹੋਏ ਨੇ, ਬਾਕੀ ਪੰਜਾਬ ਦੀ ਧਰਤੀ 'ਤੇ ਇਤਨੇ ਮਹਾਂਪੁਰਸ਼ ਨਹੀਂ ਹੋਏ। ਮਾਲਪੁਰ ਤੋਂ ਹੁਸ਼ਿਆਰਪੁਰ ਤੋਂ ਲੈ ਕੇ ਇਹ ਜੰਗਲ ਦਾ ਏਰੀਆ ਸੀ, ਬਹੁਤ ਸਾਰੇ ਮਹਾਤਮਾ ਵੱਖ ਵੱਖ ਧਰਮਾਂ ਦੇ ਨਾਲ ਸੰਬੰਧਿਤ ਇਸ ਇਲਾਕੇ ਵਿੱਚ ਹੋਏ ਨੇ। ਇਸ ਇਲਾਕੇ ਵਿੱਚ ਮਾਣ ਇਹ ਵੀ ਵੱਡਾ ਹੈ, ਬੱਬਰ ਲਹਿਰ ਜਦੋਂ ਆਜ਼ਾਦੀ ਦੀ ਲਹਿਰ ਚੱਲੀ ਹੈ, ਬੱਬਰ ਲਹਿਰ ਅੰਗਰੇਜ਼ ਗੌਰਮੈਂਟ ਨੂੰ ਕੱਢਣ ਵਾਸਤੇ, ਉਹ ਵੀ ਦੁਆਬੇ ਨੂੰ ਬੜਾ ਵੱਡਾ ਮਾਣ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਮਾਤਾ ਸੁੰਦਰੀ ਜੀ ਦੇ ਪੇਕੇ ਇਹ ਵੀ ਹੁਸ਼ਿਆਰਪੁਰ ਦੀ ਧਰਤੀ ਨੂੰ ਵੱਡਾ ਮਾਣ ਹੈ, ਬਹੁਤ ਮਾਣ ਹੈ ਇਸ ਦੁਆਬੇ ਦੀ ਧਰਤੀ ਨੂੰ। ਭਾਵੇਂ ਦੂਸਰੇ ਪੱਖ ਰਾਜਨੀਤਿਕ ਪੱਖ ਵਿੱਚ ਵੀ ਇਸ ਦੁਆਬੇ ਦੀ ਧਰਤੀ 'ਤੇ ਬਹੁਤ ਪੁਰਖ ਹੋਏ ਨੇ। ਬਘੇਲ ਸਿੰਘ, ਜਥੇਦਾਰ ਬਘੇਲ ਸਿੰਘ, ਜਿਸ ਨੇ ਦਿੱਲੀ ਫਤਿਹ ਕੀਤੀ ਹੈ, ਉਹ ਵੀ ਹੁਸ਼ਿਆਰਪੁਰ ਦੇ ਜ਼ਿਲ੍ਹੇ ਦਾ ਸੀ, ਉਹਦੀ ਜਗ੍ਹਾ ਬਣੀ ਹੋਈ ਹੈ। ਬਹੁਤ ਵੱਡੇ ਵੱਡੇ ਮਹਾਂਪੁਰਸ਼ ਇਸ ਪਵਿੱਤਰ ਧਰਤੀ 'ਤੇ ਹੋਏ ਹੈ। ਮਾਲਪੁਰ ਦੀ ਧਰਤੀ ਦੇ ਨੇੜੇ ਉਸ ਬਾਬਾ ਕੋਮਾ ਸਿੰਘ ਜੀ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਮਾਲਪੁਰ ਤੋਂ ਜਾਂਦੀ ਸੜਕ ਜਿਹੜੀ ਹੁਸ਼ਿਆਰਪੁਰ ਵਾਲੀ ਸੜਕ ਹੈ, ਉਸਦੇ ਲਹਿੰਦੇ ਪਾਸੇ ਤਕਰੀਬਨ 3 ਕਿਲੋਮੀਟਰ 'ਤੇ ਛੋਟਾ ਜਿਹਾ ਪਿੰਡ ਹੈ ਬਾਬਾ ਕੋਮਾ ਸਿੰਘ ਜੀ ਦਾ ਵਸਾਇਆ ਹੋਇਆ। ਬੋੜ ਦੀ ਮੋੜੀ ਗੱਡੀ ਸੀ, ਉਹ ਬੋੜ ਹੁਣ ਡਿੱਗ ਚੁੱਕੀ ਹੈ। ਉਹਦਾ ਨਾਮ ਬਾਬਾ ਕੋਮਾ ਸਿੰਘ ਜੀ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੀ ਕਿ ਆਪਣੇ ਨਾਮ 'ਤੇ ਨਗਰ ਦਾ ਨਾਮ ਰੱਖੀ। ਬਾਬਾ ਕੋਮਾ ਸਿੰਘ ਜੀ ਨੇ ਨਗਰ ਦਾ ਨਾਮ ਰੱਖਿਆ ਲੰਗੇਰੀ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ, ਔਰ ਕਿਲ੍ਹਾ ਛੱਡਦੇ ਜਦੋਂ ਸਾਹਿਬ ਸਾਬੋ ਕੀ ਤਲਵੰਡੀ ਸਾਹਿਬ ਪਹੁੰਚੇ, ਉੱਥੇ ਕਮਰ ਕੱਸਾ ਖੋਲ੍ਹਿਆ। ਕਮਰ ਕੱਸਾ ਖੋਲ੍ਹ ਕੇ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਲਿਖੀ, ਔਰ ਗੁਰਸਿੱਖਾਂ ਨੂੰ ਉਸ ਬਾਣੀ ਦੇ ਅਰਥ ਵੀ ਸਮਝਾਏ। ਉਸ ਪਵਿੱਤਰ ਅਸਥਾਨ 'ਤੇ ਫਿਰ ਬਾਬਾ ਕੋਮਾ ਸਿੰਘ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਦੋਂ ਮਹਾਰਾਜ ਦੇ ਚਰਨਾਂ 'ਚ ਬਾਬਾ ਕੋਮਾ ਸਿੰਘ ਜੀ ਨੇ ਮਸਤਕ ਰੱਖਿਆ, ਨਮਸਕਾਰ ਕੀਤੀ, ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਪੁੱਛਿਆ, ਭਾਈ ਗੁਰਮੁਖਾ ਤੂੰ ਨਗਰ ਵਸਾਇਆ ਹੈ? ਕਹਿਣ ਲੱਗੇ, ਜੀ ਵਸਾਇਆ ਹੈ। ਕਹਿਣ ਲੱਗੇ, ਕੀ ਨਾਮ ਰੱਖਿਆ? ਕਹਿਣ ਲੱਗਿਆ, ਮਹਾਰਾਜ ਮੈਂ ਲੰਗੇਰੀ ਨਾਮ ਰੱਖਿਆ, ਲਾਂਗਰੀ ਹੋਣ ਕਰਕੇ ਮੈਂ ਆਪ ਜੀ ਦਾ, ਕਿਉਂਕਿ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜਾ ਪ੍ਰਸ਼ਾਦਾ ਛਕਦੇ ਸਨ, ਭਾਵੇਂ ਉਸ ਵੇਲੇ 14 ਲੰਗਰ ਸਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ, ਪਰ ਜਿਹੜਾ ਪ੍ਰਸ਼ਾਦਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਛਕਦੇ ਸੀ, ਉਹ ਪ੍ਰਸ਼ਾਦਾ ਬਾਬਾ ਕੋਮਾ ਸਿੰਘ ਜੀ ਬਣਾਉਂਦੇ ਹੁੰਦੇ ਸਨ। ਅਤੇ ਉਸ ਵੇਲੇ ਬਾਬਾ ਕੋਮਾ ਸਿੰਘ ਜੀ ਨੇ ਕਿਹਾ, ਮਹਾਰਾਜ ਮੈਂ ਆਪਣਾ ਨਾਮ ਨਹੀਂ ਜਣਾਉਣਾ ਚਾਹੁੰਦਾ, ਕਿਉਂਕਿ ਸੰਸਾਰ ਵਿੱਚ ਇੱਕੋ ਹੀ ਇਹ ਕਮੀ ਹੈ ਸੰਸਾਰ ਦੇ ਲੋਕਾਂ ਦੇ ਅੰਦਰ ਕਿ ਆਪਣੇ ਨਾਮ ਨੂੰ ਜਣਾਉਣਾ ਅਤੇ ਆਪਣੇ ਆਪ ਨੂੰ ਪ੍ਰਗਟ ਕਰਨਾ, ਦੁਨੀਆਂ ਦੇ ਅੰਦਰ ਦੱਸਣਾ। ਪਰ ਜਦੋਂ ਗੁਰਮੁਖਾਂ 'ਤੇ ਕਿਰਪਾ ਹੋ ਜਾਂਦੀ ਹੈ, ਜਿਨ੍ਹਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ। ਬ੍ਰਹਮ ਗਿਆਨੀ ਊਚ 'ਤੇ ਉੱਚਾ, ਮਾਨੇ ਆਪਣੇ ਹੈ ਸਭ 'ਤੇ ਨੀਚਾ। ਬਾਬਾ ਕੋਮਾ ਸਿੰਘ ਜੀ ਕਹਿਣ ਲੱਗੇ, ਮਹਾਰਾਜ ਮੈਂ ਆਪ ਦੀ ਲਾਂਗਰੀ ਹੋਣ ਕਰਕੇ ਮਹਾਰਾਜ ਆਪ ਜੀ ਦੇ ਨਾਮ 'ਤੇ ਹੀ ਮੈਂ ਨਗਰ ਦਾ ਨਾਮ ਰੱਖਿਆ ਹੈ।
ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਹੁਤ ਖੁਸ਼ ਹੋਏ ਔਰ ਖੁਸ਼ ਹੋ ਕੇ ਕਹਿਣ ਲੱਗੇ, ਭਾਈ ਗੁਰਮੁਖਾ, ਤੇਰਾ ਨਗਰ ਚੜ੍ਹਦੀਆਂ ਕਲਾਂ ਵਿੱਚ ਰਹੇਗਾ, ਤੇਰੇ ਨਗਰ ਦੇ ਵਿੱਚ ਨਾਮਵਰ ਬੰਦੇ ਹੋਣਗੇ ਬਹੁਤ, ਔਰ ਬੜੇ ਪਿੰਡ ਨੂੰ ਵਰ ਦਿੱਤੇ, ਔਰ ਵਰ ਦਿੰਦਿਆਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਫਿਰ ਬਾਬਾ ਕੁੰਮਾ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਨਗਰ ਵਿੱਚ ਚਰਨ ਪਾ ਕੇ ਵੀ ਪਵਿੱਤਰ ਕਰ ਦਿਓ, ਕਿਉਂਕਿ ਗੁਰੂਆਂ ਪੀਰਾਂ ਦੇ ਅਵਤਾਰਾਂ ਦੇ ਮਹਾਂਪੁਰਸ਼ਾਂ ਦੇ ਸਰੀਰ ਪਵਿੱਤਰ ਨੇ, ਜਿਸ ਜਗ੍ਹਾ 'ਤੇ ਪਵਿੱਤਰ ਚੀਜ਼ ਰੱਖ ਦਈਏ, ਚੰਦਨ ਦੀ ਲੱਕੜੀ ਰੱਖ ਦਈਏ, ਚੰਦਨ ਆਪਣੀ ਖੁਸ਼ਬੂ ਖਿਲਾਰਦੀ ਹੈ, ਮਹਾਤਮਾ ਪੁਰਸ਼ਾਂ ਦੇ ਪਵਿੱਤਰ ਸਰੀਰ ਜਿੱਥੇ ਬੈਠ ਜਾਂਦੇ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ, ਪਾਰਸ ਦੇ ਨਾਲ ਲੱਖਾਂ ਮਣ ਸੋਨਾ ਲਾ ਦਈਏ ਪਰ ਪਾਰਸ ਨੂੰ ਲੋਹਾ ਨਹੀਂ ਬਣਾਉਂਦੇ, ਉਹ ਪਾਰਸ ਵਿੱਚ ਪਾਵਰ ਹੈ, ਚੰਦਨ ਦੇ ਨੇੜੇ ਅਨੇਕਾਂ ਹੀ ਦਰਖਤ ਹੋਣ ਭਾਵੇਂ ਜਿਤਨੀ ਅਣਗਿਣਤ ਗਿਣਤੀ ਵਿੱਚ ਵੀ ਹੋਣ ਪਰ ਚੰਦਨ ਦੀ ਖੁਸ਼ਬੂ ਨੂੰ ਨਹੀਂ ਬਦਲਦੇ, ਚੰਦਨ ਦੀ ਖੁਸ਼ਬੂ ਆਪਣੀ ਬਰਕਰਾਰ ਰਹਿੰਦੀ ਹੈ। ਇਸੇ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਉਹਨੇ ਬੇਨਤੀ ਕੀਤੀ, ਬਾਬਾ ਕੁੰਮਾ ਸਿੰਘ ਨੇ ਕਹਿਣ ਲੱਗੇ, ਮਹਾਰਾਜ ਮੇਰੇ ਉਸ ਨਗਰ ਵਿੱਚ ਚਰਨ ਪਾ ਕੇ ਪਵਿੱਤਰ ਕਰੋ ਉਸ ਨਗਰ ਨੂੰ, ਭਾਵੇਂ ਦੁਆਬੇ ਦੀ ਧਰਤੀ 'ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਹੀਂ ਆਏ, ਇੱਕੋ ਇੱਕ ਸਥਾਨ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਸ਼ਿਆਰਪੁਰ ਦੀ ਧਰਤੀ 'ਤੇ, ਉਹ ਵੀ ਭਾਈ ਜੋਗਾ ਸਿੰਘ ਨੂੰ ਦਰਸ਼ਨ ਹੋਏ ਸਨ, ਹੋਰ ਕਿਸੇ ਨੂੰ ਦਰਸ਼ਨ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਹੀਂ ਹੋਏ। ਉਸ ਵੇਲੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਾਈ ਤੇਰੇ ਨਗਰ ਵਿੱਚ ਅਸੀਂ ਆਵਾਂਗੇ, ਇੱਕ ਸਾਡਾ ਹੀ ਰੂਪ ਆਵੇਗਾ, ਉਹ ਬਹੁਤ ਦੁਨੀਆ ਦਾ ਭਲਾ ਕਰੇਗਾ, ਜਿਨ੍ਹਾਂ ਦਾ ਜ਼ਿਕਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਪਵਿੱਤਰ ਲਿਖਤ ਵਿੱਚ ਕਰ ਗਏ ਹਨ, ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਤਾਸ ਮੈਂ ਮੋਹ ਮੈਂ ਰੰਚਕ ਨਾਹੀਂ ਭੇਦ। ਇਹਨਾਂ ਬੰਦਿਆਂ ਦਾ, ਇਹਨਾਂ ਪੁਰਖਾਂ ਦਾ ਮੇਰਾ ਅਤੇ ਰੰਚ ਇਹਨਾਂ ਦਾ ਰੰਚਕ ਮਾਤਰ ਵੀ ਭੇਦ ਨਹੀਂ ਹੈ, ਮੇਰੇ ਸਰੂਪ ਨੇ ਖਾਲਸਾ, ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਇਹ ਖਾਲਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੈਦਾ ਕੀਤੇ, ਜਿਨ੍ਹਾਂ ਨੂੰ ਅੱਜ ਦੁਨੀਆ ਜਾਣਦੀ ਆ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਜਿਹੜੇ ਤੁਰਦੇ ਆ ਉਹ ਵੀ ਉਸ ਪਦਵੀ 'ਤੇ ਪਹੁੰਚ ਜਾਂਦੇ ਆ। ਬਾਬਾ ਕੁੰਮਾ ਸਿੰਘ ਜੀ ਨੂੰ ਕਹਿਣ ਲੱਗੇ, ਗੁਰਮੁਖਾ ਤੇਰੇ ਨਗਰ ਵਿੱਚ ਸਾਡਾ ਹੀ ਰੂਪ ਆਵੇਗਾ, ਬੜਾ ਦੁਨੀਆ ਦਾ ਭਲਾ ਕਰੇਗਾ ਉਹ, ਔਰ ਇਹਨਾਂ ਦਾ ਜ਼ਿਕਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਲਿਖਤ ਸੌ ਸਾਖੀ ਵਿੱਚ ਕਰ ਗਏ ਹਨ। ਇਹਨਾਂ ਦਾ ਜ਼ਿਕਰ ਹੈ ਕਿ ਨੰਗਰ ਦੀ ਮਰਯਾਦਾ ਕਾਇਮ ਕਰਨਗੇ, ਇਹਨਾਂ ਸਾਰੇ ਮਹਾਂਪੁਰਸ਼ਾਂ ਦਾ ਨਾਮ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖ ਗਏ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਉਹਨਾਂ ਦਾ ਜ਼ਿਕਰ ਵੀ ਸਾਹਿਬਾਂ ਨੇ ਕੀਤਾ ਹੈ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦਾ ਜ਼ਿਕਰ ਵੀ ਕੀਤਾ ਹੈ, ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲਿਆਂ ਦਾ ਜ਼ਿਕਰ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਪਹਿਲਾਂ ਹੀ ਉਹਨਾਂ ਦੇ ਨਾਮ ਲਿਖ ਗਏ ਸਨ। ਇਹ ਮੇਰੇ ਤੋਂ ਬਾਅਦ ਖਾਲਸਾ ਆਵੇਗਾ, ਇਹ ਖਾਲਸਾ ਬਹੁਤ ਦੁਨੀਆ ਨੂੰ ਭਲਾ ਕਰੇਗਾ, ਜਿਹੜੇ ਦੁਨੀਆ ਦੇ ਭੁੱਲੇ ਹੋਏ ਲੋਕ ਨੇ ਉਹਨਾਂ ਨੂੰ ਰਸਤਾ ਦਿਖਾਲਣ ਵਿੱਚ ਸਹਾਇਕ ਹੋਵੇਗਾ, ਭੁੱਲੇ ਹੋਏ ਹਜ਼ਾਰਾਂ ਲੋਕ ਹੋਣ ਔਰ ਜਿਹੜਾ ਜਾਣਕੀਰ ਪੁਰਖ ਹੈ ਇੱਕੋ ਹੀ ਹੋਵੇ, ਹਜ਼ਾਰਾਂ ਬੰਦਿਆਂ ਨੂੰ ਰਸਤਾ ਦੱਸ ਦਿੰਦਾ, ਗੱਲ ਵਿਸ਼ਵਾਸ ਦੀ ਹੈ। ਜੇ ਹਜ਼ਾਰਾਂ ਬੰਦੇ ਭੁੱਲੇ ਹੋਣ ਇੱਕ ਬੰਦੇ ਨੂੰ ਰਸਤਾ ਨਹੀਂ ਦੱਸ ਸਕਦੇ, ਇਹ ਜਿਹੜੇ ਜਾਣਕੀਰ ਪੁਰਖ ਨੇ ਪਰਮੇਸ਼ੁਰ ਤੱਕ ਪਹੁੰਚੇ ਹੋਏ, ਇਹ ਪਰਮੇਸ਼ੁਰ ਤੱਕ ਪਹੁੰਚਣ ਦਾ ਰਸਤਾ ਹਜ਼ਾਰਾਂ ਹੀ ਲੋਕ ਉਹਨਾਂ ਤੋਂ ਰਸਤਾ ਲੈ ਕੇ ਉੱਥੇ ਪਹੁੰਚ ਸਕਦੇ ਹੈ। ਅਤੇ ਉਹ ਬਾਬਾ ਕੁੰਮਾ ਸਿੰਘ ਜੀ ਆਪਣੇ ਨਗਰ ਨੂੰ ਆ ਗਏ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ, ਉਸ ਬਾਬਾ ਕੁੰਮਾ ਸਿੰਘ ਜੀ ਦੇ ਇੱਕ ਲੜਕਾ ਹੋਇਆ ਜਿਹਦਾ ਨਾਮ ਬਹਾਦਰ ਸਿੰਘ ਰੱਖਿਆ ਸੀ, ਉਹ ਬਹਾਦਰ ਸਿੰਘ ਸਾਹਿਬ ਬਾਬਾ ਅਜੀਤ ਸਿੰਘ ਜੀ ਜਦੋਂ ਬਜਵਾੜੇ ਦੀ ਜੰਗ ਜਾਬਰ ਖਾਂ ਬਸੀ ਵਾਲੇ ਨੂੰ ਉਸ ਤੋਂ ਦੇਵੀ ਦਾਸ ਦਾ ਡੋਲਾ ਖੋਹਣ ਵਾਸਤੇ ਆਏ ਸੀ, ਦੇਣ ਵਾਸਤੇ ਦੇਵੀ ਦਾਸ ਦਾ ਡੋਲਾ ਜਾਬਰ ਖਾਂ ਨੂੰ ਬੰਨ੍ਹ ਕੇ ਅਨੰਦਪੁਰ ਸਾਹਿਬ ਨੂੰ ਲੈ ਕੇ ਗਏ ਸਨ, ਉਸ ਜੰਗ ਦੇ ਵਿੱਚ ਬਾਬਾ ਬਹਾਦਰ ਸਿੰਘ ਨੇ ਵੀ ਹਿੱਸਾ ਲਿਆ, ਕਿਉਂਕਿ ਰਸਤੇ ਵਿੱਚ ਬਾਬਾ ਕੁੰਮਾ ਸਿੰਘ ਦਾ ਪਿੰਡ ਪੈਂਦਾ ਸੀ, ਉਹੀ ਰਸਤਾ ਹੁਸ਼ਿਆਰਪੁਰ ਨੂੰ ਆਉਂਦਾ ਸੀ। ਉਹ ਬਾਬਾ ਅਜੀਤ ਸਿੰਘ ਸਾਹਿਬ ਜੀ ਉੱਥੋਂ ਜਾਬਰ ਖਾਂ ਨੂੰ ਬੰਨ੍ਹ ਕੇ ਲਗਾਏ ਸਨ, ਬਹੁਤ ਸਾਰੇ ਅਸਥਾਨ ਨੇ ਜਿਹੜੇ ਸ਼ਹੀਦ ਉਸ ਵੇਲੇ ਸਿੰਘ ਹੋਏ ਸਨ, ਇੱਕ ਲੜਕੀ ਨੂੰ ਛਡਾਉਣ ਵਾਸਤੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਔਰ ਕੀਮਤੀ ਸਿੰਘ ਸ਼ਹੀਦ ਹੋਏ, ਇਹਨਾਂ ਦੇ ਅਸਥਾਨ ਬਣੇ ਹੋਏ ਨੇ। ਹਰੀਆਂ ਬੇਲਾਂ ਸਾਹਿਬ ਗੁਰੂ ਹਰਿਰਾਏ ਸਾਹਿਬ ਦਾ ਅਸਥਾਨ ਹੈ,
ਉੱਥੇ ਸ਼ਹੀਦਾਂ ਸਿੰਘਾਂ ਦਾ ਸੰਸਕਾਰ ਕੀਤਾ। ਮਾਲਪੁਰ ਦੀ ਧਰਤੀ 'ਤੇ ਸ਼ਹੀਦ ਸਿੰਘਾਂ ਦਾ ਸੰਸਕਾਰ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪ ਕੀਤਾ। ਅੱਗੇ ਅਕਾਲਗੜ੍ਹ ਅਸਥਾਨ ਹੈ, ਬਹੁਤ ਸਾਰੇ ਵੱਡੋ ਨਗਰ ਵਿੱਚ ਵੀ ਕਰਮ ਸਿੰਘ ਜੀ ਦਾ ਅਸਥਾਨ ਹੈ। ਅਨੰਦਪੁਰ ਸਾਹਿਬ ਨੂੰ ਜਾਂਦਿਆਂ ਕਰੀਮਪੁਰ ਉੱਥੇ ਸ਼ਹੀਦਾਂ ਸਿੰਘਾਂ ਦਾ ਅਸਥਾਨ ਹੈ ਔਰ ਸਤਲੁਜ ਦੇ ਕੰਢੇ ਬੇਈਹਾਰਾ ਨਗਰ ਹੈ, ਉੱਥੇ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਇਹਨਾਂ ਸ਼ਹੀਦਾਂ ਸਿੰਘਾਂ ਦਾ ਅਸਥਾਨ ਪ੍ਰਗਟ ਕੀਤਾ ਸੀ, ਅੱਜ ਵੀ ਉਹ ਹੈ। ਅਤੇ ਬਾਬਾ ਬਹਾਦਰ ਸਿੰਘ ਜੀ ਦੇ ਤਿੰਨ ਲੜਕੇ ਹੋਏ, ਤਿੰਨਾਂ ਵਿੱਚੋਂ ਦੋ ਦੀ ਔਲਾਦ ਹੁਣ ਕਾਇਮ ਹੈ, ਬਾਬਾ ਕਾਹਲਾ ਸਿੰਘ ਅਤੇ ਬਾਬਾ ਆਹਲਾ ਸਿੰਘ। ਬਾਬਾ ਕਾਹਲਾ ਸਿੰਘ ਜੀ ਦੇ ਅੱਗੇ ਦੋ ਸਪੁੱਤਰ ਹੋਏ, ਬਾਬਾ ਨਾਰਾਇਣ ਸਿੰਘ ਅਤੇ ਬਾਬਾ ਬੂਟਾ ਸਿੰਘ। ਬਾਬਾ ਬੂਟਾ ਸਿੰਘ ਜਨਮ ਤੋਂ ਲੈ ਕੇ ਸਾਧੂ ਸਨ ਔਰ ਸਾਧੂ ਬਿਰਤੀ ਹੋਣ ਕਰਕੇ ਆਪਣੇ ਪਰਿਵਾਰ ਨੂੰ ਛੱਡ ਕੇ ਹਰਿਦੁਆਰ ਵੱਲ ਚਲੇ ਗਏ। ਮੁੜ ਕੇ ਉਹਨਾਂ ਦਾ ਪਤਾ ਨਹੀਂ ਲੱਗਿਆ ਕਿੱਥੇ ਚਲੇ ਗਏ, ਵਾਪਸ ਪਤਾ ਹੀ ਨਹੀਂ ਮਿਲਿਆ, ਨਹੀਂ ਉਹਨਾਂ ਦਾ ਕੋਈ ਥਾਂ ਟਿਕਾਣੇ ਦਾ ਪਤਾ ਨਹੀਂ ਲੱਗਿਆ। ਅਤੇ ਬਾਬਾ ਨਾਰਾਇਣ ਸਿੰਘ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ। ਖੇਤੀਬਾੜੀ ਦਾ ਕੰਮ ਕਰਦਿਆਂ ਕਰਦਿਆਂ ਬਾਬਾ ਨਾਰਾਇਣ ਸਿੰਘ ਜੀ ਦੇ ਉਹਨਾਂ ਦੇ ਘਰਵਾਲੀ ਮਾਤਾ ਰਾਜ ਕੌਰ, ਗ੍ਰਹਿਸਥੀ ਲੋਕਾਂ ਦੇ ਮਨ ਦੀ ਇੱਛਾ ਹੁੰਦੀ ਹੈ, ਭਾਵੇਂ ਲੜਕੀਆਂ ਜਿੰਨੀਆਂ ਮਰਜ਼ੀ ਹੋਣ, ਇੱਕ ਪੁੱਤਰ ਹੋਵੇ ਤਾਂ ਸਾਰੀਆਂ ਲੜਕੀਆਂ ਨੂੰ ਢੱਕ ਜਾਂਦਾ। ਗ੍ਰਹਿਸਥੀ ਲੋਕਾਂ ਦੀ ਇੱਛਾ ਹੁੰਦੀ ਹੈ ਪੁੱਤਰ ਹੋ ਜਾਵੇ। ਬਾਬਾ ਨਾਰਾਇਣ ਸਿੰਘ ਜੀ ਦੇ ਪੁੱਤਰ ਕੋਈ ਨਹੀਂ ਹੋਇਆ, ਸੱਤ ਲੜਕੀਆਂ ਹੋਈਆਂ। ਸਾਡੇ ਪਰਿਵਾਰਕ ਸੀਨੇ ਬਸੀਨੇ ਜਿਹੜੀ ਗੱਲ ਚੱਲੀ ਆਉਂਦੀ ਹੈ, ਬਹੁਤ ਸਾਰੇ ਲਿਖਾਰੀ ਆਪਣੀ ਲਿਖਤ ਵਿੱਚ ਕਈ ਵੱਧ ਘੱਟ ਗੱਲਾਂ ਕਰ ਜਾਂਦੇ ਆ। ਅਸੀਂ ਆਪਣੇ ਬਜ਼ੁਰਗਾਂ ਤੋਂ ਜਿਹੜੀਆਂ ਗੱਲਾਂ ਸੁਣੀਆਂ ਸਨ, ਸਾਡੇ ਪਰਿਵਾਰ ਦੇ ਵਿੱਚ ਸੀਨੇ ਬਸੀਨੇ ਚੱਲੀਆਂ ਆਉਂਦੀਆਂ ਸਨ, ਅਸੀਂ ਤਾਂ ਸਟੇਜ 'ਤੇ ਉਹ ਗੱਲ ਕਰੀਦੀ ਆ ਜਿਹੜੀ ਸਾਡੇ ਪਰਿਵਾਰ ਦੇ ਨਾਲ ਬੀਤੀ ਹੋਈ ਹੈ। ਬਾਬਾ ਨਾਰਾਇਣ ਸਿੰਘ ਜੀ ਦੇ ਘਰ ਮਾਤਾ ਰਾਜ ਕੌਰ, ਕਿਉਂਕਿ ਜਦੋਂ ਸੰਸਾਰਕ ਉਪਰਾਲੇ ਸਾਰੇ ਖਤਮ ਹੋ ਜਾਣ, ਡਾਕਟਰਾਂ ਦੀ ਵੱਸ ਹੋ ਜਾਵੇ, ਡਾਕਟਰ ਕੋਈ ਦਵਾ ਦਾਰੂ ਕੰਮ ਨਾ ਕਰੇ, ਫਿਰ ਡਾਕਟਰ ਵੀ ਅਤੇ ਜਿਹੜਾ ਮਨੁੱਖ ਹੈ ਉਹਦੀ ਵੀ ਇੱਛਾ ਇਹ ਹੁੰਦੀ ਹੈ ਕਿ ਜਿਹੜੇ ਧਾਰਮਿਕ ਪੱਖ ਦੇ ਅੰਦਰ ਸਾਧੂ ਮਹਾਤਮਾ ਨੇ ਉਹਨਾਂ ਅੱਗੇ ਅਰਦਾਸ ਬੇਨਤੀ ਕਰੀਏ, ਇਹਨਾਂ ਦੀ ਅਰਦਾਸ ਬੇਨਤੀ ਪਰਮੇਸ਼ਰ ਪ੍ਰਵਾਨ ਕਰ ਲੈਂਦਾ। ਫਿਰ ਆਮ ਦੁਨੀਆ ਦੀ ਇੱਛਾ ਹੈ ਉਹ ਫਿਰ ਸਾਧੂ ਮਹਾਤਮਾ ਦੇ ਅੱਗੇ ਜਾਂਦੇ ਆ, ਇਹ ਗੱਲ ਨਹੀਂ। ਅੱਜ ਦੁਨੀਆ ਵਿੱਚ ਬੜੇ ਲੋਕ ਸਾਧੂਆਂ ਦੇ ਨਿੰਦਕ ਤੁਰੇ ਫਿਰਦੇ ਆ, ਜਿਨ੍ਹਾਂ ਨੂੰ ਇਸ ਗੱਲ ਤੋਂ ਅਣਜਾਣ ਨੇ, ਭੁੱਲੇ ਹੋਏ ਨੇ, ਕਿਉਂਕਿ ਇੱਕ ਸਾਧੂ ਹੈ ਜਿਹਦੇ ਕੋਲ ਗਿਆ ਮਨੁੱਖ ਦੀਆਂ ਸਾਰੀਆਂ ਇੱਛਾ ਪੂਰੀਆਂ ਹੁੰਦੀਆਂ, ਹੋਰ ਕਿਸੇ ਰਾਜੇ ਕੋਲ ਜਾ ਕੇ ਸਾਰੀਆਂ ਇੱਛਾ ਪੂਰੀਆਂ ਨਹੀਂ ਹੁੰਦੀਆਂ। ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਬਚਨ ਹੈ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਸਾਧੂ ਦੀ ਸੰਗਤ ਬਿਰਥੀ ਨਹੀਂ ਜਾਂਦੀ, ਬਾਕੀ ਦੁਨੀਆਂ ਅੰਦਰ ਕਾਰੋਬਾਰ ਕੀਤੇ ਹੋਏ ਘਾਟਾ ਦਿਖਾਲ ਜਾਂਦੇ ਆ, ਸਾਧੂ ਦੀ ਸੰਗਤ ਕਦੀ ਘਾਟਾ ਨਹੀਂ ਦਿਖਾਲਦੀ, ਇਹ ਬਿਰਥੀ ਨਹੀਂ ਜਾਂਦੀ, ਗੁਰਬਾਣੀ ਵਿੱਚ ਜ਼ਿਕਰ ਹੈ। ਅਤੇ ਸਾਧ ਸੰਗਤ ਉਸ ਵੇਲੇ ਫਿਰ ਸਾਧੂ ਮਹਾਤਮਾ ਤੋਂ ਵੀ ਕਈ ਵਾਰੀ ਜਦੋਂ ਮਨੁੱਖ ਨੂੰ ਖੈਰ ਨਾ ਪਵੇ, ਅੱਜ ਵੀ ਦੁਨੀਆਂ ਜਿੱਦਾਂ ਸਾਧੂ ਮਹਾਤਮਾ ਤੋਂ ਨਿਸ਼ਰਧਕ ਹੋ ਚੁੱਕੀ ਹੈ, ਇਹ ਸਮਾਂ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਆਪਣੇ ਸਮੇਂ ਵਿੱਚ ਪਹਿਲਾਂ ਹੀ ਦੱਸ ਗਏ ਸੀ। ਉਹਨਾਂ ਨੂੰ ਕਿਸੇ ਪ੍ਰੇਮੀ ਨੇ ਬਚਨ ਕੀਤਾ, ਮਹਾਰਾਜ ਮੈਂ ਵਿਆਹ ਸ਼ਾਦੀ ਨਹੀਂ ਕਰਾਉਣੀ, ਤਾਂ ਕਹਿਣ ਲੱਗੇ ਗੁਰਮੁਖਾ ਤੂੰ ਸ਼ਾਦੀ ਕਰਾ ਲਾ, ਆਉਣ ਵਾਲੇ ਸਮੇਂ ਵਿੱਚ ਮਹਾਤਮਾ ਲੋਕਾਂ ਦੀ ਸਤਿਕਾਰ ਨਹੀਂ ਰਹਿਣੇ, ਅੱਜ ਉਹ ਸਮਾਂ ਆਇਆ ਹੋਇਆ ਹੈ, ਬਹੁਤ ਨਿੰਦਕ ਲੋਕ ਨਿਸ਼ਰਧਕ ਲੋਕ ਜਿਨ੍ਹਾਂ ਤੋਂ ਸਾਧੂਆਂ 'ਤੇ ਸ਼ਰਧਾ ਨਹੀਂ ਹੈ, ਉਹ ਆਪ ਤਾਂ ਨਿਸ਼ਰਧਕ ਹੈ ਨਹੀਂ, ਦੂਜਿਆਂ ਨੂੰ ਨਿਸ਼ਰਧਕ ਕਰ ਰਹੇ ਆ, ਆਪ ਤਾਂ ਪਾਰ ਹੋਣਾ ਨਹੀਂ, ਦੂਜਿਆਂ ਨੂੰ ਵੀ ਡੋਬਣ ਵਾਸਤੇ ਉਹਨਾਂ ਦੀ ਕੋਸ਼ਿਸ਼ ਹੈ। ਅਤੇ ਮਹਾਤਮਾ ਤੋਂ ਪਰੇ ਕਰਕੇ ਮਨੁੱਖ ਤਾਂ ਡੁੱਬਾ ਹੀ ਡੁੱਬਾ ਹੈ, ਜਦੋਂ ਬੇੜੀ ਕੋਈ ਆਸਰਾ ਨਾ ਮਿਲੇ ਤਾਂ ਮਨੁੱਖ ਸਮੁੰਦਰ ਵਿੱਚ ਡੁੱਬੇ ਹੀ ਜਾਂਦਾ, ਦਰਿਆ ਨੂੰ ਤਰ ਸਕਦਾ, ਨਹਿਰ ਨੂੰ ਤਰ ਸਕਦਾ, ਪਰ ਸਮੁੰਦਰ ਨੂੰ ਨਹੀਂ ਤਰ ਸਕਦਾ। ਇਹ ਮਹਾਂਪੁਰਸ਼ ਦੀ ਸੰਗਤ ਤੋਂ ਬਿਨਾਂ ਨਹੀਂ ਤਰ ਸਕਦਾ। ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਉਸ ਵੇਲੇ ਨਿਸ਼ਰਧਕ ਹੋ ਕੇ ਬਾਬਾ ਨਾਰਾਇਣ ਸਿੰਘ ਅਤੇ ਮਾਤਾ ਰਾਜ ਕੌਰ ਉਹਨਾਂ ਨੇ ਦੇਖਿਆ ਕੋਈ ਸਾਧੂ, ਕਿਉਂਕਿ ਸਾਧੂ ਵੀ ਬਖਸ਼ਿਸ਼ ਦੁਆਰਾ ਪਰਮੇਸ਼ੁਰ ਦੀ ਦਿਆਲਤਾ ਦੀ ਨਿਸ਼ਾਨੀ, ਜਿਹਦੇ 'ਤੇ ਪਰਮੇਸ਼ੁਰ ਦਿਆਲ ਹੁੰਦਾ ਉਹਨੂੰ ਸਾਧੂ ਦਾ ਮਿਲਾਪ ਹੁੰਦਾ, ਜਿਹਦੇ 'ਤੇ ਸਾਧੂ ਦਾ ਜਿਹਨੂੰ ਮਿਲਾਪ ਹੁੰਦਾ ਪਰਮੇਸ਼ੁਰ ਦੀ ਖੁਸ਼ੀ ਉਹ 'ਤੇ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੀ ਪਵਿੱਤਰ ਰਚਨਾ ਵਿੱਚ ਲਿਖਿਆ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧੂ ਦੀ ਸੰਗਤ ਮਿਲਦੀ ਆ, ਰੱਬ ਖੁਸ਼ ਹੋ ਜਾਂਦਾ।
ਅਤੇ ਹੋਰ ਥੈਂ ਵੀ ਜ਼ਿਕਰ ਕੀਤਾ ਗੁਰਬਾਣੀ ਵਿੱਚ, ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਪਿਆ, ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ। ਉਹ ਫਿਰ ਮਾਤਾ ਨਿਸ਼ਰਧਕ ਹੋਈ, ਕਿਤਿਓਂ ਖੈਰ ਨਾ ਪਈ। ਆਮ ਤੌਰ 'ਤੇ ਜਿਹੜਾ ਸਰੀਕ ਹੈ ਉਹ ਕਈ ਵਾਰੀ ਇਹ ਬੋਲੀਆਂ ਮਾਰਨ ਲੱਗ ਜਾਂਦੇ ਹੈ, ਅਤੇ ਜੀਭ ਭਾਵੇਂ ਸਾਰੇ ਸਰੀਰ ਦੇ ਵਿੱਚੋਂ ਇੱਕ ਨਰਮ ਅੰਗ ਹੈ, ਇਹਦੇ ਨਰਮ ਅੰਗ ਹੈ, ਸਾਰੇ ਸਰੀਰ ਵਿੱਚ ਜ਼ਖਮ ਹੋ ਜਾਵੇ ਜੇ ਜੀਭ 'ਤੇ ਜ਼ਖਮ ਹੋ ਜਾਵੇ ਸਾਰਿਆਂ ਤੋਂ ਛੇਤੀ ਹਟਦਾ। ਉੱਧਰ ਜ਼ਖਮ ਹੋ ਜਾਵੇ ਬੜੀ ਦੇਰ ਲੱਗਦੀ ਹੈ, ਜਦੋਂ ਜੀਭ 'ਤੇ ਜ਼ਖਮ ਹੋ ਜਾਂਦਾ ਇਹ ਬਹੁਤ ਛੇਤੀ ਹਟਦਾ। ਪਰ ਜੀਭ ਹੈ ਨਰਮ, ਇਹਦੇ ਜ਼ਖਮ ਛੇਤੀ ਹਟਦਾ, ਪਰ ਜੀਭ ਕਿਸੇ ਦੇ ਜ਼ਖਮ ਕਰ ਦੇਵੇ ਤਾਂ ਹਟਦਾ ਨਹੀਂ ਹੈ। ਦੁਆਪਰ ਯੁੱਗ ਵਿੱਚ ਜੀਭ ਨੇ ਇੱਕੋ ਹੀ ਜ਼ਖਮ ਕੀਤਾ, ਦੁਰਯੋਧਨ ਦੇ 25 ਅਰਬ ਬੰਦਾ ਹਿੰਦੁਸਤਾਨ ਦੀ ਧਰਤੀ 'ਤੇ ਮਰ ਗਏ। ਕਈ ਵਾਰੀ ਸਰੀਕਾਂ ਦੀ ਬੋਲੀ ਉਹਨਾਂ ਦੀ ਜੀਭ ਐਸਾ ਅਸਰ ਕਰਦੀ ਹੈ, ਜ਼ਖਮ ਕਰਦੀ ਹੈ ਮਨੁੱਖ ਦੇ, ਉਹ ਫਿਰ ਮਨੁੱਖ ਬਹੁਤ ਆਪਣੇ ਆਪ ਨੂੰ ਪਰੇਸ਼ਾਨ ਮੰਨਦਾ, ਤੰਗੀ ਮੰਨਦਾ। ਉਸ ਵੇਲੇ ਸਾਧ ਸੰਗਤ ਫਿਰ ਬਾਬਾ ਨਰਾਇਣ ਸਿੰਘ ਜੀ ਦੇ ਘਰੋਂ ਮਾਤਾ ਰਾਜਪੁਰ ਹੁਸ਼ਿਆਰਪੁਰ ਦੇ ਨੇੜੇ ਚੱਗਰਾਂ ਪਿੰਡ ਪੈਂਦਾ ਹੈ, ਉੱਥੇ ਬੱਸ ਵੀ ਖੜ੍ਹਦੀ ਹੈ, ਅੱਗੇ ਤੁਰ ਕੇ ਜਾਂਦੇ ਹੁੰਦੇ ਸਨ, ਰਸਤੇ ਕੱਚੇ ਹੁੰਦੇ ਸੀ ਔਰ ਜਿੱਥੇ ਵੀ ਜਾਣਾ ਤੁਰ ਕੇ ਜਾਣਾ। ਅਫਸੋਸ, ਸਾਡੇ ਹਿੰਦੁਸਤਾਨ ਦੀ ਮਰਯਾਦਾ ਹੈ, ਬਾਹਰ ਤਾਂ ਮਰਯਾਦਾ ਨਹੀਂ ਬਾਹਰਲਿਆਂ ਮੁਲਕਾਂ ਵਿੱਚ, ਸਾਡੇ ਹਿੰਦੁਸਤਾਨ ਵਿੱਚ ਮਰਯਾਦਾ ਜਦੋਂ ਕੋਈ ਪੁਰਾਣੀ ਸਰੀਰ ਛੱਡ ਜਾਂਦਾ, ਉਹਦੇ ਸਰੀਰ ਛੱਡਣ ਤੋਂ ਬਾਅਦ ਉਹਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਜਾਂਦੇ ਆ ਸਮਾਜ ਦੇ ਲੋਕ, ਉਹਦੇ ਦਿਲ ਨੂੰ ਧਾਰਥ ਦੇਣ ਵਾਸਤੇ ਜਾਂਦੇ ਆ ਵੀ ਹੋਰ ਲੋਕਾਂ ਨਾਲ ਵੀ ਇਹ ਹੋਈ ਹੈ ਭਾਈ, ਤੇਰੇ ਨਾਲ ਇਕੱਲੇ ਨਾਲ ਨਹੀਂ ਹੋਈ, ਇਹ ਹੋਰ ਲੋਕਾਂ ਨਾਲ ਵੀ ਇਹ ਚੱਲਦੀ ਆਉਂਦੀ ਹੈ। ਇਸ ਕਰਕੇ ਉਹਨੂੰ ਧਾਰਥ ਦੇਣ ਵਾਸਤੇ ਸਾਡੇ ਹਿੰਦੁਸਤਾਨ ਦੀ ਧਾਰਮਿਕ ਤਿਥੀ ਹੋਣ ਕਰਕੇ ਸਾਰੇ ਧਰਮਾਂ ਵਿੱਚ ਇਹ ਗੱਲ ਹੈ ਕਿ ਉਹਦੇ ਨਾਲ ਦੁੱਖ ਸਾਂਝਾ ਕਰਨ ਜਾਣਾ, ਉਹਨੂੰ ਵਡਾਉਣਾ। ਚੱਗਰਾਂ ਪਿੰਡ ਵਿੱਚ ਮਾਤਾ ਲਗੇਰੀ ਤੋਂ ਨਗਰ ਤੋਂ ਮਾਤਾ ਇਕੱਠੀਆਂ ਹੋਈਆਂ, ਜਿਨ੍ਹਾਂ ਵਿੱਚ ਮਾਤਾ ਰਾਜਕੌਰ ਵੀ ਅਫਸੋਸ ਨੂੰ ਤੁਰੀ ਜਾਂਦੀ ਹੈ। ਪਿੰਡ ਚੱਗਰਾਂ ਦੇ ਨੇੜੇ ਛੋਟਾ ਜਿਹਾ ਪਿੰਡ ਹੈ ਇੱਕ ਜੱਟਪੁਰ, ਉਸ ਜੱਟਪੁਰ ਪਿੰਡ ਵਿੱਚ ਬਹੁਤ ਇੱਕ ਪੂਰਨ ਮਹਾਂਪੁਰਖ ਬਾਬਾ ਕਾਹਨਦਾਸ ਜੀ ਮਹਾਰਾਜ, ਕਿਉਂਕਿ ਬਾਬਾ ਗੁਰਦਿੱਤਾ ਜੀ ਤੋਂ 4 ਤੂਣੇ ਹੋਏ ਸਨ, ਇੱਕ ਫੂਲ ਜੀ, ਗੋਬਿੰਦ ਜੀ, ਅਲਮਸਤ ਜੀ ਅਤੇ ਬਾਲੂ ਹਸਨਾ ਜੀ, ਉਹਨਾਂ ਵਿੱਚੋਂ ਇੱਕ ਧੂਣਾ ਹੁਸ਼ਿਆਰਪੁਰ ਦੀ ਧਰਤੀ 'ਤੇ ਹੈ, ਫੂਲ ਜੀ ਦਾ ਧੂਣਾ ਹੈ। ਉਸ ਧੂਣੇ ਦੇ ਵਿੱਚੋਂ ਇੱਕ ਮਹਾਨ ਪੁਰਖ ਬਾਬਾ ਕਾਹਨਦਾਸ ਜੀ ਮਹਾਰਾਜ, ਬਹੁਤ ਮਹਾਨ ਹਸਤੀ ਹੋਈ ਹੈ। ਇਹ ਜੱਟਪੁਰ ਤੋਂ ਥੋੜ੍ਹਾ ਜਿਹਾ ਸੜਕ ਤੋਂ ਹਟਵੇਂ ਇੱਕ ਅੰਬ ਦੇ ਥੱਲੇ ਬੈਠੇ ਸਨ, ਧੂਣਾ ਲਾ ਕੇ ਬੈਠਦੇ ਹੁੰਦੇ ਸਨ ਬਾਬਾ ਜੀ, ਜਿੱਥੇ ਵੀ ਬਹਿਣਾ ਧੂਣਾ ਲਾਉਣਾ। ਅੱਜ ਵੀ ਉਹਨਾਂ ਦਾ ਧੂਣਾ ਸੰਤ ਮਹਾਰਾਜ ਨੇ ਉੱਪਰ ਜਿੱਥੇ ਸਾਡੇ ਜੋਤ ਦਾ ਪਹਿਰਾ ਹੈ, ਇਹ ਧੂਣਾ ਬਾਬਾ ਕਾਹਨਦਾਸ ਜੀ ਦਾ ਰੱਖਿਆ ਸੀ। ਕੋਹਲਿਆਂ ਦੇ ਉੱਤੇ ਧੂਫ ਪਾਈ ਜਾਣਾ ਜਦ ਤੋਂ ਲੱਗਿਆ ਹੋਇਆ, ਜਦ ਤੋਂ ਮੂਲ ਮੰਤਰ ਦਾ ਜਾਪ ਚੱਲਦਾ ਹੈ। ਉਹ ਸਾਰੀਆਂ ਮਾਈਆਂ, ਕਿਉਂਕਿ ਧਾਰਮਿਕ ਅਵਸਥਾ ਦੇ ਅੰਦਰ ਆਪਾਂ ਸਾਧੂ ਦਾ ਲਿਬਾਸ ਦੇ ਕੇ ਆਪਣੇ ਆਪ ਹੀ ਸੀਸ ਝੁੱਕ ਜਾਂਦਾ, ਉਹ ਭੇਖ ਨੂੰ ਦੇਖ ਕੇ ਮਨੁੱਖ ਦਾ ਮਨ ਆਪਣੇ ਆਪ ਹੀ ਨੀਵਾਂ ਹੋ ਜਾਂਦਾ, ਪਰਮੇਸ਼ਰ ਦਾ ਭੇਖ ਹੈ। ਉਹ ਸੰਤ ਬੈਠੇ ਸਨ ਧੂਣਾ ਲਾ ਕੇ, ਅਤੇ ਮਾਈਆਂ ਕਹਿੰਦੀਆਂ ਚਲੋ ਭਾਈ ਸੰਤਾਂ ਨੂੰ ਮੱਥਾ ਟੇਕ ਚੱਲਦੇ ਹਾਂ। ਮਾਤਾ ਰਾਜਕੌਰ ਕਹਿਣ ਲੱਗੀ ਤੁਸੀਂ ਟੇਕ ਆਓ, ਮੈਂ ਇੱਥੇ ਬਹਿੰਦੀ ਹਾਂ। ਉਹ ਮਾਤਾ ਨੇ ਫਿਰ ਬਹੁਤਾ ਤਾਂ ਕਿਹਾ ਨਾ, ਮਾਤਾ ਰਾਜਕੌਰ ਉੱਥੇ ਬੈਠ ਗਈ, ਮਾਤਾ ਬਾਕੀ ਮੱਥਾ ਟੇਕਣ ਚਲ ਗਈਆਂ। ਉਹ ਮਹਾਤਮਾ ਪੁਰਖ ਤਰਕਾਲਦਰਸ਼ੀ ਸਨ, ਤਰਕਾਲਦਰਸ਼ੀ ਉਹ ਹੁੰਦਾ ਜਿਹਨੂੰ 3 ਕਾਲ ਦਾ ਪਤਾ ਹੋਵੇ, ਜੀਵ ਕੌਣ ਹੈ, ਕਿੱਥੋਂ ਆਇਆ, ਹੁਣ ਗਾਹਾਂ ਕਿੱਥੇ ਜਾਣਾ। ਅਤੇ ਉਹ ਮਹਾਂਪੁਰਸ਼ ਕਹਿਣ ਲੱਗੇ, ਬੀਬਾ ਤੁਸੀਂ ਸਾਰੀਆਂ ਮੱਥਾ ਟੇਕਣ ਆ ਗਈਆਂ, ਇੱਕ ਮਾਈ ਪਿੱਛੇ ਰਹਿ ਗਈ, ਉਹ ਨਹੀਂ ਆਈ। ਇੱਕ ਸਿਆਣੀ ਮਾਤਾ ਕਹਿੰਦੀ, ਮਹਾਰਾਜ ਉਹ ਦੁਖੀ ਹੈ, ਉਹਨੂੰ ਕਿਤਿਓਂ ਖੈਰ ਨਹੀਂ ਪਈ, ਇਸ ਕਰਕੇ ਉਹਦੀ ਸ਼ਰਧਾ ਸੰਤਾਂ ਮਹਾਤਮਾ ਤੋਂ ਵੀ ਉੱਠ ਗਈ ਹੈ। ਅਤੇ ਉਹ ਕਹਿੰਦੀ ਹੈ ਕਿ ਸੰਤ ਮਹਾਤਮਾ ਦੁਨੀਆਂ ਵਿੱਚ ਹੈ ਹੀ ਨਹੀਂ, ਜਿੱਦਾਂ ਅੱਜ ਸ਼ਰਧਾ ਦੁਨੀਆਂ ਦੀ ਉੱਠ ਗਈ ਹੈ। ਉਹ ਬਾਬਾ ਜੀ ਕਹਿਣ ਲੱਗੇ, ਦੁਨੀਆਂ ਵਿੱਚ ਸਾਧੂ ਖਤਮ ਨਹੀਂ ਹੋ ਗਏ ਬੀਬੀ, ਜਿੱਦਣ ਸਾਧੂ ਖਤਮ ਹੋ ਗਏ ਦੁਨੀਆਂ ਨਹੀਂ ਰਹਿਣੀ, ਇਹ ਦੁਨੀਆਂ ਸ੍ਰਿਸ਼ਟੀ ਸਾਧੂਆਂ ਦੇ ਆਸਰੇ 'ਤੇ ਖੜ੍ਹੀ ਹੈ। ਜਿੰਨਾ ਪਾਪ ਕਰਮ ਦੁਨੀਆਂ ਵਿੱਚ ਹੁੰਦਾ, ਜੇ ਸਾਧੂ ਨਾ ਹੋਣ, ਇਹ ਜਿਹੜੀ ਸ੍ਰਿਸ਼ਟੀ ਵਿੱਚ ਲੋਕ ਸੁੱਖ ਲੈ ਰਹੇ, ਸੁੱਖ ਨਾ ਮਿਲੇ,
ਇਹ ਸਾਧੂਆਂ ਦੀਆਂ ਡਿਊਟੀਆਂ ਲੱਗੀਆਂ ਨੇ। ਇਹਨਾਂ ਦੀ ਡਿਊਟੀ ਹੈ ਸੰਸਾਰ ਦੇ ਲੋਕਾਂ ਦਾ, ਜੀਵਾਂ ਦਾ ਭਲਾ ਕਰਨਾ। ਕਹਿਣ ਲੱਗੇ ਸਾਧੂ ਚਲੇ ਗਏ ਸੰਸਾਰ ਵਿੱਚੋਂ ਤਾਂ ਸ੍ਰਿਸ਼ਟੀ ਨਹੀਂ ਰਹੂਗੀ, ਜਾਓ ਮਾਰੋ ਬਾਜ ਉਸ ਮਾਤਾ ਨੂੰ। ਜਦੋਂ ਪਰਮੇਸ਼ੁਰ ਦੇ ਭੇਖ ਦੀ ਹਾਨੀ ਹੁੰਦੀ ਹੋਵੇ, ਧਾਰਮਿਕ ਪੱਖ ਦੁਨੀਆਂ ਵਿੱਚੋਂ ਅਲੋਪ ਹੁੰਦਾ ਹੋਵੇ, ਫਿਰ ਕਈ ਸੂਰਮੇ ਮਹਾਂਪੁਰਖ ਉਸ ਧਾਰਮਿਕ ਪੱਖ ਨੂੰ ਬਰਕਰਾਰ ਰੱਖਣ ਵਿੱਚ ਵਾਸਤੇ ਅੱਗੇ ਆਉਂਦੇ ਆ। ਉਹ ਮਹਾਂਪੁਰਖਾਂ ਨੂੰ ਜਾ ਕੇ ਮਾਤਾ ਨੇ ਮੱਥਾ ਟੇਕਿਆ, ਕਹਿਣ ਲੱਗੇ ਮਾਤਾ ਕੀ ਗੱਲ ਹੈ? ਫਿਰ ਬੇਨਤੀ ਕੀਤੀ, ਮਹਾਰਾਜ ਪੁੱਤਰ ਨਹੀਂ ਹੈ, 7 ਲੜਕੀਆਂ ਨੇ। ਉਹ ਮਹਾਂਪੁਰਖ ਕਹਿਣ ਲੱਗੇ ਪੁੱਤਰ 3 ਹੋ ਜਾਣਗੇ, 1 ਤੂੰ ਸਾਨੂੰ ਦੇ ਦੇਈਂ। ਫਿਰ ਆਪੇ ਕਹਿਣ ਲੱਗੇ ਸਿਹੜਾ ਸਾਡਾ ਹੋਊਗਾ, ਆਪੇ ਹੀ ਆਜੂਗਾ। ਮਾਈਆਂ ਦੇ ਦਿਲ ਕਿੱਥੇ ਹੁੰਦੇ ਆ, ਇਹ ਆਪ ਹੀ ਬਚਨ ਨਾਲ ਹੀ ਕਰ ਦਿੱਤਾ। ਉਹ ਮਾਤਾ ਨੇ ਫਿਰ ਵੀ ਵਿਸ਼ਵਾਸ ਨਹੀਂ ਕੀਤਾ। ਉਹਨੇ ਕਿਹਾ ਬਹੁਤ ਸਾਰੇ ਮਹਾਤਮਾ ਅੱਗੇ ਵੀ ਬਚਨ ਕਰਦੇ ਗਏ ਆ, ਜਿਹੜਾ ਸੂਰਮਾ ਮਹਾਂਪੁਰਸ਼ ਹੈ ਭਗਤ ਮੁਖੇ ਤੇ ਬੋਲਦੇ ਸੀ ਬਚਨ ਹਵੰਦੇ, ਜਿਹੜਾ ਜੀਵ ਤੋਂ ਬਚਨ ਨਿਕਲ ਗਿਆ ਮੁੜ ਕੇ ਪਿੱਛੇ ਨੂੰ ਨਹੀਂ ਆਉਂਦਾ, ਜਿੱਦਾਂ ਦਰਿਆ ਦਾ ਪਾਣੀ ਪੁਲਾਂ ਦੇ ਥੱਲੇ ਦੀ ਲੰਘ ਜਾਂਦਾ ਵਾਪਸ ਨਹੀਂ ਮੁੜਦਾ, ਕਮਾਨ ਵਿੱਚੋਂ ਛੁੱਟਿਆ ਹੋਇਆ ਤੀਰ ਵਾਪਸ ਨਹੀਂ ਮੁੜਦਾ, ਮਹਾਤਮਾ ਪੁਰਸ਼ਾਂ ਦੇ ਜੀਵ ਤੋਂ ਨਿਕਲਿਆ ਬਚਨ ਵਾਪਸ ਨਹੀਂ ਮੁੜਦਾ। ਗੌਤਮ ਰਿਸ਼ੀ ਨੇ ਯੁੱਗ ਬਦਲ ਦਿੱਤਾ, ਕਹਿਣ ਲੱਗੇ ਬਚਨ ਨਹੀਂ ਬਦਲ ਹੋਣਾ, ਤੀਰ ਜਦ ਛੁੱਟੇ ਗਿਆ ਤਾਂ ਮੁੜ ਕੇ ਵਾਪਸ ਕਿੱਦਾਂ ਆਊਗਾ, ਉਹਦਾ ਕੋਈ ਹੱਲ ਤਾਂ ਕੀਤਾ ਜਾ ਸਕਦਾ। ਯੁੱਗ ਬਦਲ ਦਿੱਤਾ ਪਰ ਬਚਨ ਨਹੀਂ ਬਦਲਿਆ, ਮਹਾਤਮਾ ਦੇ ਜੀਵ ਤੋਂ ਜਿਹੜਾ ਬਚਨ ਨਿਕਲ ਗਿਆ ਮੁੜ ਕੇ ਵਾਪਸ ਨਹੀਂ ਮੁੜਦਾ। ਅਤੇ ਉਹ ਮਹਾਂਪੁਰਸ਼ਾਂ ਦੇ ਬਚਨ ਦੇ ਨਾਲ ਹੀ ਮਾਤਾ ਅੱਗੇ ਜਦੋਂ ਵਾਪਸ ਆਈਆਂ, ਸਾਲ ਬਾਅਦ ਫਿਰ ਮਾਤਾ ਰਾਜਪੁਰ ਦੇ ਪੁੱਤਰ ਹੋਇਆ, ਜਿਹਦਾ ਨਾਮ ਅੱਛਰ ਸਿੰਘ ਰੱਖਿਆ। ਉਹ ਸੰਤ ਮਹਾਰਾਜ ਜੀ ਤੋਂ ਵੱਡੇ ਸਨ, ਤਕਰੀਬਨ 3-3 ਸਾਲ ਦਾ ਫਰਕ ਸੀ ਇਹਨਾਂ ਦਾ। ਉਦੋਂ ਅੰਗਰੇਜ਼ ਆਪਣੀ ਫੌਜ ਦੇ ਵਿੱਚ ਸਿੱਖ ਕੌਮ ਨੂੰ, ਹਿੰਦੁਸਤਾਨੀਆਂ ਨੂੰ ਜਮਾਂਦਾਰੀ ਦਾ ਅਹੁਦਾ ਨਹੀਂ ਸੀ ਦਿੰਦੇ, ਕਿਉਂਕਿ ਆਪਣੇ ਜਿਹੜੇ ਸਾਡੇ ਹਿੰਦੁਸਤਾਨ ਦੇ ਜਵਾਨ ਸਨ ਉਹਨਾਂ ਨੂੰ ਉੱਚਿਆਂ ਅਹੁਦਿਆਂ 'ਤੇ ਨਹੀਂ ਸੀ ਰੱਖਦੇ, ਪਰ ਇਹਨਾਂ ਨੂੰ ਜਮਾਂਦਾਰੀ ਦਾ ਅਹੁਦਾ ਦਿੱਤਾ, ਸਰਟੀਫਿਕੇਟ ਮਿਲਿਆ, ਜਿਹੜਾ ਸਰਟੀਫਿਕੇਟ ਹਾਲੇ ਸਾਡੇ ਕੋਲ ਪਿਆ ਉਹ ਜਮਾਂਦਾਰ ਅੱਛਰ ਸਿੰਘ ਜੀ ਨੂੰ ਦਿੱਤਾ। ਉਹਦੇ ਤੋਂ ਬਾਅਦ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਦਾ ਜਨਮ ਹੋਇਆ, 21 ਵਿਸਾਖ 1899 ਨੂੰ ਇਹਨਾਂ ਦਾ ਜਨਮ ਹੋਇਆ। ਕਈ ਵਾਰੀ 3 ਮਈ ਹੋ ਜਾਂਦੀ ਹੈ, ਕਈ ਵਾਰੀ 4 ਮਈ ਹੋ ਜਾਂਦੀ ਹੈ। ਉਹਨਾਂ ਤੋਂ ਬਾਅਦ 3 ਸਾਲ ਬਾਅਦ ਬਾਬੂ ਦਇਆ ਸਿੰਘ ਜੀ, ਜਿਨ੍ਹਾਂ ਦਾ ਬਬਰ ਲਹਿਰ ਦੇ ਵਿੱਚ ਬਹੁਤ ਯੋਗਦਾਨ ਰਿਹਾ, 5.5 ਸਾਲ ਕੈਦ ਗੁਜਰਾਤ ਜੇਲ੍ਹ ਵਿੱਚ ਕੱਟੀ ਹੈ ਬਾਬੂ ਦਇਆ ਸਿੰਘ ਜੀ ਨੇ, ਔਰ ਅਕਾਲੀ ਪੱਤਰਿਕਾ ਅਖਬਾਰ ਬਾਬੂ ਦਇਆ ਸਿੰਘ ਜੀ ਨੇ ਬਬਰ ਲਹਿਰ ਦੇ ਵਿੱਚ ਆਪਣੇ ਆਪ ਚਲਾਈ ਸੀ, ਐਡੀਟਰ ਸਨ ਅਕਾਲੀ ਪੱਤਰਿਕਾ ਦੇ, ਔਰ ਇੰਗਲਿਸ਼ ਪੜ੍ਹੇ ਹੋਏ ਸਨ ਪਰ ਟਰਬੂਨ ਅਖਬਾਰ ਪੜ੍ਹਦੇ ਹੁੰਦੇ ਸਨ, ਔਰ ਉਹਨਾਂ ਦਾ ਵੀ ਜ਼ਿਕਰ ਅੱਜ ਜਿਹੜੀਆਂ ਬਬਰਾਂ ਦੀਆਂ ਕਿਤਾਬਾਂ ਨੇ, ਬਬਰਾਂ ਦੀਆਂ ਲਿਖਤਾਂ ਨੇ, ਉਹਨਾਂ ਵਿੱਚ ਬਾਬੂ ਦਇਆ ਸਿੰਘ ਦਾ ਜ਼ਿਕਰ ਖਾਸ ਹੈ, ਕਿਉਂਕਿ ਉਹਨਾਂ ਦੀ ਬੈਠਕ ਜਿਹੜੀ ਸੀ ਅੱਜ ਤਾਂ ਢਾ ਦਿੱਤੀ ਆ ਬਬਰਾਂ ਦੀ ਯਾਦਗਾਰ। ਉੱਥੇ ਸਾਰੇ ਬਬਰ ਜਿਹੜੇ ਫੱਟੜ ਹੋਏ ਹੁੰਦੇ ਸਨ ਉਹ ਬਾਬੂ ਦਇਆ ਸਿੰਘ ਦੀ ਬੈਠਕ ਦੇ ਵਿੱਚ ਉਹਨਾਂ ਦਾ ਇਲਾਜ ਕਰਕੇ ਦੂਜੀਆਂ ਸਟੇਟਾਂ ਨੂੰ ਭੇਜੇ ਜਾਂਦੇ ਸਨ, ਔਰ ਬਾਬੂ ਦਇਆ ਸਿੰਘ ਜੀ ਦੇ ਪਰਿਵਾਰ ਜਦੋਂ ਬਹੁਤ ਸਾਰਾ ਬਬਰਾਂ ਦਾ ਜ਼ੋਰ ਸੀ ਤਾਂ ਪੁਲਿਸ ਪਈ ਰਹਿੰਦੀ ਹੁੰਦੀ ਸੀ ਅਤੇ ਬਾਬੂ ਜੀ ਦੀ ਦੌੜ ਲੱਗੀ ਰਹਿੰਦੀ ਸੀ, ਅਤੇ ਬਾਬੂ ਦਇਆ ਸਿੰਘ ਜੀ ਰਾਜਨੀਤਿਕ ਪੱਖ ਵਿੱਚ ਅੱਗੇ ਸਨ, ਜਮਾਂਦਾਰ ਅੱਛਰ ਸਿੰਘ ਜੀ ਫੌਜ ਦੇ ਵਿੱਚ ਉਹਨਾਂ ਵਿੱਚੋਂ ਅਹੁਦਿਆਂ 'ਤੇ ਅੱਗੇ ਸਨ, ਧਾਰਮਿਕ ਪੱਖ ਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ, ਸਾਰੇ ਸਾਧੂ ਸਮਾਜ ਦੇ ਵਿੱਚ ਅੱਜ ਦੁਨੀਆ ਵਿੱਚ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਬੈਠੇ ਨੇ ਸਾਧੂ ਮਹਾਤਮਾ, ਜਦ ਉਹਨਾਂ ਦਾ ਨਾਮ ਲਈਦਾ ਉਹ ਸਿਰ ਝੁੱਕ ਜਾਂਦਾ ਆਪਣੇ ਆਪ ਨਾਂ ਲਏ, ਅਤੇ ਵੱਡੇ ਵੱਡੇ ਮਹਾਤਮਾ ਸੀਸ ਚੁਕਾ ਜਾਂਦੇ ਉਹਨਾਂ ਦਾ ਨਾਮ ਲੈਣ 'ਤੇ। ਧਾਰਮਿਕ ਪੱਖ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਬੈਠੇ ਨੇ ਉੱਥੇ ਉੱਥੇ ਉਹਨਾਂ ਦਾ ਜ਼ਿਕਰ ਕਰੀਏ। ਅੱਜ ਦੁਨੀਆ ਉਹਨਾਂ ਨੂੰ ਸੀਸ ਨਿਵਾਉਂਦੀ ਹੈ, ਵੱਡੇ ਵੱਡੇ ਕੱਟੜਵਾਦ ਵੀ ਜਿਹੜੇ ਸਾਧੂਆਂ ਨੂੰ ਨਹੀਂ ਮੰਨਦੇ ਉਹ ਵੀ ਉਹਨਾਂ ਨੂੰ ਮੰਨਦੇ ਸਨ, ਕਹਿੰਦੇ ਉਹ ਸੰਤ ਸਨ, ਜਿਹੜੇ ਕੱਟੜ ਕਹਿੰਦੇ ਕੋਈ ਸੰਤ ਹੈ ਨਹੀਂ, ਪਰ ਉਹਨਾਂ ਨੂੰ ਸੰਤ ਉਹਨਾਂ ਨੇ ਜ਼ਰੂਰ ਕਿਹਾ, ਅਸੀਂ ਕੰਨਾਂ ਨਾਲ ਸੁਣਿਆ। ਸੰਤ ਬਾਬਾ ਜਵਾਲਾ ਸਿੰਘ ਜੀ ਦਾ ਜਨਮ ਹੋਇਆ, ਛੋਟੀ ਉਮਰ, ਬਾਕੀ ਸਾਰੇ ਬੱਚਿਆਂ ਨੇ ਇਲਤਾਂ ਕਰਦੇ ਰਹਿਣਾ, ਦੱਸਦੇ ਸਾਨੂੰ ਬਜ਼ੁਰਗ ਸੰਤ ਮਹਾਰਾਜ ਇੱਦਾਂ ਹੀ ਬੈਠੇ ਰਹਿੰਦੇ ਸੀ, ਬਿਲਕੁਲ ਸਾਦੀ ਸਤੋਗੁਣੀ ਬਿਰਤੀ ਸੀ ਬਿਲਕੁਲ ਪਹਿਲਾਂ ਤੋਂ ਹੀ।
ਬੈਠੇ ਰਹਿਣਾ, ਸਾਰੇ ਨਿਆਣਿਆਂ ਨੇ ਇਲਤਾਂ ਕਰੀ ਜਾਣੀਆਂ ਪਰ ਉਹਨਾਂ ਨੇ ਇਲਤ ਨਹੀਂ ਕਰਨੀ। ਇੱਕ ਦਿਨ ਬਾਬਾ ਜੀ ਮੱਕੀ ਪੁੱਟਣ ਵਾਸਤੇ ਲੈ ਗਏ, ਕਿਉਂਕਿ ਮਾਰੂ ਇਲਾਕਾ ਸੀ ਸਾਡਾ, ਮਾਲਪੁਰ ਦਾ ਏਰੀਆ, ਪਾਣੀ ਪੂਣੀ ਤਾਂ ਹੈ ਨਹੀਂ ਸੀ। ਮੱਕੀਆਂ ਬਰਸਾਤ ਦੇ ਪਾਣੀ ਨਾਲ, ਮੀਂਹ ਦੇ ਪਾਣੀ ਨਾਲ ਹੁੰਦੀਆਂ ਸੀ, ਔਰ ਸੀਗਾ ਵੀ ਉਦੋਂ ਸਮਾਂ ਗਰੀਬੀ ਦਾ ਹੀ। ਮੱਕੀ ਗੁੱਡਣ ਵਾਸਤੇ ਚਲੇ ਗਏ ਸੰਤ ਮਹਾਰਾਜ, ਥੋੜ੍ਹੀ ਛੋਟੀ ਉਮਰ ਸੀ, ਅਤੇ ਗੁੱਡਣ ਲੱਗ ਗਏ, ਰੰਬਾ ਫੜ ਲਿਆ ਅਤੇ ਬਾਬਾ ਜੀ ਨੇ, ਬਾਬਾ ਨਰਾਇਣ ਸਿੰਘ ਜੀ ਨੇ ਪਿੱਛਾ ਮੁੜ ਕੇ ਦੇਖਿਆ, ਸਾਰੀ ਮੱਕੀ ਵੱਢ ਦਿੱਤੀ ਅਤੇ ਘਾਹ ਛੱਡ ਦਿੱਤਾ। ਅਤੇ ਬਾਬਾ ਜੀ ਕਹਿਣ ਲੱਗੇ, ਉਹ ਕਮਲਿਆ ਤੈਨੂੰ ਪਤਾ ਨਹੀਂ ਆ, ਤੈਨੂੰ ਕੰਮ ਕੋਈ ਆਉਂਦਾ ਨਹੀਂ ਆ, ਤੂੰ ਕਹਿੰਦੇ ਭੁੱਖਾ ਮਰਨਾ, ਤੈਨੂੰ ਕੰਮ ਕੋਈ ਆਉਂਦਾ ਨਹੀਂ, ਤੂੰ ਭੁੱਖਾ ਮਰਨਾ, ਆ ਸਾਰੀ ਮੱਕੀ ਵੱਢ ਦਿੱਤੀ ਘਾਹ ਛੱਡ ਦਿੱਤਾ। ਉਸ ਵੇਲੇ ਉਹ ਭੱਠੀ ਤੋਂ ਦਾਣੇ ਲਿਆਏ, ਮੁੱਠ ਭਰ ਕੇ, ਜਿੱਥੇ ਦਾਣੇ ਭੁੰਨਦੇ ਆ ਭੱਠੀ 'ਤੇ, ਉੱਥੇ ਇੱਕ ਮੁੱਠ ਦਾਣਿਆਂ ਦੀ ਭਰ ਕੇ ਲਿਆਏ, ਅਤੇ ਲਿਆ ਕੇ ਉਸ ਕਿਆਰੇ ਵਿੱਚ ਦੁਬਾਰਾ ਬੀਜ ਦਿੱਤੇ। ਬਜ਼ੁਰਗ ਦੱਸਦੇ ਸੀ, ਕਹਿੰਦੇ ਉਹ ਸਾਰੀ ਮੱਕੀ ਨਾਲੋਂ ਕਿਆਰਾ ਵੱਖਰਾ ਹੀ ਰਿਹਾ, ਉਹ ਜਿਹੜਾ ਉਹਨਾਂ ਨੇ ਦਾਣੇ ਬੀਜੇ। ਔਰ ਉਮਰ ਥੋੜ੍ਹੀ ਵੱਡੀ ਹੋਈ, ਤਕਰੀਬਨ 16 ਕੁ ਸਾਲ, ਉਸ ਵੇਲੇ ਪੜ੍ਹਾਈ ਤਾਂ ਲੈਂਦੇ ਨਾ ਸੀ, ਫੌਜ ਵਿੱਚ ਅਨਪੜ੍ਹ ਬੰਦਿਆਂ ਨੂੰ ਲੈ ਲੈਂਦੇ ਸੀ, ਔਰ ਸੰਤ ਮਹਾਰਾਜ ਸਾਰੀਆਂ ਹੀ ਭਾਸ਼ਾ ਜਾਣਦੇ ਸੀ, ਪਰ ਫਿਰ ਵੀ ਪੰਜਾਬੀ ਨੂੰ ਮੁੱਖ ਰੱਖਦੇ ਹੁੰਦੇ ਸੀ। ਜਦੋਂ ਕਿਸੇ ਨੇ ਇੰਗਲਿਸ਼ ਵਿੱਚ ਗੱਲ ਕਰਨੀ ਤਾਂ ਮੂਹਰਿਓਂ ਕਹਿਣਾ, ਭਾਈ ਮੇਰੇ ਨਾਲ ਤਾਂ ਪੰਜਾਬੀ ਵਿੱਚ ਗੱਲ ਕਰਿਆ ਕਰੋ, ਮੈਂ ਤਾਂ ਅਨਪੜ੍ਹ ਹਾਂ। ਅਤੇ ਫੌਜ ਵਿੱਚ ਭਰਤੀ ਹੋ ਗਏ, 6.25 ਫੁੱਟ ਕੱਦ ਸੀ, ਬਹੁਤ ਸੁਨੱਖਾ ਸਰੀਰ ਸੀ। ਦੱਸਣ ਵਾਲੇ ਦੱਸਦੇ, ਮੈਂ ਤਾਂ ਦਰਸ਼ਨ ਨਹੀਂ ਕੀਤੇ, ਪਰ ਦੱਸਦੇ ਆ ਵੀ ਇੰਨਾ ਸੁਨੱਖਾ ਸਰੀਰ ਅਸੀਂ ਕਿਤੇ ਦੇਖਿਆ ਨਹੀਂ, ਚਿਹਰੇ ਵੱਲ ਨੂੰ ਦੇਖਿਆ ਨਹੀਂ ਜਾਂਦਾ ਸੀ। ਚੰਗੇ ਜਿਹੜੇ ਬੜੇ ਬੜੇ ਆਪਣੇ ਕਹਿਣ ਵਾਲੇ, ਆਪਣੇ ਆਪ ਨੂੰ ਕਹਾਉਣ ਵਾਲੇ ਵਿਦਵਾਨ ਸਾਹਮਣੇ ਨੀਵੀਆਂ ਪਾ ਜਾਂਦੇ ਸੀ। ਜੇ ਕਿਸੇ ਨੇ ਬਚਨ ਕਰਨਾ ਹੋਵੇ ਤਾਂ ਹਿੰਮਤ ਨਹੀਂ ਸੀ ਪੈਂਦੀ, ਸਾਹਮਣੇ ਹੋ ਕੇ ਬਚਨ ਕਰ ਲਈਏ, ਮਹਾਰਾਜ ਅੱਗੇ ਬਚਨ ਹੈ। ਉਹਨਾਂ ਬਚਨ ਕਰਨ ਵਾਲਿਆਂ ਵਿੱਚ ਕੁਛ ਖਾਸ ਬੰਦੇ ਹੁੰਦੇ ਸੀ ਜਿਹੜੇ ਮੋਹਰੇ ਹੋ ਕੇ ਬਚਨ ਕਰਦੇ ਹੁੰਦੇ ਸੀ ਮਹਾਰਾਜ ਦੇ ਨਾਲ। ਬਾਬਾ ਦੀਦਾਰ ਸਿੰਘ ਜੀ ਖਾਸ ਇੱਕ ਸਨ, ਸੰਤ ਬਾਬਾ ਜਨਕ ਸਿੰਘ ਜੀ ਇਸ ਡੇਰੇ ਵਿੱਚ, ਜਿਨ੍ਹਾਂ ਨੇ ਸਾਰਾ ਜੀਵਨ ਬਤੀਤ ਕਰ ਦਿੱਤਾ। ਬਾਬਾ ਬਹਾਲ ਸਿੰਘ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਸ ਅਸਥਾਨ ਦੀ ਸੇਵਾ ਵਾਸਤੇ ਲਾ ਦਿੱਤੀ। ਬਾਬਾ ਗੁਰਬਖਸ਼ ਸਿੰਘ ਜੀ ਜ਼ਿੰਦਗੀ ਭਰ ਆਪਣੇ ਪ੍ਰਾਣਾਂ ਤੱਕ ਉਹ ਸੇਵਾ ਛੱਡੀ ਨਹੀਂ, ਜਿੱਥੇ ਉਹਨਾਂ ਨੇ ਡਿਊਟੀਆਂ ਲਾ ਦਿੱਤੀਆਂ, ਕਿਉਂਕਿ ਉਹਨਾਂ ਨੂੰ ਆਪਣਾ ਆਪ ਦਿਖਾਲ ਦਿੱਤਾ ਸੀ ਕਿ ਮੈਂ ਆਇਆ, ਅਤੇ ਇਹਨਾਂ ਸਰੀਰਾਂ ਨੂੰ ਪਤਾ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਹੈ। ਉਹ ਫਿਰ ਸਾਰੀ ਜ਼ਿੰਦਗੀ ਨਿਭਾ ਗਿਆ ਉਹਨਾਂ ਦੇ ਬਚਨ ਨੂੰ, ਇੱਥੇ ਕਰੜੀ ਕਮਾਈ ਕੀਤੀ ਆ ਉਹਨਾਂ ਨੇ। ਇਹ ਕੁਛ ਥੋੜ੍ਹੇ ਹੀ ਬੰਦੇ ਸਨ ਜਿਹੜੇ ਉਹਨਾਂ ਨਾਲ ਬਚਨ ਕਰ ਸਕਦੇ ਸੀ, ਔਰ ਉਹਨਾਂ ਨੂੰ ਕਹਿਣਾ ਪੈਂਦਾ ਸੀ ਵੀ ਅਸੀਂ ਮਹਾਰਾਜ ਨਾਲ ਬਚਨ ਕਰਨਾ, ਅਤੇ ਉਹ ਅੱਗੇ ਕਰਦੇ ਸੀ ਮਹਾਰਾਜ ਫਲਾਨਾ ਬੰਦਾ ਇਹ ਬੇਨਤੀ ਕਰਦਾ, ਤਾਂ ਫਿਰ ਉਹ ਕਰ ਦਿੰਦੇ ਸੀ, ਕਹਿ ਦਿੰਦੇ ਸੀ। ਉੱਦਾਂ ਕਹਿੰਦੇ ਕਿਸੇ ਨੂੰ ਕੁਛ ਨਹੀਂ ਸੀ, ਪ੍ਰੇਮ ਬਹੁਤ ਸਾਰਿਆਂ ਨਾਲ ਹੀ ਕਰਦੇ ਸੀ, ਪਰ ਤਾਕਤ ਐਡੀ ਵੱਡੀ ਸੀ, ਸਾਹਮਣੇ ਖੜ੍ਹਾ ਬੰਦਾ ਲੱਤਾਂ ਕੰਬਦੀਆਂ ਸੀ ਵੀ ਜੇ ਕੋਈ ਬਚਨ ਕਰ ਦਿੱਤਾ ਮੁੜਨਾ ਨਹੀਂ ਹੈ, ਵਾਪਸ ਨਹੀਂ ਮੁੜਨਾ। ਔਰ ਸਾਹਮਣੇ ਬੰਦੇ ਚੁੱਪ ਸ਼ਾਂਤ ਬੈਠੇ ਹੁੰਦੇ ਸੀ, ਆ ਕਿੱਡੀ ਸ਼ਾਨ ਹੈ, ਕੱਚੀ ਸ਼ਾਨ ਹੈ, ਛੋਟਾ ਜਿਹਾ ਦਰਵਾਜ਼ਾ ਵਿੱਚ ਦੀ ਲੰਘ ਕੇ ਵਿੱਚ ਬੈਠਦੇ ਹੁੰਦੇ ਸੀ, ਉੱਥੇ ਹੀ ਰਹਿੰਦੇ ਹੁੰਦੇ ਸੀ। ਇੱਧਰ ਤਾਂ ਵੀ ਇੱਧਰ ਵੀ ਛੰਨਾ ਹੀ ਸੀ, ਇਹ ਕੋਠੀ ਇੱਥੇ ਉਹਨਾਂ ਨੇ ਬਣਾਈ ਸੀ, ਇੱਥੇ ਅਸੀਂ ਹੁਣ ਢਾਈ ਥੋੜ੍ਹੇ ਸਮੇਂ ਤੋਂ ਉਹ ਬਣਾਈ ਸੀ। ਬਾਬਾ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਆਪਣੇ ਕਥਾ ਕਰਨ ਵਾਸਤੇ ਜਥਾ ਲੈ ਕੇ ਆਉਂਦੇ ਹੁੰਦੇ ਸੀ, ਉਹਨਾਂ ਵਾਸਤੇ ਉਹ ਕੋਠੀ ਬਣਾਈ ਸੀ, ਨਹੀਂ ਤਾਂ ਬਾਕੀ ਛੰਨਾ ਹੀ ਸਨ। ਅਤੇ ਭਰਤੀ ਤੋਂ ਬਾਅਦ ਜਿਸ ਵੇਲੇ ਫੌਜ ਵਿੱਚ ਭਰਤੀ ਹੋਏ ਅਤੇ ਉੱਥੇ ਉਹਨਾਂ ਦੀ ਫੌਜ ਵਿੱਚ ਉਹਨਾਂ ਦਾ ਹੀ ਨਾਮ ਦੇ ਨਾਲ ਸੂਬੇਦਾਰ ਮੇਜਰ ਜਿਹੜਾ ਸੀ ਉਸਦਾ ਫੌਜ ਦਾ, ਉਹਦਾ ਨਾਮ ਵੀ ਜਵਾਲਾ ਸਿੰਘ ਸੀ। ਉਹ ਜਵਾਲਾ ਸਿੰਘ ਸੂਬੇਦਾਰ ਹਰੇਕ ਸੰਗਰਾਂਦ ਨੂੰ ਬਾਬਾ ਆਇਆ ਸਿੰਘ ਜੀ ਮਹਾਰਾਜ, ਹੋਤੀ ਮਰਦਾਨ ਬਾਬਾ ਕਰਮ ਸਿੰਘ ਜੀ ਦੇ ਚਰਨਾਂ 'ਚੋਂ ਬਰੋਸਾਏ ਹੋਏ, ਜਿਨ੍ਹਾਂ ਨੂੰ ਵਰ ਸੀ ਬਾਬਾ ਕਰਮ ਸਿੰਘ ਜੀ ਦਾ, ਸਾਡਾ ਰੁਪਈਆ ਚੱਲਿਆ, ਤੇਰਾ 25 ਰੁਪਈਆ ਚੱਲੂਗਾ, ਸਾਡਾ ਤਾਂ ਬਚਨ ਭਾਵੇਂ ਕੋਈ ਐਸੇ ਚਲੇ ਗਿਆ ਝੂਠਾ, ਭਾਵੇਂ ਐਸਾ ਚਲੇ ਗਿਆ ਹੋਊਗਾ ਨਾ ਪੂਰਾ ਹੋਇਆ ਹੋਊਗਾ, ਪਰ ਤੇਰਾ ਕੋਈ ਬਚਨ ਦੁਨੀਆ ਵਿੱਚ ਕੀਤਾ ਹੋਇਆ ਬਿਰਥਾ ਨਹੀਂ ਮੁੜੂਗਾ। ਉਹ ਬਾਬਾ ਆਇਆ ਸਿੰਘ ਜੀ ਮਹਾਰਾਜ ਦੀ ਸੰਗਤ ਮਰਦਾਨ ਛਾਉਣੀ ਸੀ, ਉੱਥੇ ਉਹ ਸੂਬੇਦਾਰ ਹਰੇਕ ਸੰਗਰਾਂਦ ਨੂੰ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਨੂੰ ਜਾਂਦਾ ਹੁੰਦਾ ਸੀ। ਤ੍ਰਿਕਾਲਦਰਸ਼ੀ ਮਹਾਂਪੁਰਸ਼ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਆਪਣੇ ਅੰਦਰ ਦਿਸਦੀ ਹੈ, ਅੰਦਰ ਛੋਟੇ ਰੂਪ ਵਿੱਚ ਹੈ, ਬਾਹਰ ਵੱਡੇ ਰੂਪ ਵਿੱਚ ਹੈ, ਉਹ ਇਕੱਲੇ ਇਕੱਲੇ ਨੂੰ ਜਾਣਦੇ ਆ ਜੀਵ ਕਿੱਥੋਂ ਆਇਆ।
ਇੱਕ ਦਿਨ ਸੂਬੇਦਾਰ ਮੇਜਰ ਨੂੰ ਬਾਬਾ ਆਇਆ ਸਿੰਘ ਜੀ ਮਹਾਰਾਜ ਕਹਿਣ ਲੱਗੇ, ਸੂਬੇਦਾਰ ਸਾਹਿਬ ਤੂੰ ਹੁਣ ਸਾਡੇ ਕੋਲ ਨਾ ਆਇਆ ਕਰ। ਉਹਨੇ ਸੋਚਿਆ ਕੋਈ ਗਲਤੀ ਹੋ ਗਈ, ਕਹਿਣ ਲੱਗਾ ਮਹਾਰਾਜ ਇਸ ਤਰ੍ਹਾਂ ਨਾ ਕਰੋ ਜੀ, ਕੋਈ ਗਲਤੀ ਹੋ ਗਈ ਤਾਂ ਮਾਫ਼ੀ ਦੇ ਦਿਓ, ਮਹਾਰਾਜ ਇੱਦਾਂ ਨਾ ਕਰੋ ਵੀ ਇਹ ਨਾ ਕਹੋ ਆਇਆ ਨਾ ਕਰ। ਕਹਿੰਦੇ ਨਹੀਂ ਗਲਤੀ ਕੋਈ ਨਹੀਂ ਆ, ਤੇਰੀ ਫੌਜ ਵਿੱਚ ਸਾਰਾ ਨੰਬਰ ਦੱਸਿਆ, ਉਹਦਾ ਇਹ ਨੰਬਰ ਹੈ, ਉਹਦੀ ਇਹ ਸ਼ਕਲ ਹੈ, ਇੰਨਾ ਕੱਦ ਹੈ ਔਰ ਇੱਦਾਂ ਦਾ ਸਰੀਰ ਹੈ, ਤੇਰੀ ਫੌਜ ਵਿੱਚ ਇੱਕ ਸਿਪਾਹੀ ਹੈ ਉਹਦੇ ਤੂੰ ਦਰਸ਼ਨ ਕਰ ਲਿਆ ਕਰ, ਉਹ ਬੜਾ ਚੋਟੀ ਦਾ ਮਹਾਂਪੁਰਸ਼ ਹੈ, ਬੜੇ ਕਮਾਈ ਵਾਲਾ ਪੁਰਸ਼ ਹੈ, ਉਹਦੇ ਦਰਸ਼ਨ ਕਰ ਲਿਆ ਕਰ। ਉਹ ਸੂਬੇਦਾਰ ਕਹਿਣ ਲੱਗਿਆ ਮਹਾਰਾਜ ਉਹਦੀ ਮੈਨੂੰ ਕੋਈ ਸਾਧੂਆਂ ਵਾਲੀ ਗੱਲ ਤਾਂ ਨਹੀਂ ਨਜ਼ਰ ਆਈ, ਠੀਕ ਹੈ ਉਹਦਾ ਬਿਰਤੀ ਉਹਦੀ ਠੀਕ ਹੈ, ਹਾਲੇ ਮੈਂ ਕੋਈ ਜਿੰਨਾ ਚਿਰ ਸਾਧ ਸੰਗਤ ਕਿਸੇ ਨੂੰ ਕੋਈ ਦੇਖਦਾ ਨਹੀਂ ਹੈ ਪਤਾ ਨਹੀਂ ਲੱਗਦਾ, ਭਾਵੇਂ ਰੱਬ ਵਿੱਚੇ ਫਿਰਦਾ ਰਹੇ। ਜੋਗਾ ਸਿੰਘ ਕਿੰਨੀ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੌੜੀ 'ਤੇ ਚੜ੍ਹ ਕੇ ਦੇਖਿਆ ਪਹਿਚਾਣ ਨਹੀਂ ਸਕਿਆ, ਕਿੰਨੀ ਵਾਰ ਪੌੜੀ ਚੜ੍ਹਿਆ ਅਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਅੱਖਾਂ ਵੀ ਰਲੀਆਂ ਔਰ ਗੱਲਾਂ ਵੀ ਹੋਈਆਂ ਪਰ ਪਛਾਣ ਨਹੀਂ ਸਕਿਆ। ਕਿਰਪਾ ਤੋਂ ਬਿਨਾਂ ਜਿਸ ਨੂੰ ਤੂੰ ਜਣਾਹੇ ਸੋਈ ਜਨ ਜਾਣੇ, ਜਿਹਨੂੰ ਜਣਾਉਂਦਾ ਉਹੀ ਜਾਣਦੇ, ਦੂਜੇ ਜਾਣ ਨਹੀਂ ਸਕਦੇ। ਅਤੇ ਵਿੱਚੇ ਘੁੰਮਦਾ ਰਿਹਾ ਪਰਮੇਸ਼ਰ ਅਤੇ ਉਹ ਸੂਬੇਦਾਰ ਕਹਿਣ ਲੱਗਿਆ ਮਹਾਰਾਜ ਠੀਕ ਹੈ ਜੀ। ਉਹਨੇ ਜਾ ਕੇ ਬਾਬਾ ਜਵਾਲਾ ਸਿੰਘ ਜੀ ਨੂੰ ਕਹਿਣ ਲੱਗਿਆ ਤੂੰ ਬਾਬਾ ਆਇਆ ਸਿੰਘ ਜੀ ਮਹਾਰਾਜ ਨੂੰ ਜਾਣਦਾ? ਉਹ ਕਹਿੰਦੇ ਮੈਂ ਨਹੀਂ ਜਾਣਦਾ। ਸਾਧ ਸੰਗਤ ਫਿਟਿੰਗ ਹੋਈ ਹੋਵੇ, ਲਾਟੂ ਲੱਗੇ ਹੋਣ, ਸਾਰੀ ਫਿਟਿੰਗ ਹੋਵੇ ਔਰ ਜੇ ਕਨੈਕਸ਼ਨ ਨਹੀਂ ਹੈ ਤਾਂ ਫਿਰ ਉਹਦੇ ਨਾਲ ਲਾਟੂ ਪ੍ਰਕਾਸ਼ ਨਹੀਂ ਕਰਦੇ, ਅੰਦਰ ਪ੍ਰਕਾਸ਼ ਨਹੀਂ ਹੁੰਦਾ, ਪਤਾ ਨਹੀਂ ਲੱਗਦਾ ਹਨੇਰੇ ਦੇ ਵਿੱਚ। ਪਿੱਛਿਓਂ ਸਾਰੀ ਸਮੱਗਰੀ ਪੂਰੀ ਸੀ, ਦੀਵਾ ਸੀ, ਬੱਤੀ ਸੀ, ਤੇਲ ਸੀ, ਸਾਰਾ ਕੁਛ ਪੂਰਾ ਸੀ, ਕੇਵਲ ਜੋਤ ਦੀ ਗੱਲ ਸੀ ਪਾਈ ਰੇ, ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਏ। ਤਾਂ ਕਹਿਣ ਲੱਗੇ ਤੈਨੂੰ ਉਹ ਜਾਣਦੇ ਆ, ਤੈਨੂੰ ਉਹ ਮਹਾਂਪੁਰਸ਼ ਜਾਣਦੇ ਆ, ਤੇਰਾ ਨਾਮ ਵੀ ਦੱਸਿਆ ਉਹਨਾਂ ਨੇ, ਤੇਰਾ ਨੰਬਰ ਵੀ ਦੱਸਿਆ, ਤੇਰਾ ਸਾਰਾ ਕੁਛ ਉਹਨਾਂ ਨੇ ਮੈਨੂੰ ਦੱਸਿਆ, ਤੂੰ ਮਹਾਂਪੁਰਸ਼ਾਂ ਦੇ ਦਰਸ਼ਨਾਂ ਨੂੰ ਚੱਲੂੰਗਾ? ਕਹਿਣ ਲੱਗੇ ਮੈਂ ਚੱਲਿਆ ਚੱਲੂੰਗਾ। ਅਗਲੀ ਸੰਗਰਾਂਦ ਨੂੰ ਬਾਬਾ ਜਵਾਲਾ ਸਿੰਘ ਸੂਬੇਦਾਰ ਸੰਤ ਮਹਾਰਾਜ ਜੀ ਨੂੰ ਲੈ ਕੇ ਫੌਜ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ। ਬਾਬਾ ਆਇਆ ਸਿੰਘ ਜੀ ਮਹਾਰਾਜ ਬਾਹਰ ਬੈਠੇ ਸਨ ਮੰਜੇ 'ਤੇ, ਸੰਗਤ ਕੋਲ ਬੈਠੀ ਸੀ, ਦੂਰੋਂ ਇੱਕ ਖੇਤ ਦੀ ਵਿੱਥ ਤੋਂ ਦੇਖ ਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਮੰਜੇ ਤੋਂ ਉੱਠ ਕੇ ਖੜ੍ਹ ਗਏ। ਕਹਿੰਦੇ ਲੈ ਮਾਂ ਤਾਂ ਭੁੱਲ ਗਈ ਸੀ, ਸ਼ੇਰ ਆਪੇ ਹੀ ਆ ਗਿਆ। ਜਿਹੜੇ ਮਹਾਰਾਜ ਨੇ ਆ ਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਨੂੰ ਮੱਥਾ ਟੇਕਿਆ, ਬਾਬਾ ਆਇਆ ਸਿੰਘ ਜੀ ਮਹਾਰਾਜ ਕਹਿਣ ਲੱਗੇ ਤੂੰ ਸਾਨੂੰ ਜਾਣਦਾ? ਕਹਿਣ ਲੱਗੇ ਮਹਾਰਾਜ ਮੈਂ ਨਹੀਂ ਜਾਣਦਾ ਜੀ। ਇੱਕੋ ਹੀ ਥਾਪੜਾ ਦਿੱਤਾ ਇੱਦਾਂ ਸਾਧ ਸੰਗਤ ਕਰੰਟ, ਜਿਹਨੇ ਕਨੈਕਸ਼ਨ ਦੇਣਾ ਉਹਦਾ ਬਹੁਤਾ ਕੰਮ ਨਹੀਂ ਹੁੰਦਾ ਜੇ ਫਿਟਿੰਗ ਹੋਈ ਹੋਵੇ, ਦੋ ਹੀ ਤਾਰਾਂ ਹੁੰਦੀਆਂ, ਉਹਨਾਂ ਦੋ 'ਚੋਂ ਇੱਕ ਤਾਰ ਤੋੜ ਦਿਓ ਅਤੇ ਫੋਟੋ ਵੀ ਦਿਸਣੋਂ ਹਟ ਜਾਂਦੀ, ਆਵਾਜ਼ ਵੀ ਬੰਦ ਹੋ ਜਾਂਦੀ। ਉਹਨਾਂ ਦੋਨਾਂ ਤਾਰਾਂ ਵਿੱਚੋਂ ਇੱਕ ਤਾਰ ਜੋੜ ਦਿਓ, ਜੇ ਇੱਕ ਟੁੱਟੀ ਉਹ ਇੱਕ ਨੂੰ ਜੋੜ ਦਿਓ, ਫੋਟੋ ਦਿਸਣ ਲੱਗ ਜਾਂਦੀ, ਆਵਾਜ਼ ਸੁਣਨ ਲੱਗ ਜਾਂਦੀ। ਕਨੈਕਸ਼ਨ ਵਾਲੇ ਦਾ ਬਹੁਤਾ ਕੰਮ ਨਹੀਂ ਹੈ, ਫਿਟਿੰਗ ਵਾਲੇ ਦਾ ਬਹੁਤਾ ਕੰਮ ਹੈ, ਮਿਹਨਤ ਕਰਨੀ ਪੈਂਦੀ ਹੈ। ਜਿੱਦਾਂ ਫਿਟਿੰਗ ਹੈ, ਕੰਨਾਂ ਵਿੱਚ ਨੁਕਸ ਹੈ, ਅੱਖਾਂ ਵਿੱਚ ਨੁਕਸ ਹੈ, ਮੂੰਹ ਵਿੱਚ ਨੁਕਸ ਹੈ, ਜੀਭ 'ਤੇ ਨੁਕਸ ਹੈ, ਇਹ ਨੁਕਸ ਦੂਰ ਕਰਨੇ ਪੈਂਦੇ। ਜੇ ਨੁਕਸ ਦੋ ਹੋਣ 'ਤੇ ਕਨੈਕਸ਼ਨ ਦੇ ਦੇਵੇ ਅਤੇ ਮਾੜਾ ਬੰਦਾ ਸਰਾਪ ਦੇ ਦਿੰਦਾ, ਕਈ ਵਾਰੀ ਸਰਾਪ ਦੇ ਕੇ ਬਹੁਤ ਸਾਰਾ ਨੁਕਸਾਨ ਕਰ ਦਿੰਦਾ, ਉਹ ਫਿਰ ਕਨੈਕਸ਼ਨ ਦਿੰਦੇ ਨਹੀਂ ਹੈ। ਜਿਹਨੂੰ ਦੁਸ਼ਮਣ ਮਿੱਤਰ ਬਰਾਬਰ ਹੋਣ, ਗੁੱਸਾ ਚੜ੍ਹਦਾ ਨਾ ਹੋਵੇ, ਉਸ ਤਤਕੀਤੀ 'ਤੇ ਬਹੁਤਾ ਖੁਸ਼ ਨਾ ਹੁੰਦਾ ਹੋਵੇ, ਫਿਰ ਕਨੈਕਸ਼ਨ ਉਹਨੂੰ ਹੀ ਦਿੰਦੇ ਆ ਜਿਹਦੇ ਵਿੱਚ ਪਾਵਰ ਬਣੀ ਹੋਵੇ, ਸ਼ਕਤੀ ਸੰਭਾਲਣ ਦੀ ਉਹਦੇ ਅੰਦਰ ਸਮਰੱਥਾ ਹੋਵੇ। ਨਾਮ ਜਪ ਕੇ ਤਾਕਤ ਪੈਦਾ ਕਰ ਲੈਣੀ ਵੱਖਰੀ ਗੱਲ ਹੈ, ਸੰਭਾਲਣੀ ਬੜੀ ਔਖੀ ਹੈ, ਸੰਭਾਲੀ ਨਹੀਂ ਜਾਂਦੀ, ਕੋਈ ਬਿਰਲੇ ਪੁਰਖ ਸੰਭਾਲਦੇ ਜਿਨ੍ਹਾਂ ਦਾ ਹਾਜ਼ਮਾ ਹੈ, ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸਕਾ ਹੋਏ ਉਧਾਰੋ। ਪਤਾ ਨਹੀਂ ਲੱਗਣ ਦਿੰਦੇ ਸੀ ਕਿ ਮੇਰੇ ਕੋਲ ਤਾਕਤ ਹੈ, ਪਤਾ ਨਹੀਂ ਲੱਗਣ ਦਿੰਦੇ ਸੀ। ਇਹ ਵੀ ਨਹੀਂ ਕਹਿੰਦੇ ਸੀ ਜਾ ਤੇਰਾ ਕੰਮ ਹੋ ਜੂਗਾ, ਕਹਿਣਾ ਫਲਾਨੇ ਥੈਂ ਤੂੰ ਦਵਾਈ ਲੈ ਲਾ, ਅਣਜਾਣ ਬਣ ਕੇ ਰਹਿਣਾ, ਫਲਾਨੀ ਜਗ੍ਹਾ ਮੱਥਾ ਟੇਕ ਆ, ਕੰਮ ਉਹਦਾ ਕਰ ਦੇਣਾ। ਅਤੇ ਸਾਧ ਸੰਗਤ ਫਿਰ ਸਾਡੇ ਬਜ਼ੁਰਗਾਂ ਨੇ ਜਿੱਦਾਂ ਗੱਲ ਦੱਸੀ ਆ ਕਿਤਾਬਾਂ ਵਿੱਚ ਤਾਂ ਕਈ ਕੁਛ ਲਿਖਿਆ ਹੋਇਆ, ਇੱਕੋ ਹੀ ਥਾਪੜਾ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਦਿੱਤਾ। 3 ਦਿਨ ਫਿਰ ਬਾਬਾ ਸੰਤ ਮਹਾਰਾਜ ਜੀ ਬੇਸੁੱਧ ਰਹੇ,
ਤਿੰਨਾਂ ਦਿਨਾਂ ਤੋਂ ਬਾਅਦ ਸਰੀਰ ਵਿੱਚ ਜਦੋਂ ਆਏ ਤਾਂ ਫਿਰ ਉੱਠ ਕੇ ਮੱਥਾ ਟੇਕਿਆ, ਕਹਿਣ ਲੱਗੇ ਜਾਣਦਾ ਤੂੰ ਐਨ ਸਾਨੂੰ? ਕਹਿਣ ਲੱਗੇ ਮਹਾਰਾਜ ਕਈ ਜਨਮ ਹੋ ਗਏ, ਕਈ ਜਨਮ ਪ੍ਰਕਾਸ਼ ਹੋ ਗਿਆ। ਇੱਕੋ ਵਾਰੀ ਕਨੈਕਸ਼ਨ, ਵਸਤੂ ਪੂਰੀ ਸੀ, ਸਿਰਫ ਕਨੈਕਸ਼ਨ ਦਿੱਤਾ ਅਤੇ ਪ੍ਰਕਾਸ਼ ਹੋ ਗਿਆ। ਬੇਨਤੀ ਕੀਤੀ, ਮਹਾਰਾਜ ਮੈਂ ਫੌਜ ਦੀ ਨੌਕਰੀ ਨਹੀਂ ਕਰਨੀ। ਕਹਿਣ ਲੱਗੇ ਨਹੀਂ ਬਾਬਾ ਆਇਆ ਸਿੰਘ ਜੀ, ਮਹਾਰਾਜ ਕਹਿੰਦੇ ਨਹੀਂ, ਫੌਜ ਦੀ ਨੌਕਰੀ ਛੱਡਣੀ ਨਹੀਂ ਆ। ਹਾਲੇ ਫਰਾਂਸ ਦੇ ਵਿੱਚ ਸਿੱਖਾਂ ਦਾ ਨੁਕਸਾਨ ਬਹੁਤ ਹੁੰਦਾ। ਉਸ ਫਰਾਂਸ ਦੀ ਜੰਗ ਦੇ ਵਿੱਚ ਵੱਡੇ ਵੱਡੇ ਮਹਾਂਪੁਰਸ਼ਾਂ, ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਅਤੇ ਸੰਤ ਬਾਬਾ ਮੇਹਰ ਸਿੰਘ ਜੀ ਪਡੋਰੀ ਨਿਜਰਾਂ ਵਾਲੇ, ਬਹੁਤ ਸਾਰੇ ਮਹਾਂਪੁਰਸ਼ਾਂ ਦਾ ਜ਼ਿਕਰ ਹੈ ਉਸ ਜੰਗ ਦੇ ਵਿੱਚ। ਬੜੇ ਬੜੇ ਕਮਾਈਆਂ ਵਾਲੇ ਪੁਰਸ਼ ਉਸ ਜੰਗ ਵਿੱਚ ਗਏ ਆ। ਕਹਿਣ ਲੱਗੇ ਕਾਕਾ ਉੱਥੇ ਤੈਨੂੰ ਜਾਣਾ ਪਊਗਾ, ਸਿੱਖਾਂ ਦਾ ਨੁਕਸਾਨ ਬਹੁਤ ਹੋ ਰਿਹਾ। ਉਸ ਜੰਗ ਦੇ ਵਿੱਚ ਸੰਤ ਮਹਾਰਾਜ, ਫਿਰ ਬਾਬਾ ਆਇਆ ਸਿੰਘ ਜੀ ਦਾ ਹੁਕਮ ਮੰਨ ਕੇ ਉਸ ਜੰਗ ਵਿੱਚ ਗਏ ਔਰ ਹਿਟਲਰ ਨੂੰ ਮੋੜਿਆ। ਸਾਰੀ ਸਿੱਖ ਫੌਜ ਸੀ, ਦਾੜੀਆਂ ਰੱਖੀਆਂ ਹੋਈਆਂ ਸਨ। ਇੱਕ ਨੈੱਟ 'ਤੇ ਫੋਟੋ ਹੈ ਬਾਬਾ ਮੱਘਰ ਸਿੰਘ ਜੀ ਮਹਾਰਾਜ ਦੀ, 35-36 ਸਾਲ ਦੀ ਉਮਰ ਵਿੱਚ ਬਾਬਾ ਮੱਘਰ ਸਿੰਘ ਜੀ ਸਰੀਰ ਛੱਡ ਗਏ। ਜੰਗ ਨੂੰ ਤਿਆਰੀ ਕਰਨ ਤੋਂ ਪਹਿਲਾਂ ਬਾਬਾ ਮੱਘਰ ਸਿੰਘ ਜੀ ਆਸਾ ਜੀ ਦੀ ਵਾਰ ਲਾਉਂਦੇ ਆ, ਪਿੱਛੇ ਫੌਜੀ ਖੜ੍ਹੇ ਆ ਔਰ ਮੂਹਰੇ ਬਾਬਾ ਮੱਘਰ ਸਿੰਘ ਜੀ ਮਹਾਰਾਜ ਬੈਠੇ, ਆਪਣੇ ਨਾਲ ਉਹਨਾਂ ਦੇ ਸੰਗੀ ਹੈ, ਇਕੱਲੀ ਢੋਲਕੀ ਹੈ, ਹੋਰ ਸਾਜ਼ ਕੋਈ ਨਹੀਂ ਹੈ। ਇਕੱਲੀ ਢੋਲਕੀ ਨਾਲ ਆਸਾ ਜੀ ਦੀ ਵਾਰ ਲਾ ਕੇ ਫਿਰ ਫੌਜ ਚੜ੍ਹੀ ਆ ਫਰਾਂਸ ਵਿੱਚ ਮਹਾਂਪੁਰਸ਼ਾਂ ਦੀ, ਹਿਟਲਰ ਨੂੰ ਮੋੜਨ ਵਾਸਤੇ। ਔਰ ਜਦੋਂ ਹਿਟਲਰ ਨੂੰ ਮੋੜਿਆ, ਪਿੱਛੇ ਜਿਹਨੇ ਸਾਰੀ ਦੁਨੀਆ 'ਤੇ ਰਾਜ ਕਰ ਜਾਣਾ ਸੀ, ਔਰ ਹਿਟਲਰ ਨੇ ਇੱਕ ਬੋਲ ਆਪਣੇ ਮੂੰਹੋਂ ਬੋਲਿਆ, ਕਹਿਣ ਲੱਗਿਆ ਜੇ ਪੰਜਾਬੀ ਰਿੱਛ ਨਾ ਹੁੰਦੇ ਤਾਂ ਮੈਂ ਸਾਰੀ ਦੁਨੀਆ 'ਤੇ ਰਾਜ ਕਰ ਜਾਣਾ ਸੀ। ਉਹਨੂੰ ਮੋੜਨ ਵਾਲੇ ਸੰਤ ਮਹਾਰਾਜ ਜੀ, ਜਿਨ੍ਹਾਂ ਦਾ ਅੱਜ ਤੁਸੀਂ ਜਨਮ ਦਿਹਾੜਾ, ਐਵੇਂ ਨਹੀਂ ਜਨਮ ਦਿਹਾੜੇ ਮਨਾਏ ਜਾਂਦੇ, ਦੁਨੀਆ ਆਪਣੇ ਧੀਆਂ ਪੁੱਤਰਾਂ ਦੇ ਜਨਮ ਦਿਹਾੜੇ ਮਨਾਉਂਦੀ ਹੈ, ਪਰ ਉਹਨਾਂ ਦੇ ਕਈ ਵਾਰੀ ਦੂਸਰੇ ਰਸਤੇ ਨੂੰ ਲੋਕ ਚਲੇ ਜਾਂਦੇ ਆ। ਇਹਨਾਂ ਦੇ ਜਨਮ ਦਿਹਾੜੇ ਸਾਰੀ ਦੁਨੀਆ ਹੀ ਮਨਾਉਂਦੀ ਆ, ਬਾਹਰਲਿਆਂ ਵਿਦੇਸ਼ਾਂ ਵਿੱਚ ਵੀ ਮੰਨਦੇ ਆ, ਇੱਧਰ ਵੀ ਜਗ੍ਹਾ ਜਗ੍ਹਾ 'ਤੇ ਉਹਨਾਂ ਦੇ ਜਨਮ ਦਿਹਾੜੇ ਮੰਨਦੇ ਆ। ਬੜੀਆਂ ਵੱਡੀਆਂ ਦੇਣਾਂ ਨੇ ਉਹਨਾਂ ਦੀਆਂ ਸਾਡੇ ਸਿੱਖ ਕੌਮ ਨੂੰ। ਜਿਹੜੇ ਲੋਕ ਅਣਜਾਣ ਨੇ, ਬਾਹਰ ਕੱਟੜਵਾਦ ਵੀ ਕੈਨੇਡਾ ਵਿੱਚ ਵੀ ਕਈ ਕੱਟੜਵਾਦ ਜਿਹੜੇ ਬੈਠੇ ਆ, ਉਹ ਵੀ ਇਸ ਗੱਲ ਨੂੰ ਮੰਨਦੇ ਆ ਕਿ ਇਹਨਾਂ ਦੀ ਦੇਣ ਸਿੱਖ ਕੌਮ ਨੂੰ ਬਹੁਤ ਵੱਡੀ ਹੈ। ਉਹ ਕਹਿਣ ਲੱਗਿਆ ਜਦ ਮੈਂ ਬਾਬਾ ਜਵਾਲਾ ਸਿੰਘ ਜੀ ਦਾ ਜੀਵਨ ਪੜ੍ਹਿਆ, ਇੱਕ ਬਹੁਤ ਵੱਡੀ ਦੇਣ ਸਿੱਖ ਕੌਮ ਨੂੰ ਇਹਨਾਂ ਨੇ ਦਿੱਤੀ ਹੈ। ਉਹ ਹੈ ਕਿ ਅੰਗਰੇਜ਼ ਦੇ ਸਮੇਂ 'ਤੇ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਛਾਪਣ ਦਾ ਅਧਿਕਾਰ ਨਹੀਂ ਸੀ, ਔਰ ਸੰਤ ਮਹਾਰਾਜ ਨੇ ਉਹ ਅਧਿਕਾਰ ਅੰਗਰੇਜ਼ ਕੌਮ ਤੋਂ, ਗੌਰਮੈਂਟ ਤੋਂ ਲੈ ਕੇ ਸਿੱਖ ਕੌਮ ਨੂੰ ਦਿੱਤਾ। ਔਰ ਅੰਗਰੇਜ਼ ਨਾਲ ਇਹ ਗੱਲ ਕੀਤੀ ਕਿ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਛਾਪਣ ਦਾ ਅਧਿਕਾਰ ਦਿੱਤਾ ਜਾਵੇ। ਔਰ ਅੰਗਰੇਜ਼ ਇਨਕਾਰੀ ਹੋਇਆ, ਉਸਨੇ ਕਿਹਾ ਇੰਨਾ ਪੈਸਾ ਜਮ੍ਹਾਂ ਕਰਾਉਣਾ ਪਵੇਗਾ। ਅਤੇ ਸੰਤ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਕਿਹਾ ਭਾਈ ਪੈਸੇ ਜਮ੍ਹਾਂ ਕਰਾਓ। 15,000 ਰੁਪਈਆ ਦੱਸਿਆ ਉਸ ਵੇਲੇ ਦਿੱਤਾ, ਉਹ 15,000 ਉਸ ਵੇਲੇ ਬਹੁਤ ਸੀ। ਉਹਨਾਂ ਨੇ ਕਿਹਾ ਬਾਕੀ ਜਿੰਨੇ ਪੈਸੇ ਲੱਗਣਗੇ ਅਸੀਂ ਤੁਹਾਨੂੰ ਪੈਸੇ ਦੇਵਾਂਗੇ। ਅੱਜ ਜਿਹੜੀ ਸਿੱਖ ਕੌਮ ਅਧਿਕਾਰ ਹੈ ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਛਾਪਣ ਦਾ, ਇਹ ਅਧਿਕਾਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਲੈ ਕੇ ਦਿੱਤਾ। ਔਰ ਫਿਰ ਸਾਧ ਸੰਗਤ ਜੀ, ਵੱਡੀਆਂ ਦੇਣਾਂ ਨੇ ਸਿੱਖ ਸਮਾਜ ਦੇ ਅੰਦਰ ਵੀ ਅਤੇ ਸਮਾਜ ਨੂੰ, ਦੁਨੀਆ ਦੇ ਹਿੰਦੁਸਤਾਨ ਨੂੰ ਵੀ ਬੜੀ ਵੱਡੀ ਦੇਣ ਹੈ। ਭਾਵੇਂ ਕੋਈ ਕਿਸੇ ਵੀ ਧਰਮ ਦਾ ਹੈ, ਹਿੰਦੁਸਤਾਨ ਪਾਕਿਸਤਾਨ ਦੀ ਵੰਡ ਵਿੱਚ ਬੜਾ ਵੱਡਾ ਯੋਗਦਾਨ ਹੈ ਬਾਬਾ ਜਵਾਲਾ ਸਿੰਘ ਜੀ ਦਾ। ਅੱਜ ਤਾਂ ਤੁਸੀਂ ਨਨਕਾਣਾ ਸਾਹਿਬ ਦੀਆਂ ਅਰਦਾਸਾਂ ਕਰਦੇ ਹੋ, ਕਰਤਾਰਪੁਰ ਸਾਹਿਬ ਦੀਆਂ ਅਰਦਾਸਾਂ ਕਰਦੇ ਹੋ। ਜੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਿਰਪਾ ਨਾ ਕਰਦੇ, ਇਹ ਅਰਦਾਸਾਂ ਤੁਹਾਡੀਆਂ ਲੰਬੀਆਂ ਹੋ ਜਾਣੀਆਂ ਸੀ। ਵਿੱਚੇ ਤੁਸੀਂ ਹਰਿਮੰਦਰ ਸਾਹਿਬ ਦੀ ਅਰਦਾਸ ਕਰਨੀ ਸੀ, ਖਡੂਰ ਸਾਹਿਬ ਦੀ ਕਰਨੀ ਸੀ, ਗੋਇੰਦਵਾਲ ਸਾਹਿਬ ਦੀ ਕਰਨੀ ਸੀ, ਸਾਰੇ ਪਵਿੱਤਰ ਅਸਥਾਨ ਡੇਰਾ ਬਾਬਾ ਨਾਨਕ, ਅਨੰਦਪੁਰ ਸਾਹਿਬ ਦੀ ਧਰਤੀ, ਇਹ ਸਾਰੇ ਅਸਥਾਨਾਂ ਦੀ ਤੁਹਾਨੂੰ ਅਰਦਾਸਾਂ ਕਰਨੀਆਂ ਪੈਣੀਆਂ ਸਨ। ਇਹ ਫਿਰ ਬਾਬਾ ਜਵਾਲਾ ਸਿੰਘ ਜੀ, ਅੱਜ ਵੀ ਤੁਸੀਂ ਹਜ਼ੂਰ ਸਾਹਿਬ ਜਾਓ, ਸੰਤ ਬਾਬਾ ਕਰਮ ਸਿੰਘ ਜੀ ਗੇਰੇ ਵਾਲਿਆਂ ਨੇ ਉਸ ਪਵਿੱਤਰ ਅਸਥਾਨ 'ਤੇ ਘਾਟ ਬਣਾਇਆ ਸੀ, ਜਿਹੜਾ ਕਮੇਟੀ ਨੇ ਬਹੁਤ ਕੁਛ ਬਦਲ ਦਿੱਤਾ, ਉੱਥੇ ਢਾ ਦਿੱਤਾ। ਉੱਥੇ ਸੰਤ ਮਹਾਰਾਜ ਦਾ ਅਸਥਾਨ ਸੀ, ਇਹ ਕੋਠੀ ਸੀ ਛੋਟੀ ਜਿਹੀ, ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਮੰਗੀ ਵੀ ਸੀ ਇਹ ਪੈਸੇ ਲੈ ਲਓ ਅਤੇ ਸਾਨੂੰ ਇਹ ਕੋਠੜੀ ਦੇ ਦਿਓ, ਜਿਸ ਕੋਠੜੀ ਵਿੱਚ ਬੈਠ ਕੇ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਕੀਤੀ ਹੈ ਬਾਬਾ ਜਵਾਲਾ ਸਿੰਘ ਜੀ ਨੇ। ਉਹ ਕੋਠੜੀ ਫਿਰ ਕਮੇਟੀ ਨੇ ਢਾ ਦਿੱਤੀ, ਬਾਬਾ ਕਰਮ ਸਿੰਘ ਜੀ ਮਹਾਰਾਜ ਗੇਰੇ ਵਾਲਿਆਂ ਨੇ ਅਸਥਾਨ ਬਣਾਇਆ ਸੀ। ਬਹੁਤ ਮਹਾਨ ਹਸਤੀ ਬਾਬਾ ਕਰਮ ਸਿੰਘ ਜੀ ਗੇਰੇ ਵਾਲੇ ਵੀ, ਜਿਹੜੀ ਵੀ ਕੋਈ ਚੀਜ਼ ਆਪਣੇ ਨਾਮ ਨਹੀਂ ਲਵਾਈ,
ਉਹਨਾਂ ਦੀ ਸੰਗਤ ਵੀ ਬਹੁਤ ਆਈ ਹੋਈ ਹੈ। ਜਿਹੜੀ ਕੋਈ ਚੀਜ਼ ਲੈਂਦੇ ਸੀ ਬਸੰਤ ਮਹਾਰਾਜ ਦਾ ਨਾਮ ਲਿਖਾਉਣਾ, ਜ਼ਮੀਨ ਦੀ ਰਜਿਸਟਰੀ 'ਚ ਕਰਾ ਕੇ ਉਹਨਾਂ ਦੇ ਨਾਮ 'ਤੇ ਲਿਆ ਕੇ ਦੇ ਦਿੱਤੀ। ਬਹੁਤ ਗਰਮ ਹੋਈ, ਬਹੁਤ ਗਾਲਾਂ ਕੱਢੀਆਂ, ਕਹਿਣ ਲੱਗੇ ਉਹ ਮੇਰੇ ਨਾਮ 'ਤੇ ਕਿੱਦਾਂ ਕਰਾ ਦਿੱਤੀ, ਮਹਾਰਾਜ ਦੇ ਨਾਮ 'ਤੇ ਕਰਾਓ। ਕਹਿਣ ਲੱਗੇ ਜੀ ਪੈਸੇ ਲੱਗਣੇ, ਕਹਿੰਦੇ ਪੈਸੇ ਲੱਗਦੇ ਲਾ ਦਿਓ, ਮੇਰੇ ਨਾਂ 'ਤੇ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਔਰ ਉਹ ਰਜਿਸਟਰੀ ਜ਼ਮੀਨ ਦੀ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਫਿਰ ਸੰਤ ਮਹਾਰਾਜ ਦੇ ਨਾਮ 'ਤੇ ਕਰਾਈ। ਅੱਜ ਵੀ ਉਹਨਾਂ ਦੇ ਅਸਥਾਨ ਸੰਤ ਮਹਾਰਾਜ ਦੇ ਨਾਮ 'ਤੇ ਹੀ ਹੈ। ਉੱਥੇ ਛੋਟੀ ਜਿਹੀ ਕੋਠੜੀ ਸੀ, ਉੱਥੇ ਲਿਖਿਆ ਵੀ ਹੋਇਆ ਸੀ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲ ਵਾਲੇ, ਬੰਧਾ ਕਾਟ ਦੇ ਕੋਲ ਹੀਰਾ ਕਾਟ ਦੇ ਨਾਲ ਹੀ ਉੱਥੇ ਜਗ੍ਹਾ ਸੀ। ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਉੱਥੇ ਘਾਟ ਬਣਾਇਆ ਸੀ, ਗੇਟ ਵੀ ਬਣਾਇਆ ਸੀ। ਹੋਰ ਵੀ ਬਹੁਤ ਵੱਡੀਆਂ ਦੇਣਾਂ ਨੇ ਉਹਨਾਂ ਦੀਆਂ, ਸਿੱਖ ਸਮਾਜ ਨੂੰ ਵੀ, ਸੰਸਾਰ ਦੇ ਆਪਣੇ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਵੱਡੀ ਦੇਣ ਹੈ। ਮੈਂ ਬਹੁਤਾ ਜ਼ਿਕਰ ਨਹੀਂ ਕਰ ਸਕਦਾ ਕਿਉਂਕਿ ਸਮਾਂ ਨਹੀਂ ਹੈ, ਹੋਰ ਸਾਰੇ ਬਹੁਤ ਮਹਾਂਪੁਰਸ਼ ਆਏ ਹੋਏ ਆ। ਉਹਦੇ ਤੋਂ ਬਾਅਦ ਫੌਜ ਤੋਂ ਬਾਅਦ ਬਾਹਰ ਆ ਕੇ ਫਰਾਂਸ ਦੀ ਜੰਗ ਤੋਂ ਆ ਕੇ ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਕਿਹਾ ਮਹਾਰਾਜ ਮੈਂ ਫੌਜ ਦੀ ਨੌਕਰੀ ਨਹੀਂ ਕਰਨੀ। ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਤੋਂ ਬਾਬਾ ਬਿਸ਼ਨ ਸਿੰਘ ਜੀ ਨੰਗਲ ਵਾਲੇ, ਉਹਨਾਂ ਨੇ ਬੇਨਤੀ ਕਰਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਪੰਜਾਬ ਦੀ ਧਰਤੀ 'ਤੇ ਲਿਆਂਦਾ। ਉਸ ਵੇਲੇ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਵਚਨ ਕੀਤਾ, ਕਾਕਾ ਕਿਸੇ ਤੋਂ ਮੰਗਣਾ ਨਹੀਂ ਹੈ, ਇੱਥੇ ਵੀ ਉਹਨਾਂ ਦੀ ਹਦਾਇਤ ਹੈ ਕਿ ਕਿਸੇ ਮੰਗਣ ਨਹੀਂ ਜਾਣਾ। ਔਰ ਬਹੁਤ ਮੰਗਣ ਵਾਲਿਆਂ ਦੇ, ਗ੍ਰਾਹੀ ਕਰਨ ਵਾਲਿਆਂ ਦੇ ਬੜੇ ਖਿਲਾਫ ਹੁੰਦੇ ਸੀ, ਕਹਿੰਦੇ ਭਾਈ ਰੱਬ ਦਾ ਆਸਰਾ ਲੈ ਕੇ ਬੈਠਿਓ, ਪਰਮੇਸ਼ੁਰ ਦਾ ਆਸਰਾ ਲੈ ਕੇ ਬੈਠਿਓ। ਬਾਬੂ ਕਾਨ ਸਿੰਘ ਜੀ ਉਹਨਾਂ ਦੇ ਸੇਵਕ ਸਨ, ਇੱਥੇ ਰਹਿੰਦੇ ਹੁੰਦੇ ਸਨ। ਉਹ ਇੱਕ ਦਿਨ ਸੰਤ ਮਹਾਰਾਜ ਹਰਖੋ ਵਾਲ ਵਾਲੇ ਪਾਸੇ ਜਦੋਂ ਲੰਘਣ ਲੱਗੇ ਤਾਂ ਉੱਥੇ ਸੜਕ ਦੇ ਉੱਤੇ ਬਾਬੂ ਕਾਨ ਸਿੰਘ ਜੀ ਨੇ ਜਾ ਕੇ ਮੱਥਾ ਟੇਕਿਆ। ਕਹਿਣ ਲੱਗੇ ਮਹਾਰਾਜ ਮੈਨੂੰ ਬ੍ਰਹਮ ਗਿਆਨ ਹੋ ਗਿਆ। ਕਹਿਣ ਲੱਗੇ ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ, ਹੋ ਗਿਆ। ਕਹਿਣ ਲੱਗੇ ਮਹਾਰਾਜ ਆਗਿਆ ਬਖਸ਼ੋ। ਕਹਿਣ ਲੱਗੇ ਕਾਕਾ ਜੇ ਸਕੂਲ ਦੇ ਬਹੁਤੇ ਵਿਦਿਆਰਥੀ ਫੇਲ ਹੋ ਜਾਣ, ਨਾ ਉਹ ਸਕੂਲ ਨੂੰ ਕੋਈ ਚੰਗਾ ਕਹਿੰਦਾ, ਨਾ ਵਿਦਿਆਰਥੀ ਅਧਿਆਪਕਾਂ ਨੂੰ ਚੰਗੇ ਕਹਿੰਦਾ, ਜੇ ਸਕੂਲ ਦੇ ਬਹੁਤੇ ਅਧਿਆਪਕ ਵਿਦਿਆਰਥੀ ਪਾਸ ਹੋ ਜਾਣ, ਉਹ ਅਧਿਆਪਕ ਦੀ ਵੀ ਵਡਿਆਈ ਆ, ਸਕੂਲ ਦੀ ਵੀ ਵਡਿਆਈ ਆ। ਚਲੇ ਜਾਓ ਕਹਿੰਦੇ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਆਸਰੇ ਨਾ ਬੈਠਿਓ, ਰੱਬ ਦੇ ਆਸਰੇ ਬਹਿ ਜਾਇਓ, ਜਿੱਥੇ ਵੀ ਬੈਠੋਗੇ ਰੱਬ ਦਾ ਆਸਰਾ ਲੈ ਕੇ ਬੈਠਿਓ। ਇੱਥੇ ਜਦੋਂ ਵੀ ਆਉਣਾ ਸਾਲ ਛਿਆਂ ਮਹੀਨਿਆਂ ਬਾਅਦ ਹਿੰਦੁਸਤਾਨ ਦਾ ਚੱਕਰ ਲਾ ਕੇ, ਉਹ ਨਿੰਮ ਹਾਲੇ ਹਰੀ ਹੈ, ਪਿਛਲੇ ਸੁੱਕ ਗਈ ਸੀ ਉਹ ਫਿਰ ਉਹਨਾਂ ਨੇ ਕਿਰਪਾ ਕਰ ਦਿੱਤੀ, ਹਰੀ ਹੋ ਗਈ ਆ। ਛੰਨ ਦੇ ਮੋਹਰੇ ਜਿਹੜੀ ਨਿੰਮ ਹੈ, ਉੱਥੇ ਲੱਕੜੀ ਦਾ ਤਖ਼ਤ ਪੋਛ ਡਾ ਕੇ ਬਹਿੰਦੇ ਹੁੰਦੇ ਸੀ, ਸੰਗਤਾਂ ਨੂੰ ਖੁਸ਼ਬੂ ਆ ਜਾਂਦੀ ਸੀ, ਸੰਗਤਾਂ ਪਿੱਛੇ ਲਾਈਨਾਂ ਲੱਗ ਲੱਗ ਕੇ ਆਉਂਦੀਆਂ ਸੀ ਮੱਥੇ ਟੇਕਣ ਵਾਸਤੇ, ਉਹਨਾਂ ਦੀ ਖੁਸ਼ਬੂ ਹੀ ਐਸੀ ਸੀ, ਦੱਸਣਾ ਨਹੀਂ ਸੀ ਪੈਂਦਾ ਵੀ ਸੰਤ ਮਹਾਰਾਜ ਆ ਗਏ, ਦੁਨੀਆਂ ਆਪੇ ਹੀ ਪਤਾ ਲੱਗ ਜਾਂਦਾ ਸੀ। ਬੈਠ ਕੇ ਗਿਆਨੀ ਹਰੀ ਸਿੰਘ ਜੀ ਇੱਥੇ ਰਹਿੰਦੇ ਹੁੰਦੇ ਸਨ, ਕਥਾ ਕਰਦੇ ਹੁੰਦੇ ਸਨ, ਉਹਨਾਂ ਨੂੰ ਨਾਲ ਆਪਣੇ ਤਖ਼ਤ ਪੋਸ਼ 'ਤੇ ਬਹਾਲ ਲੈਣਾ ਅਤੇ ਬੜੇ ਪ੍ਰੇਮ ਨਾਲ ਗੱਲਾਂ ਕਰਨੀਆਂ। ਪ੍ਰੇਮ ਤਾਂ ਉਹਨਾਂ ਦੀ ਜੀਭ 'ਤੇ ਅੰਮ੍ਰਿਤ ਵਰਸਦਾ ਸੀ, ਜਿਹਨੂੰ ਇੱਕ ਵਾਰ ਪੁੱਤ ਕਹਿ ਦਿੰਦੇ ਸੀ ਉਹ ਤਾਂ ਆਪਣੇ ਆਪ ਨੂੰ ਸਮਝਦਾ ਸੀ ਮੈਨੂੰ ਪਤਾ ਨਹੀਂ ਕੀ ਮਿਲ ਗਿਆ, ਇੰਨਾ ਪਿਆਰ ਨਾਲ ਉਹ ਬਚਨ ਕਰਦੇ ਹੁੰਦੇ ਸੀ। ਕਹਿਣ ਦੇ ਅੱਗੇ ਦੇਖਿਓ ਮੇਰੇ ਤੋਂ ਬਾਅਦ ਕਿਤੇ ਗੱਡਾ ਜੋੜ ਕੇ ਮੰਗਣ ਨਾ ਤੁਰ ਪਿਓ, ਮੈਂ ਤੁਹਾਨੂੰ ਮੰਗਣ ਜੋਗੇ ਨਹੀਂ ਛੱਡਿਆ, ਰੱਬ ਦਾ ਆਸਰਾ ਲੈ ਕੇ ਬੈਠਿਓ, ਇੱਥੇ ਸਾਰੇ ਪਦਾਰਥ ਪਹੁੰਚੂਗੇ। ਇਹ ਖੇਤੀ ਤਾਂ ਕਹਿੰਦੇ ਕਿਹੋ ਨਾ ਸਾਡੀ ਖੇਤੀ ਨਾਲ ਲੰਗਰ ਚੱਲਦਾ, ਇਹ ਖੇਤੀ ਤਾਂ ਮੈਂ ਤੁਹਾਡੇ ਸਰੀਰ ਤੰਦਰੁਸਤ ਰੱਖਣ ਵਾਸਤੇ ਰੱਖੀ ਹੋਈ ਆ, ਇੱਥੇ ਮੈਂ ਕਿੰਨਾ ਚਿਰ ਕਈ ਸਾਲ ਮੈਂ ਪ੍ਰਸ਼ਾਦਾ ਨਹੀਂ ਪੱਕਣ ਦਿੱਤਾ, ਜੇ 500 ਸਰੀਰ ਆ ਗਿਆ ਤਾਂ 500 ਦਾ ਪ੍ਰਸ਼ਾਦਾ ਆ ਜਾਂਦਾ ਸੀ, ਜੇ 2000 ਆ ਗਿਆ ਤਾਂ 2000 ਦਾ ਆ ਜਾਂਦਾ ਸੀ, ਮੈਂ ਜਦੋਂ ਕਹਿੰਦੇ ਆ ਕੇ ਬੈਠਿਆ ਮੈਂ 7 ਦਿਨ ਭੁੱਖਾ ਰਿਹਾ, ਇੱਥੇ ਬੜਾ ਔਖਾ ਕੰਮ ਹੈ 7 ਦਿਨ ਭੁੱਖੇ ਰਹਿਣਾ, ਕਹਿੰਦੇ ਮੈਂ 7 ਦਿਨ ਭੁੱਖਾ ਰਿਹਾ। 7 ਦਿਨਾਂ ਤੋਂ ਬਾਅਦ ਫਿਰ ਪ੍ਰਸ਼ਾਦੇ ਲਾਈਨਾਂ ਲੱਗ ਗਈਆਂ, ਪਰਮੇਸ਼ਰ ਨੇ ਸਾਰ ਲਈ। ਕਹਿਣ ਲੱਗੇ ਦੇਖਿਓ ਮੇਰੇ ਤੋਂ ਬਾਅਦ ਮੰਗਣ ਨਾ ਚਲੇ ਜਾਇਓ, ਗੁਰਬਾਣੀ ਵੀ ਕਹਿੰਦੀ ਹੈ ਗੁਰਪੀਰ ਸਦਾਏ ਮੰਗਣ ਜਾਏ ਉਨਕੇ ਮੂਲ ਨਾ ਲੱਗੀਏ ਪਾਏ, ਉਹਨਾਂ ਦੇ ਪੈਰਾਂ ਨੂੰ ਹੱਥ ਨਾ ਲਾਓ ਜਿਹੜੇ ਮੰਗਦੇ ਆ। ਕਿਹਨਾਂ ਦੇ ਪੈਰਾਂ ਨੂੰ ਹੱਥ ਲਾਉਣਾ ਗੁਰਬਾਣੀ ਉਹਨਾਂ ਨੂੰ ਵੀ ਦੱਸਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਫਿਰ ਗਿਆਨ ਦੇਣਾ ਇੱਥੇ ਬੈਠ ਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਾਕਾ ਮੰਗਣਾ ਨਹੀਂ ਕਿਸੇ ਤੋਂ, ਹੱਥ ਨਹੀਂ ਅੱਡਣਾ,
ਦੂਜਾ ਸੰਸਾਰ ਤੋਂ ਟੁੱਟੇ ਹੋਏ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਆ ਅਤੇ ਪਰਮੇਸ਼ੁਰ ਦਾ ਸਿਮਰਨ ਕਰਨਾ, ਜਿੱਥੇ ਵੀ ਬਹਿਣਾ ਪਰਮੇਸ਼ੁਰ ਨੂੰ ਚੇਤੇ ਰੱਖਣਾ। ਅਤੇ ਉਹ ਫਿਰ ਬਹੁਤ ਮਹਾਂਪੁਰਸ਼ਾਂ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸਨ। ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਪੁੱਛੋਂ ਵਾਲੇ ਜਦੋਂ ਇਹਨਾਂ ਤੋਂ ਵੱਡੀ ਉਮਰ ਦੇ ਹੁੰਦੇ ਸਨ, ਜਦੋਂ ਇਹਨਾਂ ਨੇ ਜਾਣਾ ਇਹਨਾਂ ਨੂੰ ਆਪਣੇ ਆਸਣ 'ਤੇ ਬਹਾਲਣਾ, ਇਹਨਾਂ ਦੀ ਉਮਰ ਛੋਟੀ ਸੀ। ਸੰਗਤ ਨੇ ਕਿਹਾ, ਮਹਾਰਾਜ ਤੁਸੀਂ ਇਹਨਾਂ ਨੂੰ ਆਪਣੇ ਆਸਣ 'ਤੇ ਬਹਾਲਦੇ, ਤੁਸੀਂ ਕਿਸੇ ਨੂੰ ਆਪਣੇ ਆਸਣ ਦੇ ਨੇੜੇ ਨਹੀਂ ਟੋਕਣ ਦਿੰਦੇ। ਕਹਿਣ ਲੱਗੇ, ਭਾਈ ਇਹ ਪੂਰਨ ਪੁਰਖ ਹੈ, ਇਹਨੂੰ ਮੈਂ ਤਾਂ ਆਪਣੇ ਮੰਜੇ 'ਤੇ ਬਹਾਲਦਾ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂ ਆਉਣੇ ਵਾਲੇ, ਉਹਨਾਂ ਨੇ ਸੰਤ ਬਾਬਾ ਹਰੀ ਸਿੰਘ ਜੀ ਜਿਹੜੇ ਹੈੱਡ ਦਰਬਾਰ 'ਤੇ ਰਹਿੰਦੇ ਸਨ, ਉਹਨਾਂ ਨੂੰ ਕਿਹਾ ਸੀ, ਹਰੀ ਸਿੰਘ ਮੈਂ ਤਾਂ ਚਲੇ ਜਾਣਾ, ਹੁਣ ਮੇਰੇ ਤੋਂ ਬਾਅਦ ਡਿਊਟੀ ਜਵਾਲਾ ਸਿੰਘ ਦੀ ਹੈ, ਹੁਣ ਖੰਡਾ ਬ੍ਰਹਿਮੰਡਾਂ ਦਾ ਮਾਲਕ ਉਹ ਹੈ। ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਦੇ ਸੇਵਕ ਬਾਬਾ ਪਰਮਜੀਤ ਸਿੰਘ ਜੀ, ਉਹ ਵੀ ਇੱਥੋਂ ਹੋ ਕੇ ਗਏ ਆ। ਮੈਂ ਉਹਨਾਂ ਦੀ ਰਸਨਾ ਤੋਂ ਬਚਨ ਸੁਣਿਆ ਸੀ। ਮੈਨੂੰ ਕਹਿਣ ਲੱਗੇ, ਕਹਿੰਦੇ ਸੰਤ ਮਹਾਰਾਜ ਅਣਤੋਲੀ ਤਾਕਤ ਸੀ, ਕੋਈ ਨਾਪ ਤੋਲ ਨਹੀਂ ਸੀ ਹੈ। ਮੈਨੂੰ ਕਹਿੰਦੇ ਕੋਈ ਇਹ ਨਹੀਂ ਸੀ ਕਿ ਇੰਨੀ ਕੁ ਹੱਦ ਹੈ, ਇੰਨੀ ਕੁ ਦਾਇਰਾ ਹੈ। ਕਹਿੰਦੇ ਅਣਤੋਲੀ ਤਾਕਤ ਸੀ, ਪਤਾ ਨਹੀਂ ਕਿੰਨੀ ਕੁ ਤਾਕਤ ਸੀ। ਅਤੇ ਮੈਨੂੰ ਕਈ ਵਾਰੀ ਇਹ ਬੜੇ ਉਹਨਾਂ ਦੇ ਬਚਨ ਸੁਣਾਉਂਦੇ ਹੁੰਦੇ ਸਨ। ਸੋ ਉਹਨਾਂ ਤੋਂ ਬਾਅਦ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਬਹੁਤ ਸਾਰੇ ਸਾਧੂਆਂ ਕੋਲ ਬਾਬਾ ਬੀਰਮਦਾਸ ਜੀ, ਪਿਸ਼ੌਰ ਵਿੱਚ ਬਾਬਾ ਕਾਨ ਜੀ, ਜਿਹੜੇ ਬਹੁਤ ਇੱਟਾਂ ਵੱਟੇ ਗਾਲਾਂ ਵੀ ਕੱਢਦੇ ਹੁੰਦੇ ਸਨ। ਸੰਤ ਮਹਾਰਾਜ ਦੇ ਵੀ ਬਲਦੀ ਲੱਕੜੀ ਕੱਢ ਕੇ ਮੱਥੇ 'ਤੇ ਮਾਰੀ ਸੀ। ਮਹਾਰਾਜ ਦੇ ਜ਼ਖਮ ਇੱਥੇ ਦਿਸਦਾ, ਕਿਤੇ ਤੁਸੀਂ ਦੇਖਣਾ ਹੋਵੇ ਤਾਂ ਜਿਹੜੀ ਘੋੜੇ 'ਤੇ ਮਹਾਰਾਜ ਬੈਠੇ ਆ ਉਹਦੇ 'ਤੇ ਥੋੜ੍ਹਾ ਜਿਹਾ ਮੱਥਾ ਨੰਗਾ, ਉੱਥੇ ਉਹ ਥੋੜ੍ਹਾ ਜਿਹਾ ਜ਼ਖਮ ਦੀਦਾ ਮੱਥੇ ਦੇ ਉੱਤੇ। ਉਹ ਕਿੰਨਾ ਚਿਰ ਉਹ ਜ਼ਖਮ ਰਿਹਾ, ਉਹ ਬਲਦੀ ਅੱਗ ਵਿੱਚੋਂ ਲੱਕੜੀ ਕੱਢ ਕੇ ਉਹਨਾਂ ਦੇ ਮੱਥੇ 'ਤੇ ਮਾਰੀ, ਫਿਰ ਮਹਾਰਾਜ ਨੇੜੇ ਹੋ ਕੇ ਬਹਾੜ ਲਿਆ ਉਹਨਾਂ ਨੂੰ, ਫਿਰ ਜੱਫੀ ਪਾ ਲਈ। ਮਹਾਰਾਜ ਫਿਰ ਨਾਲੇ ਛੱਕਦੇ ਰਹੇ, ਉਹਨਾਂ ਦੀ ਮਸਤਾਨੀ ਬਿਰਤੀ ਸੀ, ਉਹ ਵਿੱਚੇ ਕੁੱਤੇ ਕੱਤੇ ਖਾਂਦੇ ਰਹਿੰਦੇ ਸੀ, ਵਿੱਚੇ ਬਾਬਾ ਕਾਨ ਜੀ ਵਿੱਚੇ ਛੱਕਦੇ ਰਹਿੰਦੇ ਸੀ, ਮਹਾਰਾਜ ਵੀ ਵਿੱਚੇ ਛੱਕਦੇ ਰਹੇ। ਉਹਨਾਂ ਨੇ ਕੱਪੜੇ ਖੋਲ੍ਹੇ ਹੋਏ ਸੀ, ਮਹਾਰਾਜ ਨੇ ਵੀ ਕੱਪੜੇ ਖੋਲ੍ਹ ਦਿੱਤੇ। ਕਿਸੇ ਨੇ ਜਾ ਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਨੂੰ ਦੱਸਿਆ, ਜਵਾਲਾ ਸਿੰਘ ਨੇ ਕੱਪੜੇ ਖੋਲ੍ਹ ਦਿੱਤੇ ਆ, ਮਸਤਾਨੀ ਬਿਰਤੀ ਧਾਰਨ ਕਰ ਲਈ ਆ। ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਸੱਦਿਆ, ਕਹਿੰਦੇ ਜਵਾਲਾ ਸਿੰਘ ਨੂੰ ਸੱਦ ਕੇ ਲਿਆਓ। ਸੱਦ ਕੇ ਲਿਆਉਂਦਾ, ਕਹਿੰਦੇ ਕਾਕਾ ਤੂੰ ਕਛਹਿਰਾ ਖੋਲ੍ਹ ਦਿੱਤਾ। ਕਹਿੰਦੇ ਮਹਾਰਾਜ ਤੁਸੀਂ ਕਿਹਾ ਸੀ ਕਿਸੇ ਤੋਂ ਮੰਗਣਾ ਨਹੀਂ, ਜੇ ਮੇਰਾ ਕਛਹਿਰਾ ਪਾਟ ਗਿਆ ਫਿਰ ਮੈਨੂੰ ਮੰਗਣਾ ਪਊਗਾ। ਮੈਂ ਲਾ ਹੀ ਦਿੱਤਾ। ਕਹਿੰਦੇ ਤੈਨੂੰ ਮੰਗਣਾ ਨਹੀਂ ਪਊਗਾ, ਤੇਰੇ ਕਛਹਿਰੇ ਦੁਨੀਆ ਪਾਊਗੀ। ਕਹਿੰਦੇ ਤੂੰ ਦਾਨੀ ਬਿਰਤੀ ਰੱਖਣੀ ਆ, ਮਸਤਾਨੀ ਬਿਰਤੀ ਨਹੀਂ ਰੱਖਣੀ। ਮਸਤਾਨੀ ਬਿਰਤੀ ਵਿੱਚ ਸਾਧੂ ਨਹੀਂ ਬਰੋਸਾਉਂਦੇ, ਦਾਨੀ ਬਿਰਤੀ ਵਿੱਚ ਤੇਰੇ ਤੋਂ ਸਾਧੂ ਬਰੋਸਾਉਣੇ ਆ। ਆਪਣੀ ਫਿਰ ਸਾਰਾ ਜੀਵਨ ਦਾਨੀ ਬਿਰਤੀ ਰੱਖੀ ਆ, ਸਾਰਾ ਜੀਵਨ ਇਸ਼ਨਾਨ ਕੀਤਾ ਤੜਕੇ ਉੱਠ ਕੇ, ਔਰ ਕਛਹਿਰਾ ਚਿੱਟਾ ਰੱਖਿਆ ਅਤੇ ਦਸਤਾਰ ਚਿੱਟੀ ਰੱਖੀ ਸਾਰੀ ਜ਼ਿੰਦਗੀ। ਅਤੇ ਸਾਰਾ ਜਿਹੜਾ ਨਿਤਨੇਮ ਵੀ ਸੰਗਤ ਦੇ ਸਾਹਮਣੇ ਜਿੱਦਾਂ ਕਰਨਾ ਚਾਹੀਦਾ ਗੁਰਸਿੱਖ ਨੂੰ ਕਰਕੇ ਦੱਸਿਆ, ਕਰਦੇ ਸੀ ਉਸ ਤਰ੍ਹਾਂ। ਗੁਟਕਾ ਫੜ ਕੇ ਬਾਣੀ ਵੀ ਪੜ੍ਹਦੇ ਹੁੰਦੇ ਸੀ, ਭਾਵੇਂ ਸਾਰੀਆਂ ਬਾਣੀਆਂ ਉਹਨਾਂ ਨੂੰ ਯਾਦ ਸੀ, ਸਾਰੀਆਂ ਭਾਸ਼ਾ ਉਹਨਾਂ ਨੂੰ ਯਾਦ ਸੀ। ਸੰਤ ਬਾਬਾ ਹਰੀ ਸਿੰਘ ਜੀ ਪੜ੍ਹੇ ਹੋਏ ਸਨ, ਸੱਤੋਗੜੀ ਸੰਤ ਅਮੀਰ ਸਿੰਘ ਜੀ ਦੀ ਟਕਸਾਲ ਦੇ ਵਿੱਚ ਉਹ ਅੰਦਰ ਕਥਾ ਕਰਦੇ ਹੁੰਦੇ ਸਨ। ਇੱਕ ਦਿਨ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਸੰਤ ਮਹਾਰਾਜ ਅਨਪੜ੍ਹ ਆ, ਇਹ ਪੜ੍ਹੇ ਨਹੀਂ ਹੋਏ, ਮੈਂ ਪੜ੍ਹ ਕੇ ਕਥਾ ਕਰਦਾ। ਉਸੇ ਵੇਲੇ ਕਹਿਣ ਲੱਗੇ, ਗਿਆਨੀ ਜੀ ਤੁਸੀਂ ਅੱਜ ਕਥਾ ਮੈਂ ਕਰਦਾ, ਤੁਸੀਂ ਪੜ੍ਹੋ। ਕਿਉਂਕਿ ਇੱਕ ਸਿੰਘ ਪੜ੍ਹਦਾ ਕਥਾ, ਸ਼ਬਦ ਪੜ੍ਹਦਾ ਗੁਰੂ ਗ੍ਰੰਥ ਸਾਹਿਬ ਦਾ, ਦੂਜਾ ਕਥਾ ਕਰਦਾ। ਮਹਾਰਾਜ ਕਹਿੰਦੇ ਗਿਆਨੀ ਜੀ ਅਸੀਂ ਕਥਾ ਕਰਦੇ ਹਾਂ, ਤੁਸੀਂ ਪੜ੍ਹੋ ਅੱਜ। ਜਦੋਂ ਗਿਆਨੀ ਜੀ ਪੜ੍ਹਨ ਲੱਗ ਗਏ ਪੰਗਤੀ, ਤਾਂ ਸੰਤ ਮਹਾਰਾਜ ਕਥਾ ਕਰਨ ਲੱਗ ਗਏ। ਜਿਹੜੇ ਗਿਆਨੀ ਜੀ ਨੇ ਜ਼ਿੰਦਗੀ ਵਿੱਚ ਅਰਥ ਨਹੀਂ ਸੀ ਸੁਣੇ ਕਦੀ ਵੀ, ਉਹ ਅਰਥ ਸੰਤ ਮਹਾਰਾਜ ਨੇ ਕਰਕੇ ਗਿਆਨੀ ਜੀ ਨੂੰ ਸੁਣਾਏ। ਔਰ ਬਾਅਦ ਦੇ ਵਿੱਚ ਜਦੋਂ ਮੰਤ ਮਹਾਰਾਜ ਸਰੀਰ ਛੱਡਿਆ, ਉਸ ਵੇਲੇ ਗਿਆਨੀ ਜੀ ਨੇ ਇੱਕ ਬਚਨ ਸੁਣਾਇਆ, ਫਿਰ ਆਪਣਾ ਅੱਖਾਂ ਵਿੱਚੋਂ ਪਾਣੀ ਭਰ ਕੇ ਸਟੇਜ 'ਤੇ ਬੈਠ ਕੇ ਸੰਤ ਬਾਬਾ ਹਰੀ ਸਿੰਘ ਜੀ ਨੇ ਸੁਣਾਇਆ। ਕਹਿਣ ਲੱਗੇ, ਜਦੋਂ ਮੈਂ ਪੜ੍ਹਦਾ ਸੀ, ਸੰਤ ਬਾਬਾ ਆਇਆ ਸਿੰਘ ਜੀ ਮਹਾਰਾਜ ਨੇ ਮੈਨੂੰ ਟਕਸਾਲ ਵਿੱਚ ਭੇਜਿਆ ਸੀ, ਅਤੇ ਖਰਚਾ ਸਾਰਾ ਹੋਤੀ ਮਰਦਾਨ ਤੋਂ ਹੀ ਆਉਂਦਾ ਸੀ। ਕਹਿੰਦੇ ਜਦੋਂ ਬਾਬਾ ਆਇਆ ਸਿੰਘ ਜੀ ਮਹਾਰਾਜ ਸਰੀਰ ਅਲੋਪ ਕਰ ਗਏ, ਸੱਚਖੰਡ ਨੂੰ ਚਲੇ ਗਏ, ਅਤੇ ਖਰਚਾ ਰੁਕ ਗਿਆ।
ਬਹੁਤੀ ਮਰਦਾਨ ਤੋਂ ਖਰਚਾ ਜਾਣਾ ਬੰਦ ਹੋ ਗਿਆ। ਕਹਿੰਦੇ ਫਿਰ ਮੈਨੂੰ ਚਿੰਤਾ ਹੋ ਗਈ ਵੀ ਹੁਣ ਖਰਚਾ ਕਿੱਥੋਂ ਲਵਾਂਗੇ, ਪੜ੍ਹਨ ਤਾਂ ਮੈਂ ਆ ਗਿਆ, ਪੈਸੇ ਕਿੱਥੋਂ ਲਵਾਂਗੇ। ਉਹੀ ਜੋਤ ਬਾਬਾ ਆਇਆ ਸਿੰਘ ਜੀ ਮਹਾਰਾਜ, ਸੰਤ ਮਹਾਰਾਜ ਇੱਥੇ ਮਟੀ ਵਿੱਚ ਸਨ, ਉੱਥੇ ਇੱਕੋ ਹੀ ਚਾਦਰ ਸੀ ਅਤੇ ਇੱਕ ਕਛਹਿਰਾ ਸੀ। ਉਹ ਚਾਦਰ ਉੱਪਰ ਲਈ ਹੋਈ, ਕਛਹਿਰਾ ਪਾਇਆ ਹੋਇਆ ਅਤੇ ਦਰਬਾਰ ਸਾਹਿਬ ਬਾਬਾ ਹਰੀ ਸਿੰਘ ਜੀ ਕਹਿੰਦੇ ਮੈਂ ਪ੍ਰਕਰਮਾਂ ਵਿੱਚ ਬੈਠਾ ਸੀ ਅਤੇ ਉੱਥੇ ਸੰਤ ਮਹਾਰਾਜ ਨੇ ਆ ਕੇ ਬਾਬਾ ਹਰੀ ਸਿੰਘ ਦਾ ਮੋਢਾ ਹਿਲਾਇਆ। ਦੋਵੇਂ ਇੱਕ ਦੂਜੇ ਨੂੰ ਮਿਲੇ, ਕਿਉਂਕਿ ਮਿਲੇ ਪਹਿਲਾਂ ਦੇਰ ਦੇ ਮਿਲੇ ਹੋਏ ਸੀ। ਉਹ ਕਹਿਣ ਲੱਗੇ ਜਵਾਲਾ ਸਿੰਘ ਤੂੰ ਕਿੱਥੇ? ਕਹਿਣ ਲੱਗੇ ਮੈਂ ਵੀ ਇੱਥੇ ਦਰਸ਼ਨ ਕਰਨ ਆਇਆ ਸੀ। ਅਤੇ ਦੋਵੇਂ ਗੁਰ ਭਾਈ ਸਨ, ਬੜੇ ਪ੍ਰੇਮ ਨਾਲ ਮਿਲੇ। ਪ੍ਰੇਮ ਨਾਲ ਮਿਲ ਕੇ ਜੇਬ ਤਾਂ ਕੋਈ ਹੈ ਨਹੀਂ ਸੀ, ਨਾ ਕੋਈ ਕਮੀਜ਼ ਪਾਇਆ ਹੋਇਆ ਸੀ, ਨਾ ਕੋਈ ਬਨੈਣ ਪਾਈ, ਇਕੱਲਾ ਇੱਕ ਕਛਹਿਰਾ ਸੀ ਅਤੇ ਉੱਤੇ ਚਾਦਰ ਲਈ ਹੋਈ। ਤੁਰਨ ਲੱਗੇ, ਕਹਿਣ ਲੱਗੇ 500 ਰੁਪਈਆ ਦਾ ਹੱਥ ਵਿੱਚ ਫੜਿਆ ਹੋਇਆ ਸੀ। ਕਹਿੰਦੇ ਲੈ ਹਰੀ ਸਿੰਘ, ਮੇਰੇ ਕੋਲ ਥੋੜ੍ਹੇ ਪੈਸੇ ਸੀ, ਮੈਂ ਕਿਹਾ ਮੈਂ ਕੀ ਕਰਨੇ ਆ, ਤੂੰ ਇੱਥੇ ਰੱਖ ਲਈ, ਕਿਤੇ ਵਰਤ ਬੁਰਤ ਲਈ। ਉਹ ਪੈਸੇ ਪਤਾ ਨਹੀਂ ਕਿੱਥੋਂ ਕੱਢੇ, 500 ਰੁਪਈਆ ਬਾਬਾ ਹਰੀ ਸਿੰਘ ਜੀ ਨੂੰ ਫੜਾ ਦਿੱਤਾ। ਬਾਬਾ ਹਰੀ ਸਿੰਘ ਜੀ ਮਹਾਰਾਜ ਫਿਰ ਬਾਅਦ ਵਿੱਚ ਰੋ ਕੇ ਬਚਨ ਸੁਣਾਇਆ। ਕਹਿਣ ਲੱਗੇ ਫਿਰ ਉਹਦੇ ਤੋਂ ਬਾਅਦ ਬਾਬਾ ਆਇਆ ਸਿੰਘ ਜੀ ਵਾਲੀ ਡਿਊਟੀ ਫਿਰ ਸੰਤ ਮਹਾਰਾਜ ਨੇ ਨਿਭਾਈ। ਫਿਰ ਇਸ ਪਵਿੱਤਰ ਅਸਥਾਨ 'ਤੇ ਬਹੁਤ ਦੁਨੀਆਂ ਨੂੰ ਉਤਾਰਿਆ, ਕੋਈ ਅੰਤ ਨਹੀਂ, ਸਾਧ ਸੰਗਤ ਗਿਣਤੀ ਕੋਈ ਨਹੀਂ ਆ। ਅੱਜ ਵੀ ਕਈ ਲੁਕੇ ਛਿਪੇ ਆ ਜਿਹੜੇ ਕਹਿੰਦੇ ਮਹਾਰਾਜ ਸਾਡੇ 'ਤੇ ਕਿਰਪਾ ਕਰ ਗਏ, ਕੋਈ ਕਹਿੰਦਾ ਸਾਡੇ 'ਤੇ ਕਿਰਪਾ ਕਰ ਗਏ, ਗਿਣਤੀ ਕੋਈ ਨਹੀਂ ਆ। ਬਹੁਤ ਦੁਨੀਆਂ ਉਹਨਾਂ ਦੇ ਚਰਨਾਂ ਵਿੱਚੋਂ, ਸੰਤ ਬਾਬਾ ਸ਼ਾਦੀ ਸਿੰਘ ਜੀ ਰੋਪੜ ਵਾਲੇ, ਜਿਨ੍ਹਾਂ ਦੇ ਪਵਿੱਤਰ ਅਸਥਾਨ ਤੋਂ ਸੰਤ ਬਾਬਾ ਅਵਤਾਰ ਸਿੰਘ ਜੀ, ਬਾਬਾ ਖੁਸ਼ਹਾਲ ਸਿੰਘ ਜੀ, ਬਾਬਾ ਅਵਤਾਰ ਸਿੰਘ ਜੀ ਆਏ ਹੋਏ ਆ, ਉਹਨਾਂ ਦੀ ਸੰਗਤ ਵੀ ਆਈ ਹੋਈ ਆ। ਉਹ ਬਾਬਾ ਸ਼ਾਦੀ ਸਿੰਘ ਜੀ ਬਾਬਾ ਕੇਸਰਾ ਸਿੰਘ ਜੀ ਦੇ ਸੇਵਕ ਸਨ। ਜਦੋਂ ਬਾਬਾ ਸ਼ਾਦੀ ਸਿੰਘ ਜੀ ਆਏ, ਇੱਕ ਸਿੰਘ ਨੇ ਕਿਹਾ ਮਹਾਰਾਜ ਇਹ ਬਾਬਾ ਕੇਸਰਾ ਸਿੰਘ ਜੀ ਦੇ ਸੇਵਕ ਹੈ। ਕਹਿਣ ਲੱਗੇ ਹਾਂ ਭਾਈ, ਉੱਥੇ ਇਹਦੀ ਗੱਲ ਬਣਨੀ ਨਹੀਂ ਸੀ। ਫਿਰ ਬਾਬਾ ਸ਼ਾਦੀ ਸਿੰਘ ਜੀ 'ਤੇ ਬਖਸ਼ਿਸ਼ ਕੀਤੀ। ਅੱਜ ਵੀ ਉਹ ਪਵਿੱਤਰ ਅਸਥਾਨ 'ਤੇ ਜਿੱਥੇ ਜਿੱਥੇ ਮਹਾਰਾਜ ਲੰਗਰ ਲਾਉਂਦੇ ਹੁੰਦੇ ਸਨ, ਬਾਬਾ ਸ਼ਾਦੀ ਸਿੰਘ ਜੀ ਉਹ ਡਿਊਟੀ ਅੱਜ ਵੀ ਉਹਨਾਂ ਦੀ ਜਿਹੜੇ ਮਗਰੋਂ ਸੇਵਾਦਾਰ ਹੈ ਨਿਭਾ ਰਹੇ ਆ। ਸੰਤ ਬਾਬਾ ਹਰੀ ਸਿੰਘ ਜੀ ਮਕੇਰੀਆਂ ਵਾਲੇ, ਉਹਨਾਂ ਦੀ ਸੰਗਤ ਵੀ ਬਹੁਤ ਆਈ ਹੋਈ ਹੈ, ਉਹਨਾਂ 'ਤੇ ਬਖਸ਼ਿਸ਼ ਕੀਤੀ। ਉਹਨਾਂ ਦੇ ਪਵਿੱਤਰ ਅਸਥਾਨ ਤੋਂ ਬਾਬਾ ਸਤਿੰਦਰ ਸਿੰਘ ਜੀ ਆਏ ਹੋਏ ਆ, ਉਹਨਾਂ ਦੀ ਸੰਗਤ ਵੀ ਆਈ ਹੋਈ ਹੈ। ਉਹ ਬਾਬਾ ਹਰੀ ਸਿੰਘ ਜੀ ਇਸ ਪਵਿੱਤਰ ਅਸਥਾਨ 'ਤੇ ਕੁਛ ਸਮਾਂ ਸ਼੍ਰੀਮਾਨ ਵੀ ਰਹੇ। ਸ਼੍ਰੀਮਾਨ ਉਹ ਕਹਿੰਦੇ ਆ ਜਿਹੜਾ ਪ੍ਰਬੰਧਕ ਹੋਵੇ, ਡੇਰੇ ਦਾ ਪ੍ਰਬੰਧ ਚਲਾਉਂਦਾ ਹੋਵੇ। ਬਾਬਾ ਹਰੀ ਸਿੰਘ ਜੀ ਪ੍ਰਬੰਧ ਚਲਾਉਂਦੇ ਸੀ, ਸੇਵਾ ਕਰਦੇ ਸੀ, ਤਾਂ ਮਹਾਰਾਜ ਉੱਥੇ ਸਾਹਮਣੇ ਚਾਦਰ ਲੈ ਕੇ ਲੰਮੇ ਪਏ ਹੋਏ ਸੀ। ਚਾਦਰ ਮੂੰਹ 'ਤੇ ਵੀ ਲਈ ਹੋਈ ਆ, ਲੱਤਾਂ 'ਤੇ ਵੀ ਲਈ ਹੋਈ ਆ, ਲੋਕ ਆਈ ਜਾਂਦੇ ਆ, ਪੈਰਾਂ ਵੱਲ ਮੱਥਾ ਟੇਕ ਟੇਕ ਕੇ ਪੈਸੇ ਰੱਖ ਰੱਖ ਕੇ ਜਾਈ ਜਾਂਦੇ। ਜਦ ਸੰਗਤ ਮੱਥਾ ਟੇਕ ਕੇ ਜਾਂਦੀ ਤਾਂ ਇੱਕ ਮਾਈ ਅਤੇ ਇੱਕ ਨੌਜਵਾਨ ਕੁੜੀ ਇੱਕ ਮਾਤਾ ਦੇ ਨਾਲ ਆਈ ਅਤੇ ਉਹਨਾਂ ਨੇ 125 ਰੁਪਈਆ ਚਾੜਿਆ। ਉਹਨਾਂ ਦਿਨਾਂ 'ਚ 125 ਰੁਪਈਆ ਬਹੁਤ ਹੁੰਦਾ ਸੀ। 125 ਰੁਪਈਆ ਚਾੜ ਕੇ ਚਲੇ ਗਈਆਂ ਅਤੇ ਸੰਤ ਮਹਾਰਾਜ ਜਦੋਂ ਉੱਠੇ ਬਾਅਦ ਵਿੱਚ, ਉਹ ਮਾਤਾ ਦੀ ਜਾਣ ਤੋਂ ਬਾਅਦ 'ਚ ਉੱਠੇ, ਸਾਰੇ ਪੈਸਿਆਂ ਦੇ ਵਿੱਚੋਂ 125 ਰੁਪਈਆ ਚੱਕਿਆ ਉਹ। ਇਹ ਤਾਂ ਉਹਨਾਂ ਨੇ ਦੇਖਿਆ ਨਹੀਂ ਸੀ ਕਿਹੜਾ ਮਾਈ ਦਾ 125 ਰੁਪਈਆ ਦੇਖਿਆ, ਤਾਂ ਉੱਤੇ ਚਾਦਰ ਲਈ ਸੀ ਅੱਖਾਂ 'ਤੇ। ਉੱਠਦਿਆਂ ਨੇ 125 ਰੁਪਈਆ ਚੱਕ ਕੇ ਕਹਿਣ ਲੱਗੇ ਹਰੀ ਸਿਆਂ ਆਹ 125 ਰੁਪਈਆ ਲੈ ਜਾ, ਇਹਦਾ ਮਿੱਟੀ ਦਾ ਤੇਲ ਲਿਆਈ, ਲਾਲਟਣਾਂ ਦੇ ਵਿੱਚ ਪਾ ਕੇ ਬਾਲ ਦੀ, ਦੇਖੀ ਕਿਤੇ ਭੁੱਲ ਕੇ ਲੰਗਰ ਵਿੱਚ ਨਾ ਪਾ ਦੀ ਇਹਨੂੰ। ਬਾਬਾ ਹਰੀ ਸਿੰਘ ਕਹਿਣ ਲੱਗੇ ਮਹਾਰਾਜ ਕੀ ਗੱਲ? ਕਹਿਣ ਲੱਗੇ ਇਹ ਰੁਪਈਆ ਮਾੜਾ ਲੰਗਰ ਵਿੱਚ ਚਲੇ ਗਿਆ ਅਤੇ ਮਾੜਾ ਬੈਠੂਗਾ ਸੰਗਤ ਨੂੰ। ਇਹ ਇੱਕ ਮਾਤਾ ਨੇ ਸੁੱਖਣਾ ਸੁੱਖੀ ਹੋਈ ਸੀ, ਕਹਿੰਦੇ ਆਪਣੀ ਲੜਕੀ ਦਾ ਪਰਦਾ ਰੱਖਣਾ ਸੀ, ਉਹ 125 ਰੁਪਈਆ ਚੜਾ ਗਈ ਸੁੱਖਣਾ ਦਾ, ਤਾਂ ਫਿਰ ਚੱਕ ਕੇ ਇਹਨੂੰ ਤੇਲ ਹੀ ਬਾਲ ਦੇ, ਇਹਨੂੰ ਲੰਗਰ 'ਚ ਨਾ ਪਾਈ। ਉਹਨਾਂ ਦੇ ਪਵਿੱਤਰ ਅਸਥਾਨ ਤੋਂ ਬਹੁਤ ਸੰਗਤਾਂ ਉੱਥੋਂ ਵੀ ਆਈਆਂ ਨੇ, ਸੰਤ ਬਾਬਾ ਕਰਮ ਸਿੰਘ ਜੀ ਗੇਰੇ ਵਾਲੇ ਉੱਥੋਂ ਆਈਆਂ ਨੇ ਸੰਗਤਾਂ। 4 ਅਖੰਡ ਪਾਠ ਰੱਖੇ ਹੋਏ ਸਨ ਪਰਸੋਂ ਦੇ, ਥੋੜ੍ਹੀ ਜਿਹੀ ਵਿਚਾਰ ਕਰਨੀ ਹੈ ਕਿਉਂਕਿ ਜਿਹੜੀ ਸ਼ਬਦ ਦੀ ਵਿਚਾਰ ਹੈ ਜ਼ਰੂਰੀ। ਮੈਨੂੰ ਬਾਬਾ ਜਨਕ ਸਿੰਘ ਜੀ ਇਹ ਕਹਿੰਦੇ ਹੁੰਦੇ ਸਨ, ਕਹਿੰਦੇ ਸ਼ਬਦ ਦੀ ਵਿਚਾਰ ਜ਼ਰੂਰੀ ਹੈ, ਮਹਾਂਪੁਰਸ਼ਾਂ ਦੀ ਜਿਹੜੀ ਵਡਿਆਈ ਉਹ ਤਾਂ ਹੈ ਹੀ, ਉਹ ਤਾਂ ਮੁੱਕਦੀ ਨਹੀਂ, ਭਾਵੇਂ ਅਸੀਂ ਦਿਨ ਰਾਤ ਉਹਨਾਂ ਦੀ ਵਡਿਆਈ ਕਰੀ ਜਾਈਏ ਮੁੱਕ ਨਹੀਂ ਸਕਦੀ, ਕਿਉਂਕਿ ਰੱਬ ਦੀਆਂ ਸਿਫਤਾਂ ਸ਼ੇਸ਼ ਨਾਗ ਸਹੰਸ ਬਣੀ ਸੇਖ ਅੰਤ ਨਾ ਜਾਣੇ।
ਹਰ ਜਪਦਿਆਂ ਅੰਤ ਨਾ ਪਾਵੇ ਗੋ। ਸੇਸ ਨਾਗ ਨੇ ਵੀ ਉਹਦੀ ਸਿਫਤ ਕਰਦਿਆਂ ਅੰਤ ਨਹੀਂ ਪਾਇਆ ਅਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਬੜਾ ਜ਼ਿਕਰ ਕੀਤਾ ਹੈ ਉਹਨਾਂ ਦੀ ਸਿਫਤ ਸਲਾਹ ਕਰਨੀ ਕੋਈ ਅੰਤ ਨਹੀਂ ਹੈ। ਕਹਿੰਦੇ ਸ਼ਬਦ ਦੀ ਵਿਆਖਿਆ ਜ਼ਰੂਰ ਕਰਨੀ। ਬੀਬੀ ਸ਼ਰੀਫਾਂ ਜੀ ਬੜੀ ਖੁਸ਼ੀ ਹੈ ਅੱਜ ਸੰਤ ਮਹਾਰਾਜ ਦਾ ਜਨਮ ਦਿਨ ਹੈ। ਇੱਕ ਤਾਂ ਉਹ ਖੁਸ਼ੀ ਹੈ, ਇੱਕ ਮਹਾਂਪੁਰਸ਼ ਮਹਾਨ ਸੂਫੀ ਫਕੀਰ ਬੀਬੀ ਸ਼ਰੀਫਾਂ ਜੀ ਇਹਨਾਂ ਦੇ ਪਿਤਾ ਜੀ ਜੁਮਲੇ ਸ਼ਾਹ ਜੀ ਜਿਨ੍ਹਾਂ ਦਾ ਸੰਤ ਮਹਾਰਾਜ ਨਾਲ ਬਹੁਤ ਪਿਆਰ ਸੀ, ਸੰਤ ਮਹਾਰਾਜ ਉੱਥੇ ਜਾਂਦੇ ਵੀ ਹੁੰਦੇ ਸੀ। ਅੱਜ ਇਹਨਾਂ ਨੇ ਪਹਿਲੇ ਦਿਨ ਸਾਧ ਸੰਗਤ ਜੀ ਉੱਠ ਕੇ ਆਪਣੇ ਅਸਥਾਨ ਤੋਂ ਤੁਰੇ ਆ, ਨਹੀਂ ਤਾਂ ਕਿੰਨਾ ਚਿਰ ਹੋ ਗਿਆ, ਸਾਲਾਂ ਦੇ ਸਾਲ ਬੀਤ ਗਏ ਆਪਣੇ ਅਸਥਾਨ 'ਤੇ, ਸਰੀਰ ਢਿੱਲਾ ਸੀ, ਜਾਂਦੇ ਨਹੀਂ ਸੀ ਹੁੰਦੇ। ਅੱਜ ਸੰਤ ਮਹਾਰਾਜ ਦੇ ਪ੍ਰੇਮ ਵਿੱਚ ਉਹ ਆਏ ਆ, ਬੜੀ ਖੁਸ਼ੀ ਹੈ। ਅਤੇ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਡੋਂ ਬਾੜੇ, ਹੋਰ ਵਿਸ਼ਵ ਭਾਰਤੀ ਜੀ ਲੁਧਿਆਣੇ ਤੋਂ, ਅਤੇ ਮਹਾਂਪੁਰਸ਼ ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦਾ ਨਾਮ ਸਟੇਜ ਸੈਕਟਰੀ ਸਾਹਿਬ ਬਾਅਦ ਵਿੱਚ ਦੱਸ ਦੇਣਗੇ, ਅਤੇ ਹੋਰ ਵੀ ਮਹਾਂਪੁਰਸ਼ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ ਅਤੇ ਹੋਰ ਮਹਾਂਪੁਰਸ਼ਾਂ ਦਾ ਜ਼ਿਕਰ ਬਾਅਦ ਵਿੱਚ ਸੈਕਟਰੀ ਸਾਹਿਬ ਦੱਸਣਗੇ। ਸ਼ਬਦ ਦੀ ਵਿਚਾਰ ਕਰਨੀ ਹੈ। ਸੋਰਠ ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਵਿੱਤਰ ਰਸਨਾ ਦੁਆਰਾ ਗਿਆਨ ਬਖਸ਼ਦੇ ਹਨ ਸੰਗਤ ਨੂੰ। ਗੁਰਮੁਖੋ ਚੇਤਾ ਰੱਖਿਓ, ਪਿੰਡਾਂ ਵਿੱਚ ਅੱਜ ਬਹੁਤ ਸਾਰੇ ਪਾਠੀ ਸਿੱਖ ਮਿਸ਼ਨਰੀਆਂ ਨਾਲ ਸੰਬੰਧਿਤ ਇਸ ਮੁਹੱਲੇ ਨੂੰ ਮਹਿਲਾ ਬੋਲਦੇ ਆ ਔਰ ਗਲਤ ਬਾਣੀ ਦਾ ਪ੍ਰਚਾਰ ਕਰਕੇ, ਗਾਣੀ ਦਾ ਗਲਤ ਉਚਾਰਨ ਕਰਕੇ ਸਿੱਖ ਸੰਗਤਾਂ ਨੂੰ ਬਾਣੀ ਤੋਂ ਦੂਰ ਕਰ ਰਹੇ ਆ। ਚੇਤਾ ਰੱਖਿਓ, ਜਿਹੜੇ ਗੁਰਬਾਣੀ ਨਾਲ ਪ੍ਰੇਮ ਕਰਨ ਵਾਲੇ ਆ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ। ਇਹ ਜਿਹੜੇ ਕੌਮ ਨੂੰ, ਧਰਮ ਨੂੰ ਥੱਲੇ ਲੈ ਕੇ ਜਾਣ ਵਾਲੇ, ਧਰਮ ਦੇ ਦੁਖੀ ਵੀ ਨਾਲੇ ਹੀ ਪੈਦਾ ਹੋਏ, ਵੀ ਹਾਰਦੇ ਨਹੀਂ ਆ, ਸਤਯੁਗ ਤੋਂ ਲੈ ਕੇ ਤੁਰੇ ਹੋਏ ਆ, ਨਾਲੇ ਹੀ ਹੈ। ਇੱਕਾਂ ਨੇ ਇੱਕਾਂ ਦੀ ਧਰਮ ਦੀ ਪੌੜੀ ਨੂੰ ਤੋੜਨ 'ਤੇ ਜ਼ੋਰ ਲੱਗਿਆ ਹੋਇਆ, ਇੱਕ ਪੌੜੀ ਨੂੰ ਸਵਾਰਨ 'ਤੇ ਲੱਗੇ ਹੋਏ ਆ। ਜਿਹੜੇ ਮਹਾਤਮਾ ਇਹ ਧਰਮ ਦੀ ਪੌੜੀ ਨੂੰ ਸਵਾਰਦੇ ਅਤੇ ਟੁੱਟ ਨਾ ਜਾਵੇ, ਜਿਹੜੇ ਦੁਖੀ ਆ ਉਹ ਧਰਮ ਦੀ ਪੌੜੀ ਨੂੰ ਤੋੜਦੇ ਆ, ਇੱਕ ਦੋ ਪੌੜੀਆਂ ਤੋੜ ਦਿੱਤੀਆਂ, ਪੌੜੀ 'ਤੇ ਮੁੜ ਕੇ ਚੜ੍ਹ ਨਹੀਂ ਹੋਣਾ। ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ, ਅਰਜਨ ਮੈਂ ਤਾਂ ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਆ ਮੈਂ ਉਦੋਂ ਸੰਸਾਰ ਵਿੱਚ ਆਉਣਾ ਜਦੋਂ ਨਿਸ਼ਰਧਕ ਲੋਕ, ਜਿਹੜੇ ਕੱਟੜਵਾਦ ਲੋਕ ਉਹ ਆ ਕੇ ਧਰਮ ਦੀ ਪੌੜੀ ਨੂੰ ਤੋੜਦੇ ਆ, ਫਿਰ ਮੈਨੂੰ ਆਉਣਾ ਪੈਂਦਾ, ਮੈਨੂੰ ਦਖਲ ਦੇਣਾ ਪੈਂਦਾ, ਫਿਰ ਮੈਂ ਆ ਕੇ ਧਰਮ ਦੀ ਪੌੜੀ ਨੂੰ ਬਰਕਰਾਰ ਰੱਖਦਾ। ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਵੱਡੇ ਵੱਡੇ ਮੁੰਨ ਦੇਵਤੇ ਕੀ ਯੁੱਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਧਰਮ ਦੀ ਪੌੜੀ ਨੂੰ ਤੋੜਨ ਵਾਲੇ ਬਹੁਤ ਨੇ, ਅੱਜ ਵੀ ਉਹਨਾਂ ਦਾ ਜ਼ੋਰ ਹੈ। ਧਰਮ ਦੇ ਪੱਖ ਨੂੰ ਬਰਕਰਾਰ ਰੱਖਣ ਵਾਲੇ ਮਹਾਂਪੁਰਸ਼ ਬਹੁਤ ਸਾਰੇ ਸਟੇਜ 'ਤੇ ਹੋਰ ਵੀ ਬੈਠੇ ਨੇ, ਕਿਉਂਕਿ ਇਹ ਨਹੀਂ ਸਾਧ ਸੰਗਤ ਵਿੱਚ ਸਾਧੂ ਕੋਈ ਨਹੀਂ ਹੈ, ਜਿਹੜੇ ਆਪਣੇ ਆਪਣੇ ਮਹਾਤਮਾ ਦੀ ਜਾਂ ਮਰਜ਼ਾਦਾ ਸਾਂਭ ਕੇ ਬੈਠੇ ਉਹਨਾਂ ਵਰਗੇ ਹੀ ਹੈ। ਜਦ ਕੋਈ ਹਥਿਆਰ ਕੋਈ ਚਲਾਉਂਦਾ ਹੋਵੇ ਕਿਸੇ ਦਾ ਪਿਤਾ, ਜਦ ਉਹਦਾ ਪੁੱਤਰ ਉਸੇ ਤਰ੍ਹਾਂ ਹਥਿਆਰ ਚਲਾਉਣ ਲੱਗ ਜਾਵੇ ਉਹਦੇ ਤੋਂ ਲੈ ਕੇ, ਤਾਂ ਉਸੇ ਤਰ੍ਹਾਂ ਕੰਮ ਉਹ ਹਥਿਆਰ ਕਰਦਾ। ਜਿਹੜੇ ਮਹਾਤਮਾ ਮਰਜ਼ਾਦਾ ਬਣ ਜਾਂਦੇ ਆ ਉਹਨਾਂ ਤੋਂ ਮਗਰ ਆਉਣ ਵਾਲੇ ਪੈਰੋਕਾਰ ਜਦੋਂ ਉਸ ਮਰਜ਼ਾਦਾ ਨੂੰ ਕਾਇਮ ਰੱਖਦੇ ਤਾਂ ਉਹੀ ਸਰੂਪ ਹੁੰਦੇ ਆ। ਪਹਿਲੇ ਮਹਾਤਮਾ ਜਦੋਂ ਆਪਣੀ ਮਰਜ਼ਾਦਾ ਬਣ ਗਏ ਉਹਨਾਂ ਦੀ ਪੂਜਾ ਹੋ ਗਈ, ਜਿਹੜੇ ਉਹਨਾਂ ਦੀ ਮਰਜ਼ਾਦਾ ਨੂੰ ਕਾਇਮ ਰੱਖ ਕੇ ਬੈਠੇ ਉਹਨਾਂ ਦੀ ਵੀ ਪੂਜਾ ਹੋ ਜਾਂਦੀ, ਉਹ ਵੀ ਮਹਾਤਮਾ, ਕਿਉਂਕਿ ਉਹ ਵੀ ਪੌੜੀ ਨੂੰ ਬਰਕਰਾਰ ਰੱਖਦੇ ਆ। ਇਸ ਕਰਕੇ ਸਾਰੇ ਮਹਾਤਮਾ ਦਾ ਸਤਿਕਾਰ ਹੈ, ਆਪਣੇ ਆਪਣੇ ਬੜਿਆਂ ਵਡੇਰਿਆਂ ਦੇ ਅਸਥਾਨਾਂ ਨੂੰ ਸਾਂਭ ਕੇ ਮਰਜ਼ਾਦਾ ਨੂੰ ਕਾਇਮ ਰੱਖ ਕੇ ਬੈਠੇ ਆ, ਉਹਨਾਂ ਦਾ ਸਤਿਕਾਰ ਹੈ। ਚੇਤੇ ਰੱਖਿਓ, ਪਿੰਡਾਂ ਵਿੱਚ ਕਈ ਪਾਠੀ ਇਹਨੂੰ ਮਹਿਲਾ ਬੋਲਦੇ ਆ, ਮਹਿਲਾ ਉਚਾਰਨ ਨਹੀਂ ਕਰਨਾ, ਇੱਥੇ ਮਹੱਲਾ ਹੈ। ਅਤੇ ਜਿਹੜਾ ਕੋਈ ਮਹਿਲਾ ਬੋਲੂਗਾ ਉਹਨੂੰ ਪੁੱਛਿਓ ਮਹਿਲੇ ਦਾ ਅਰਥ ਕੀ ਹੈ, ਮਹੱਲੇ ਦਾ ਅਰਥ ਤੁਸੀਂ ਦੱਸ ਦਿਓ, ਫਿਰ ਜਿਸ ਤਰ੍ਹਾਂ ਸਾਧ ਸੰਗਤ ਜਿਹੜਾ ਸੱਚ ਹੋਊਗਾ ਉਹਨੂੰ ਵਰਤ ਲਿਓ। ਅਰਬੀ ਭਾਸ਼ਾ ਦੀ ਡਿਕਸ਼ਨਰੀ ਵਿੱਚ ਕੱਢੋ ਤੁਸੀਂ, ਮਹੱਲੇ ਦਾ ਅਰਥ ਉੱਥੇ ਹੈ ਪਾਤਸ਼ਾਹ। ਫਾਰਸੀ ਭਾਸ਼ਾ ਦੀ ਡਿਕਸ਼ਨਰੀ ਕੱਢੋ, ਉਹਦੇ ਵਿੱਚ ਮਹੱਲੇ ਦਾ ਅਰਥ ਹੈ ਸਰੂਪ, ਪੰਜਵਾਂ ਸਰੂਪ, ਪੰਜਵੇਂ ਪਾਤਸ਼ਾਹ। ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਰਸਨਾ ਦੁਆਰਾ ਉਚਾਰਿਆ ਹੋਇਆ, ਬਖਸ਼ਿਸ਼ ਕੀਤਾ ਹੋਇਆ ਹੁਕਮਨਾਮਾ, ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲਖੋਈ,
ਨਾ ਸੁਣ ਵਾਲਾ ਜੀਵਨ ਸਾਰੇ ਸੰਸਾਰ ਨੂੰ ਪ੍ਰਾਪਤ ਹੈ, ਨਾਸ ਹੋ ਜਾਣ ਵਾਲਾ ਜੀਵਨ ਸਾਰੇ ਸੰਸਾਰ ਨੂੰ ਪ੍ਰਾਪਤ ਹੈ, ਨਾ ਨਾਸ ਹੋਣ ਵਾਲਾ ਬਿਰਲੇ ਬਿਰਲੇ ਪੁਰਖਾਂ ਨੂੰ ਪ੍ਰਾਪਤ ਹੈ। ਇਹ ਜਿਨ੍ਹਾਂ ਦੀ ਮਰਯਾਦਾ ਕਾਇਮ ਹੈ ਉਹ ਨਾਸ ਨਹੀਂ ਹੋਏ, ਇੱਥੇ ਹੀ ਨੇ, ਉਹ ਨਹੀਂ ਕਿਤੇ ਜਾਂਦੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖਾਂ ਦਾ ਇਤਿਹਾਸ ਪੜ੍ਹੋ, ਬਾਬਾ ਦੀਪ ਸਿੰਘ ਕਾਇਮ ਨੇ, ਅੱਜ ਦੁਨੀਆ ਉਹਨਾਂ ਨੂੰ ਚੇਤੇ ਕਰਦੀ ਹੈ। ਸਿਰ ਤੋਂ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਸਰੀਰ ਦਾ ਇਕੱਲਾ ਇਕੱਲਾ ਅੰਗ ਕੱਢ ਦੇਵੇ ਅਤੇ ਆਤਮਾ ਵਿੱਚੋਂ ਨਿਕਲੇ ਨਾ, ਖੇਤ ਸਰੀਰ ਨੂੰ ਕਹਿੰਦੇ ਆ। ਸਰੀਰ ਦੇ ਅੰਗ ਭਾਵੇਂ ਸਾਰੇ ਹੀ ਕੱਟ ਦਿਓ, ਉਹਦੇ ਵਿੱਚੋਂ ਸਰੀਰ 'ਚੋਂ ਆਤਮਾ ਆਪਣਾ ਸਰੀਰ ਨੂੰ ਨਾ ਛੱਡੇ, ਉਹਨੂੰ ਕਹਿੰਦੇ ਕਬੂ ਨਾ ਛੱਡੇ ਖੇਤ। ਉਹ ਹੈ ਸੂਰਮਾ, ਸੋਹਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਧਰਮ ਦੀ ਖਾਤਰ ਲੜ ਜਾਵੇ। ਧਰਮ ਦੀ ਖਾਤਰ ਇਹ ਨਹੀਂ ਕਿ ਸ਼ਸਤਰ ਚੱਕ ਕੇ ਹਥਿਆਰ ਚੱਕ ਕੇ ਲੜਨਾ ਜ਼ਰੂਰੀ ਹੈ, ਧਰਮ ਦੀ ਖਾਤਰ ਉਹ ਵੀ ਆ ਜਿਹੜੇ ਗਲਤ ਬਾਣੀ ਦਾ ਉਚਾਰਨ ਕਰਦੇ ਆ, ਗੁਰੂਆਂ ਪੀਰਾਂ ਦੀ ਮਰਯਾਦਾ ਨੂੰ ਭੰਗ ਕਰਦੇ ਆ, ਉਹਨਾਂ ਨੂੰ ਗਿਆਨ ਰਾਹੀਂ ਵੀ ਮੋੜ ਦੇਈਦਾ। ਜ਼ਰੂਰੀ ਤਾਂ ਨਹੀਂ ਡੰਡਾ ਚੱਕ ਕੇ ਉਹਨਾਂ ਦੇ ਮਗਰ ਹੋ ਜਾਈਦਾ। ਜਦੋਂ ਚਾਨਣ ਮੂਹਰੇ ਲੈਟ ਦੀਵਾ ਬਾਲ ਦਈਏ, ਲਾਟੂ ਦਾ ਲੋਇਟ ਕਰ ਦਈਏ, ਚਾਪੇ ਚਾਨਣ ਹੋ ਜਾਂਦਾ, ਮੈਂ ਗਲਤ ਸੀ ਹੈ ਸਹੀ ਹੈ। ਇਹ ਨਹੀਂ ਜ਼ਰੂਰੀ ਵੀ ਡਾਂਗ ਚੱਕਣੀ ਦੱਸੀ ਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਤਲਵਾਰ ਹੀ ਚੱਕੋ ਹਰੇਕ ਥਾਂ 'ਤੇ, ਉਹਨਾਂ ਨੇ ਗਿਆਨ ਵੀ ਤਾਂ ਬਖਸ਼ਿਆ। ਇਹ ਗੁਰੂ ਗ੍ਰੰਥ ਸਾਹਿਬ ਸਾਰਾ ਗਿਆਨ ਹੈ, ਇਹ ਗਿਆਨ ਦੇ ਨਾਲ ਕਿਸੇ ਨੂੰ ਗਿਆਨ ਦੇ ਕੇ ਉਹਨੂੰ ਥੱਲੇ ਕਰ ਦਿਉ ਵੀ ਤੂੰ ਗਲਤ ਹੈ। ਇਹ ਗੁਰੂ ਗ੍ਰੰਥ ਸਾਹਿਬ ਜਾਂ ਧਾਰਮਿਕ ਸ਼ਾਸਤਰ ਜਿਹੜੇ ਆ, ਵੇਦ ਆ, ਇਹ ਗੱਲ ਕਰਦੇ ਆ। ਅਤੇ ਇੱਥੇ ਸਤਿਗੁਰੂ ਜੀ ਨੇ ਕਿਹਾ ਅਵਿਨਾਸੀ ਜੀਵਨ ਕੋ ਦਾਤਾ ਨਾ ਨਾ ਸੁਣ ਵਾਲਾ ਜੀਵਨ, ਉਹੀ ਦਾਤਾ ਦੇ ਸਕਦਾ ਜਿਹੜਾ ਦੇਣ ਦੇ ਸਮਰੱਥ ਹੋਵੇ। ਬਾਕੀ ਮਨੁੱਖ ਦੇ ਹੱਥ, ਡਾਕਟਰਾਂ ਦੇ ਹੱਥ ਜੀਵਨ ਨਹੀਂ ਦੇ ਸਕਦੇ ਹੋ। ਠੀਕ ਹੈ, ਸਵਾਸ ਸੌਖੇ ਦਵਾ ਸਕਦੇ ਹੈ, ਸਰੀਰ ਦਾ ਅੰਗ ਬਦਲ ਸਕਦੇ ਹੈ, ਸਾਇੰਸ ਵੱਧ ਗਈ ਹੈ, ਦਿਮਾਗ ਦੀ ਰਿਪੇਅਰ ਕੀਤੀ ਜਾਂਦੀ ਹੈ, ਦਿਲ ਦੀ ਰਿਪੇਅਰ ਕੀਤੀ ਜਾਂਦੀ ਹੈ, ਪਰ ਇੱਥੇ ਤੱਕ ਨਹੀਂ ਪਹੁੰਚੀ ਸਾਇੰਸ ਕਿ ਜੀਵ ਆਤਮਾ ਨੂੰ ਸਰੀਰ ਦੇ ਵਿੱਚ ਹੀ ਰੱਖ ਦੇਵੇ, ਜਾਵੇ ਨਾ ਕਿਤੇ, ਆਪਣੀ ਮਰਜ਼ੀ ਨਾਲ ਵਿੱਚੋਂ ਕੱਢ ਕੇ ਲੈ ਜਾਵੇ। ਰਾਮ ਰਾਏ ਜੀ ਆਪਣੇ ਸਰੀਰ ਵਿੱਚੋਂ ਆਤਮਾ ਕੱਢ ਕੇ ਲੈ ਗਏ ਸੀ, ਸਰੀਰ ਉੱਥੇ ਹੀ ਪਿਆ ਸੀ, ਮੁੜ ਕੇ ਆ ਕੇ ਸਰੀਰ ਵਿੱਚ ਫੇਰ ਪ੍ਰਵੇਸ਼ ਕਰਨਾ ਸੀ, ਪਰ ਉਹਨਾਂ ਨੇ ਸਰੀਰ ਸਾੜ ਦਿੱਤਾ। ਪਰ ਖੇਤ ਨੂੰ ਤਾਂ ਛੱਡਿਆ ਨਹੀਂ, ਖੇਤ ਚਲੋ ਵੱਖਰੀ ਗੱਲ ਹੈ, ਖਰਾਬ ਹੋ ਗਿਆ ਸਰੀਰ। ਬਾਬੇ ਪੁੱਛੋਂ ਬਾਣੀ ਬਾਬਾ ਹਰਨਾਮ ਸਿੰਘ ਜੀ, ਉਹ ਵੀ ਆਪਣਾ ਸਰੀਰ ਇਸ ਤਰ੍ਹਾਂ ਛੱਡ ਕੇ ਕਿ ਸੇਵਕ ਦੇ ਕੰਮ ਗਏ ਸੀ ਅਤੇ ਮਗਰੋਂ ਸੇਵਕਾਂ ਨੇ ਸਰੀਰ ਚੱਕ ਕੇ ਸਾੜ ਦਿੱਤਾ ਸੀ। ਸੰਤ ਮਹਾਰਾਜ ਜੀ ਵੀ ਜਦੋਂ ਉਹਨਾਂ ਦੇ ਸੇਵਕ ਸਨ, ਬਾਬਾ ਹਰਬੰਸ ਸਿੰਘ ਰਿਖੀ ਮਹਾਰਾਜ ਨੇ ਕਿਹਾ ਰਿਖੀ ਜਾਂ ਤੂੰ ਸਰੀਰ ਛੱਡ ਜਾ ਜਾਂ ਅਸੀਂ ਛੱਡ ਜਾਂਦੇ ਹਾਂ, ਇੱਕ ਮਿਆਨ ਵਿੱਚ ਦੋ ਤਲਵਾਰਾਂ ਰਹਿਣੀਆਂ ਨਹੀਂ। ਤਾਂ ਉਹ ਰਿਖੀ ਨੇ ਕਿਹਾ ਮਹਾਰਾਜ ਤੁਸੀਂ ਤਾਂ ਮੇਰੇ ਵਰਗੇ ਹਜ਼ਾਰਾਂ ਹੀ ਪੈਦਾ ਕਰ ਦੇਣੇ ਆ। ਚੰਦਨ ਤਾਂ ਅਨੇਕਾਂ ਬੂਟਿਆਂ ਨੂੰ ਸੁਗੰਧੀ ਦੇ ਸਕਦਾ ਪਰ ਦੂਜੇ ਬੂਟੇ ਸੁਗੰਧੀ ਨਹੀਂ ਦੇ ਸਕਦੇ, ਆਪ ਤਾਂ ਸੁਗੰਧਿਤ ਹੋ ਜਾਂਦੇ, ਦੂਜਿਆਂ ਨੂੰ ਸੁਗੰਧੀ ਨਹੀਂ ਦੇ ਸਕਦੇ। ਪਾਰਸ ਦੂਜਿਆਂ ਨੂੰ ਸੋਨਾ ਤਾਂ ਕਰ ਦਿੰਦਾ ਪਰ ਦੂਜਿਆਂ ਨੂੰ ਪਾਰਸ ਨਹੀਂ ਕਰਦਾ। ਮਹਾਰਾਜ ਤੁਸੀਂ ਸਾਡੇ 'ਤੇ ਕਿਰਪਾ ਕਰਕੇ ਆਪਣੇ ਵਰਗੇ ਤਾਂ ਬਣਾਇਆ ਪਰ ਤੁਹਾਡੇ ਵਰਗਾ ਹੋਣਾ ਬੜੀ ਮੁਸ਼ਕਲ ਗੱਲ ਹੈ, ਤੁਸੀਂ ਸਾਡੇ ਵਰਗੇ ਅਨੇਕਾਂ ਹੀ ਪੈਦਾ ਕਰ ਦੇਣੇ, ਮੈਂ ਸਰੀਰ ਛੱਡ ਦਿੰਦਾ, ਮੇਰੇ ਨਾਲ ਇੱਕ ਵਾਅਦਾ ਕਰੋ। ਕਹਿੰਦੇ ਦੱਸ, ਕਹਿਣ ਲੱਗੇ ਮਹਾਰਾਜ ਜਦੋਂ ਮੈਂ ਸਰੀਰ ਛੱਡ ਦੇਵਾਂ ਮੇਰਾ ਸੰਸਕਾਰ ਤੁਸੀਂ ਹੱਥੀਂ ਕਰਨਾ। ਕਹਿਣ ਲੱਗੇ ਠੀਕ ਹੈ। 5 ਫਰਵਰੀ ਨੂੰ ਬਾਬਾ ਰਿਖੀ ਹਰਬੰਸ ਸਿੰਘ ਜੀ ਨੇ ਸਰੀਰ ਪੁਣਛ ਦੇ ਇਲਾਕੇ ਵਿੱਚ, ਕਸ਼ਮੀਰ ਦੇ ਰਹਿਣੇ ਵਾਲੇ ਸਨ, ਉੱਥੇ ਸਰੀਰ ਛੱਡ ਦਿੱਤਾ। ਬਰਫ਼ ਪੈ ਗਈ, ਸਾਰੀਆਂ ਰਸਤੇ ਸਾਰੇ ਰੁਕ ਗਏ ਬਰਫ਼ ਦੇ ਨਾਲ, ਬੱਸਾਂ ਗੱਡੀਆਂ ਦੀ ਆਵਾਜਾਈ ਰੁਕ ਗਈ। ਸੰਤ ਮਹਾਰਾਜ ਇੱਥੇ ਬਾਬਾ ਜਨਕ ਸਿੰਘ ਜੀ ਨੂੰ ਕਹਿਣ ਲੱਗੇ, ਜਨਕ ਸਿਆਂ 2-3 ਦਿਨ ਸਾਡਾ ਕਮਰਾ ਖੋਲ੍ਹਿਓ ਨਾ, ਅਸੀਂ ਰਿਖੀ ਦਾ ਸੰਸਕਾਰ ਕਰਨ ਚੱਲੇ ਹਾਂ। ਉੱਥੇ ਆਪਣਾ ਸਰੀਰ ਰੱਖ ਕੇ ਉੱਥੇ ਕਸ਼ਮੀਰ ਦੇ ਵਿੱਚ ਆ ਕੇ ਬਾਬਾ ਹਰਬੰਸ ਸਿੰਘ ਦਾ ਸੰਸਕਾਰ ਕਰਕੇ 30 ਦਿਨ ਸੰਤ ਮਹਾਰਾਜ ਆ ਕੇ ਆਪਣੇ ਸਰੀਰ ਵਿੱਚ ਪ੍ਰਵੇਸ਼ ਕੀਤੇ। ਇਹਨੂੰ ਕਹਿੰਦੇ ਅਵਿਨਾਸੀ ਜੀਵਨ ਕੋ ਨਾ ਨਾ ਸੁਣ ਵਾਲਾ ਜੀਵਨ, ਜਦੋਂ ਮਰਜ਼ੀ ਸਰੀਰ ਵਿੱਚ ਵੜ ਜਾਣ ਨਿਕਲ ਜਾਣ, ਮਰਜ਼ੀ ਹੈ, ਭਾਵੇਂ ਪੁਰਜਾ ਪੁਰਜਾ ਕੱਟ ਦਿੱਤਾ ਜਾਵੇ, ਸਰੀਰ ਨੂੰ ਨਹੀਂ ਛੱਡ ਦਿਓ, ਮਰਜ਼ੀ ਹੈ ਉਹਨਾਂ ਦੀ, ਮਰਜ਼ੀ ਨਾਲ ਚਲੇ ਜਾਣ, ਉਹਨਾਂ ਦੀ ਮਰਜ਼ੀ ਹੈ, ਪਰ ਉਹਨਾਂ ਨੂੰ ਕੋਈ ਕੱਢ ਨਹੀਂ ਸਕਦਾ। ਉਹਨਾਂ ਨੂੰ ਇਹ ਨਹੀਂ ਕਿ ਸਰੀਰ ਚਲੇ ਗਿਆ ਵਿੱਚੋਂ ਨਿਕਲ ਗਿਆ ਕਿ ਮੁੜ ਕੇ ਵੜ ਨਹੀਂ ਸਕਦੇ, ਵਿੱਚ ਉਹਨਾਂ ਦੀ ਆਪਣੀ ਤਾਕਤ ਹੈ। ਇਹਨੂੰ ਕਹਿੰਦੇ ਨਾ ਨਾ ਸੁਣ ਵਾਲਾ ਜੀਵਨ, ਇਹ ਜਿਹੜਾ ਦਾਤਾ ਦੇਣ ਵਾਲਾ ਇੱਕੋ ਹੀ ਪਰਮੇਸ਼ਰ ਨਿਰੰਕਾਰ ਹੈ, ਉਹਨੂੰ ਸਿਮਰਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਰੀ ਮਨ ਦੀ ਮੈਲ ਉੱਤਰ ਜਾਂਦੀ ਹੈ, ਸਿਮਰਤ ਸਭ ਮਲ ਖੋਈ।
ਮੈਲ ਇੱਕ ਥੈ ਨਹੀਂ ਹੈ, ਮੈਲ ਕੰਨਾਂ ਵਿੱਚ ਵੀ ਹੈ, ਮੈਲ ਅੱਖਾਂ ਵਿੱਚ ਵੀ ਹੈ, ਮੈਲ ਮੂੰਹ ਵਿੱਚ ਵੀ ਹੈ, ਜੀਭ 'ਤੇ ਮੈਲ ਹੈ, ਸਾਰੇ ਹਿਰਦੇ ਦੇ ਅੰਦਰ ਮੈਲ ਹੈ। ਮੈਲ ਇੱਕ ਥੈ ਨਹੀਂ ਹੈ, ਸਾਰੇ ਇੰਦਰੇ ਮੈਲੇ ਨੇ, ਅਤੇ ਜੀਭ ਹੈ ਜੇ ਜੀਭ ਹੈ ਸਾਧ ਸੰਗਤ ਝੂਠ ਬੋਲਦੀ ਹੈ, ਮੈਲੀ ਹੈ, ਅੱਖਾਂ ਮਾੜਾ ਦੇਖਦੀਆਂ ਮੈਲਾਂ ਨੇ, ਮੈਲੀਆਂ ਨੇ। ਇਹਨਾਂ ਨੂੰ ਸਵੱਛ ਕਰਨ ਵਾਸਤੇ, ਇੰਦਰੀਆਂ ਨੂੰ ਸਵੱਛ ਕਰਨ ਵਾਸਤੇ, ਅੰਦਰ ਇੱਕੋ ਹੀ ਚੀਜ਼ ਨੂੰ ਸਵੱਛ ਕਰ ਲਈਏ ਤਾਂ ਸਾਰੇ ਇੰਦਰੇ ਸਵੱਛ ਹੋ ਜਾਂਦੇ ਆ। ਜਦੋਂ ਸਾਧ ਸੰਗਤ ਅੰਦਰੋਂ ਲਾਲ ਲਾਈਟ ਬਾਲਦੀ ਹੈ ਨਾ, ਬਾਹਰ ਸ਼ੀਸ਼ੇ ਦੇ ਵਿੱਚ ਲਾਲ ਲਾਈਟ ਦਿਸਦੀ ਹੈ, ਸ਼ੀਸ਼ਾ ਨਹੀਂ ਲਾਲ ਹੁੰਦਾ, ਅੰਦਰੋਂ ਲਾਈਟ ਲਾਲ ਹੈ। ਉਸੇ ਸ਼ੀਸ਼ੇ ਦੇ ਅੰਦਰ ਤੁਸੀਂ ਹਰੀ ਲਾਈਟ ਬਾਲਦੇ ਹੋ ਅਤੇ ਬਾਹਰ ਸ਼ੀਸ਼ੇ ਹਰੇ ਨਹੀਂ ਆ, ਉਹ ਹਰੀ ਲਾਈਟ ਦਿਸਦੀ ਹੈ। ਇਸੇ ਤਰ੍ਹਾਂ ਅੰਦਰੋਂ ਲਾਈਟ ਜਿਹੜੀ ਹੈ ਉਹ ਮੈਲੀ ਹੈ, ਅੰਦਰੋਂ ਜਿਹੜੀ ਉਹਨਾਂ ਹਿਰਦੇ ਦੇ ਅੰਦਰੋਂ ਕਿਰਨਾਂ ਨਿਕਲਦੀਆਂ ਉਹ ਮੈਲੀਆਂ ਨੇ। ਉਹ ਜਦੋਂ ਅੱਖਾਂ ਨੂੰ ਇਸ਼ਾਰਾ ਕਰਦੀਆਂ ਤਾਂ ਅੱਖਾਂ ਮੈਲੀਆਂ, ਅੱਖਾਂ ਮੈਲਾ ਦੇਖਦੀਆਂ, ਮੂੰਹ ਨੂੰ ਇਸ਼ਾਰਾ ਕਰਦੀਆਂ ਮੂੰਹ ਮੈਲਾ ਬੋਲਦਾ, ਮੰਦਾ ਬੋਲਦਾ, ਜੀਭ ਮਾੜਾ ਬੋਲਦੀ ਆ, ਕੰਨ ਨਿੰਦਿਆ ਚੁਗਲੀ ਸੁਣਦੇ ਸਵਾਦ ਲੱਗਦੇ ਆ ਨਾ, ਉਹ ਮੈਲਾ ਮੈਲੀ ਚੀਜ਼ ਉਹਨੂੰ ਚੰਗੀ ਲੱਗਦੀ ਹੈ। ਇਸ ਕਰਕੇ ਸਿਮਰਤ ਸਭ ਮਲਕ ਹੋਈ, ਇੱਕ ਮਨ ਨੂੰ ਹੀ ਸਵੱਛ ਕਰਨ ਵਾਸਤੇ ਹਿਰਦੇ ਦੇ ਉੱਤੇ ਮਨ ਧੋਵੋ ਸ਼ਬਦ ਲਾਗੋ ਹਰ ਸੋ ਰਹੋ ਚਿੱਤ ਲਾਏ, ਉਸ ਸ਼ਬਦ ਨੂੰ ਹਿਰਦੇ ਦੇ ਅੰਦਰ ਲਿਆ ਕੇ, ਸਤਿਗੁਰੂ ਜੀ ਕਹਿੰਦੇ ਹਿਰਦੇ ਦੇ ਅੰਦਰ ਸ਼ਬਦ ਉਹਨਾਂ ਦੇ ਵਾਸਾ ਕਰਦਾ। ਬੜੀ ਔਖੀ ਗੱਲ ਹੈ, ਨਾਮ ਦਾ ਪ੍ਰਚਾਰ ਵਿਦਵਾਨ ਕਰੀ ਜਾਂਦੇ, ਨਾਮ ਜਪੋ ਵੀ ਨਾਮ ਜਪੋ, ਬੜੀ ਔਖੀ ਗੱਲ ਹੈ। ਪੌੜੀਆਂ ਨੇ, ਚੌਥੀ ਪੌੜੀ 'ਤੇ ਜਾ ਕੇ ਨਾਮ ਹੈ, ਤਿੰਨ ਪੌੜੀਆਂ ਪਹਿਲਾਂ ਚੜ੍ਹਨੀਆਂ ਪਊਗੀਆਂ। ਉਹ ਤਿੰਨ ਪੌੜੀਆਂ ਪਹਿਲਾਂ ਚੜ੍ਹ ਜਾਓ, ਚੌਥੇ ਨਾਮ ਦੇ ਕੋਲ ਤੁਸੀਂ ਆਪ ਹੀ ਪਹੁੰਚ ਜਾਣਾ। ਚੇਤਾ ਰੱਖਿਓ, ਤੁਹਾਡੇ ਵਿੱਚ ਬਹੁਤ ਸਾਰੇ ਨਾਮ ਜਪਣ ਵਾਲੇ ਜਾਂ ਗੁਰਮੁਖ ਹੈ, ਜਿਨ੍ਹਾਂ ਦੀ ਇੱਛਾ ਹੈ ਪੌੜੀ ਚੜ੍ਹ ਕੇ ਨਾਮ ਸਾਡੇ ਅੰਦਰ ਵੱਸ ਜਾਵੇ, ਇੱਛਾ ਹੈ ਕਈਆਂ ਦੀ। ਪਹਿਲੀ ਪੌੜੀ ਹੈ ਸੱਚ, ਜੀਭ ਕਦੀ ਝੂਠ ਨਾ ਬੋਲੇ। ਪਹਿਲੀ ਪੌੜੀ, ਜਿਹੜਾ ਝੂਠ ਬੋਲਦਾ ਪਹਿਲੀ ਪੌੜੀ 'ਤੇ ਨਹੀਂ ਚੜ੍ਹਿਆ, ਚੌਥੀ 'ਤੇ ਕਿੱਦਾਂ ਚੜ੍ਹ ਜੂਗਾ ਉਹ? ਆਪਣੀ ਜੀਭ 'ਤੇ ਕੰਟਰੋਲ ਕਰੇ। ਮਿੱਥਿਆ ਨਾ ਹੀ ਰਸਨਾ ਪਰਸ, ਜੀਭ ਝੂਠ ਨਾ ਸਪਰਸ਼ ਨਾ ਕਰੇ। ਪਹਿਲੀ ਪੌੜੀ ਹੈ ਸੱਚ, ਦੂਜੀ ਹੈ ਸੰਤੋਖ, ਅੰਦਰ ਲੋਭ ਨਾ ਹੋਵੇ, ਸੰਤੋਖੀ ਪੁਰਸ਼ ਹੋਵੇ। ਸੰਤੋਖੀ ਉਹ ਹੁੰਦਾ ਹੈ ਆਪਣੇ ਪਰਮੇਸ਼ਰ ਦੀ ਆਪਣੀ ਹੱਥੀਂ ਕਿਰਤ ਕੀਤੀ ਹੋਈ ਹੈ, ਉਹ 'ਤੇ ਸਬਰ ਕਰਕੇ ਬੈਠ ਜਾਵੇ, ਇੱਧਰ ਉੱਧਰ ਹੇਰਾ ਫੇਰੀਆਂ ਕਰਕੇ ਜਾਂ ਦਿਨ ਰਾਤ ਦੌੜ ਲਾ ਕੇ ਲੋਭ ਦੇ ਵਿੱਚ ਫਸਿਆ ਹੋਇਆ ਮਨੁੱਖ ਕਈ ਵਾਰੀ ਐਸੇ ਕਰਮ ਕਰ ਜਾਂਦਾ ਜਿਹੜਾ ਧਰਮ ਦੇ ਉਲਟ ਹੁੰਦੇ ਆ, ਜਿਹੜੇ ਸਾਡੇ ਧਰਮ ਦੇ ਵਿਰੁੱਧ ਵੀ ਜਾਂਦੇ ਉਹ ਵੀ ਕਰ ਲੈਂਦਾ। ਮਾਰੋ ਨਿਗਾਹ ਜਰਾ ਜੇ ਆਪਣੇ ਸਿੱਖ ਕੌਮ ਵੱਲ, ਜਹਾਜ਼ਾਂ ਵਿੱਚ ਕਿਉਂ ਤਲਾਸ਼ੀਆਂ ਹੁੰਦੀਆਂ? ਕਾਰਨ ਕਿ ਸਾਡੀ ਸਿੱਖ ਕੌਮ ਦੀ ਗਲਤੀ ਹੈ, ਉਹ ਸਾਰਿਆਂ ਨੂੰ ਭੁਗਤਣੀ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖ ਕੇ ਇੱਦਾਂ ਦੀਆਂ ਚੀਜ਼ਾਂ ਲੈ ਗਏ ਜਿਹੜੀਆਂ ਨਾ ਦੱਸਣ ਯੋਗ ਹੈ। ਸਿੱਖਾਂ ਦੇ ਕਰਮ ਨੇ ਇਹ, ਲੋਭ ਕਰਕੇ ਹੀ ਕਰਮ ਹੋਏ ਨੇ, ਇਹਨਾਂ ਦੇ ਅੰਦਰ ਨਾਮ ਕਿੱਥੋਂ ਬਸ ਜੂਗਾ? ਪਹਿਲੀ ਪੌੜੀ ਸੱਚ ਹੈ, ਦੂਜੀ ਪੌੜੀ ਹੈ ਸੰਤੋਖ, ਤੀਜੀ ਪੌੜੀ ਹੈ ਜਿਹਦੇ ਅੰਦਰ ਇਹ ਦੋ ਪੌੜੀਆਂ ਚੜ੍ਹ ਗਿਆ, ਤੀਜੀ ਪੌੜੀ 'ਤੇ ਫਿਰ ਚੰਗੇ ਮੰਦੇ ਵਿਚਾਰ ਇਹਦੇ ਅੰਦਰ ਫਿਰ ਪਛਾਣਨ ਦੀ ਵਿਵਸਥਾ ਬਣ ਜਾਂਦੀ ਹੈ। ਇਹ ਫਿਰ ਵਿਚਾਰ ਗੁਰੂ ਦੀ ਗੱਲ ਸੁਣਨ ਵਾਸਤੇ ਤਿਆਰ ਹੋ ਜਾਂਦਾ, ਇਹਦੇ ਅੰਦਰ ਵਿਚਾਰ ਚੰਗੇ ਬੈਠਣ ਲੱਗ ਜਾਂਦੇ, ਮਾੜੇ ਨਿਕਲਣ ਲੱਗ ਜਾਂਦੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਲਿਖਿਆ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਜਿਹਦੇ ਅੰਦਰ ਵਿਚਾਰ ਸਵੱਛ ਹੋ ਗਏ, ਉਹਦੇ ਨਾਮ ਅੰਦਰ ਆਪ ਹੀ ਟਿਕ ਜਾਣਾ, ਫਿਰ ਟਿਕਾਉਣ ਦੀ ਜ਼ਰੂਰਤ ਨਹੀਂ ਹੈ। ਚੰਗੇ ਵਿਚਾਰ ਹੋ ਗਏ, ਸ਼ੁੱਧ ਖਿਆਲ ਹੋ ਗਏ, ਅੰਦਰ ਹਿਰਦਾ ਸ਼ੁੱਧ ਹੋ ਗਿਆ। ਜੇ ਸਿੱਧਾ ਹੀ ਕਹੋ ਪਹਿਲਾਂ ਹੀ ਮਾਲਾ ਫੜ ਕੇ ਮੈਂ ਅੱਜੇ ਹੀ ਪਹੁੰਚ ਜਾਵਾਂ, ਬਹੁਤ ਔਖੀ ਗੱਲ ਹੈ। ਝੂਠ ਛੱਡਣਾ ਨਹੀਂ, ਗੁਟਕਾ ਸਾਰੀ ਦਿਹਾੜੀ ਫੜ ਕੇ ਬੈਠੇ ਰਹਿਣਾ, ਮਾਲਾ ਸਾਰੀ ਦਿਹਾੜੀ ਫੜ ਰੱਖਣੀ, ਉਹ ਗੁਰਮੁਖੋ ਪੌੜੀਆਂ 'ਤੇ ਚੜ੍ਹੋ ਨਾ। ਜਦ ਤੀਜੀ ਤਿੰਨ ਪੌੜੀਆਂ ਚੜ੍ਹੋਂਗੇ, ਚੌਥੀ ਪੌੜੀ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਦਾ, ਉਸ ਨਾਮ ਨੂੰ ਜਪਣ ਵਾਸਤੇ ਹਦਾਇਤ ਕੀਤੀ। ਸਿਮਰਤ ਸਭ ਮਲਕ ਹੋਈ, ਗੁਣ ਨਿਦਾਨ ਭਗਤਨ ਕੋ ਵਰਤਣ ਬਿਰਲਾ ਪਾਵੇ ਕੋਈ। ਇਹ ਗੁਣਾਂ ਦਾ ਖਜ਼ਾਨਾ ਭਗਤਾਂ ਦੇ ਵਰਤਣ ਵਿੱਚ ਹਿੱਸੇ ਆਇਆ, ਦੂਜਾ ਨਹੀਂ ਵਰਤ ਸਕਦਾ ਇਹ, ਕਿਉਂਕਿ ਭਗਤਾਂ ਨੂੰ ਪੂੰਜੀ ਦਿੱਤੀ ਹੈ। ਜਿਹਨਾਂ ਸਤਿਗੁਰੂ ਬਾਣੀ ਵਿੱਚ ਲਿਖਿਆ, ਜਿਹਨਾਂ ਅੰਤਰ ਹਰ ਹਰ ਪੀਤ ਹੈ ਅਤੇ ਜਨ ਸੁਭੜ ਸਿੰਘ, ਜਿਹਨੇ ਸਤਿਗੁਰ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ। ਜਿਹਨਾਂ ਨੇ ਸਤਿਪੁਰਖ ਪਰਮੇਸ਼ਰ ਨੂੰ ਮਨਾ ਲਿਆ, ਉਹਨਾਂ ਦੀ ਪੂਜਾ ਸਾਰਾ ਸੰਸਾਰ ਕਰਦਾ, ਪਰਮੇਸ਼ਰ ਨੂੰ ਮਨਾ ਲਿਆ। ਪਰਮੇਸ਼ਰ ਨੂੰ ਮਨਾਉਣਾ ਪਹਿਲਾਂ ਮਹਾਂਪੁਰਸ਼ ਤੋਂ ਮਨਾਉਣਾ ਪਊ, ਫਿਰ ਇਹ ਪਰਮੇਸ਼ਰ ਮੰਨੂ।
ਮੁਸਲਮਾਨ ਗਾਉਂਦੇ ਹੁੰਦੇ ਯਾਰ ਮਨਾਉਣਾ ਔਖਾ, ਪਰਮੇਸ਼ੁਰ ਦਾ ਮਨਾਉਣਾ ਸੌਖਾ। ਯਾਰ ਉਹਨੂੰ ਕਹਿੰਦੇ ਜਿਹੜਾ ਸਤਿਗੁਰ ਹੈ, ਮੁਸਲਮਾਨ ਉਹਨੂੰ ਯਾਰ ਕਹਿੰਦੇ, ਅਸੀਂ ਸਤਿਗੁਰ ਕਹਿੰਦੇ, ਅਸੀਂ ਮਹਾਂਪੁਰਸ਼ ਕਹਿੰਦੇ ਹਾਂ। ਉਹ ਮੰਨ ਜਾਵੇ ਜਿਹਨੇ ਸਤਿਗੁਰ ਪੁਰਖ ਮਨਾਇਆ, ਜਿਨ੍ਹਾਂ ਨੇ ਉਸ ਮਹਾਂਪੁਰਸ਼ ਨੂੰ ਮਨਾ ਲਿਆ, ਉਹਨੇ ਦਸਤਖਤ ਕਰ ਦਿੱਤੇ, ਪਰਮੇਸ਼ੁਰ ਤਾਂ ਮੋਹਰੇ ਹੀ ਖੜ੍ਹਾ। ਉਹ ਬਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਉਹ ਫਿਰ ਮਹਾਂਪੁਰਖ ਦਾ ਸਹਿਨਤ ਕਰਕੇ ਮੜਾ ਦਿੰਦਾ, ਸਾਹਮਣੇ ਖੜ੍ਹਾ, ਤੈਨੂੰ ਦਿਸਦਾ ਨਹੀਂ ਹੈ, ਕੋਲੇ ਹੀ ਹੈ ਤੇਰੇ, ਐਵੇਂ ਤੂੰ ਬਾਹਰੇ ਲੱਭੀ ਜਾਂਦਾ। ਇਹ ਤਾਂ ਅੰਦਰੇ ਸੀ, ਦੂਰ ਜਾਣ ਦੀ ਜ਼ਰੂਰਤ ਨਹੀਂ ਸੀ। ਜੰਗਲ ਵਿੱਚ ਤਾਂ ਮਨੁੱਖ ਤਾਂ ਜਾਂਦਾ, ਕਈ ਗੱਲਾਂ ਰੁਕ ਜਾਂਦੀਆਂ, ਅੱਖਾਂ ਰੁਕ ਜਾਂਦੀਆਂ, ਜੀਭ ਰੁਕ ਜਾਂਦੀ ਹੈ, ਕੰਨ ਰੁਕ ਜਾਂਦੇ ਆ। ਉੱਥੇ ਫਿਰ ਨਾ ਕਿਸੇ ਨੂੰ ਦੇਖਦਾ, ਨਾ ਨਿੰਦਿਆ ਸੁਣਦਾ, ਕੁਛ ਗੱਲਾਂ ਰੁਕ ਜਾਂਦੀਆਂ, ਇੱਕੋ ਹੀ ਗੱਲ ਰਹਿ ਜਾਂਦੀ ਆ। ਫਿਰ ਉਹ ਸ਼ਬਦ ਦੇ ਨਾਲ ਮਨ ਨੂੰ ਜੋੜਨ ਦੀ ਕੋਸ਼ਿਸ਼ ਕਰਦਾ, ਜਿੰਨੀ ਕੁ ਉਹਦੀ ਅਵਸਥਾ ਹੁੰਦੀ ਆ ਜੁੜ ਜਾਂਦਾ। ਇਹ ਗੁਣਾਂ ਦਾ ਖਜ਼ਾਨਾ ਭਗਤਾਂ ਦੇ ਬਰਤਨ ਵਿੱਚ ਹਿੱਸੇ ਆਇਆ, ਗੁਣ ਨਿਦਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਬਿਰਲੇ ਬਿਰਲੇ ਗੁਰਮੁਖ ਉਹਨਾਂ ਨੇ ਇਹਦੀ ਪ੍ਰਾਪਤੀ ਕੀਤੀ ਹੈ। ਮੇਰੇ ਮਨ ਜਪ ਗੁਰਗੋਪਾਲ ਪ੍ਰਭ ਸੋਈ, ਆਪਣੇ ਮਨ ਨੂੰ ਹੀ ਸੰਬੋਧਨ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਨੇ, ਕਹਿੰਦੇ ਐ ਮਨ ਉਸ ਨਿਰੰਕਾਰ ਪਰਮੇਸ਼ੁਰ ਨੂੰ, ਉਸ ਪਰਮੇਸ਼ੁਰ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਹੀ ਪਾਲ ਰਿਹਾ, ਉਹਨੂੰ ਜਪਣਾ ਕਰ। ਕੋਈ ਆਪਣੇ ਟੱਬਰ ਨੂੰ ਪਾਲਦਾ, ਕੋਈ ਮਾੜਾ ਮੋਟਾ ਕਿਸੇ ਨੂੰ ਦਾਨ ਕਰਕੇ ਦਸਾਂ ਵੀਹਾਂ ਸਰੀਰਾਂ ਨੂੰ ਹੋਰ ਪ੍ਰਸ਼ਾਦਾ ਛਕਾ ਦਿੰਦਾ। ਇੱਕ ਸਾਰੀ ਸ੍ਰਿਸ਼ਟੀ ਦਾ ਪਾਲਣਾ, ਕਾਹੇ ਰੇ ਮਨ ਚਿੱਤ ਬੈ ਉਦਮ, ਜਾਂ ਆਹਰ ਹਰ ਜੀਓ ਪਰਿਆ, ਸਹਿਲ ਪੱਥਰ ਮੈਂ ਜੰਤ ਪਾਏ, ਤਾਂ ਕਾ ਰਿਜਿਕ ਆਗੇ ਕਰ ਧਰਿਆ। ਜਿਹੜੇ ਪੱਥਰਾਂ ਦੇ ਵਿੱਚ ਕੀੜੇ ਪੈਦਾ ਕੀਤੇ, ਉਹਨਾਂ ਦਾ ਰਿਜਕ ਲਿਜਾ ਲਿਜਾ ਕੇ ਉੱਥੇ ਸਿੱਟ ਦਿੱਤਾ। ਇਹ ਡਿਊਟੀ ਹੈ ਪਰਮੇਸ਼ੁਰ ਦੀ, ਪਰਾ ਲਬਦ ਪਹਿਲਾਂ ਪੈਦਾ ਕੀਤੀ ਹੈ, ਜੀਵ ਬਾਅਦ ਵਿੱਚ ਪੈਦਾ ਕੀਤੇ ਹੈ। ਇਹ ਸਤਿਗੁਰੂ ਜੀ ਨੇ ਕਿਹਾ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾਂ ਕਿ ਸ਼ਰਨ ਪਿਆ ਸੁੱਖ ਪਾਈਏ, ਬਹੁੜ ਦੁੱਖ ਨਾ ਹੋਈ। ਉਹਦੀ ਸ਼ਰਨ ਪਿਆ ਸੁੱਖ ਹੀ ਸੁੱਖ ਹੈ, ਫਿਰ ਦੁੱਖ ਜਨਮ ਮਰਨ ਦਾ ਵੀ ਨਹੀਂ ਹੁੰਦਾ, ਅਤੇ ਦੂਜੇ ਦੁੱਖ ਵੀ ਨਹੀਂ ਹੁੰਦੇ। ਰਹਾਉ ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਬਡਭਾਗੀ ਸਾਧ ਸੰਗ ਪ੍ਰਾਪਤ। ਇਹ ਨਾਮ ਜਪਣਾ, ਕਹਿੰਦੇ ਸਾਧੂ ਦੀ ਸੰਗਤ ਤੋਂ ਬਿਨਾਂ ਜਪਿਆ ਨਹੀਂ ਜਾ ਸਕਦਾ, ਕੋਚ ਤੋਂ ਬਿਨਾਂ ਕੋਈ ਖਿਲਾੜੀ ਨਹੀਂ ਬਣ ਸਕਦਾ, ਕੋਚ ਤੋਂ ਬਿਨਾਂ ਕੋਈ ਪਹਿਲਵਾਨ ਨਹੀਂ ਬਣ ਸਕਦਾ। ਮਹਾਂਪੁਰਸ਼ ਦੀ ਸੰਗਤ ਤੋਂ ਬਿਨਾਂ ਨਾਮ ਜਪਣਾ ਅਤੇ ਨਾਮ ਦੀ ਪੌੜੀ ਅੱਗੇ ਤੁਰਨਾ, ਅਵਸਥਾ ਪ੍ਰਾਪਤ ਕਰਨੀ, ਇਹ ਮਹਾਤਮਾ ਲੋਕਾਂ ਦੀ ਬਡਭਾਗੀ ਸਾਧ ਸੰਗ। ਬਹੁਤ ਵੱਡੇ ਭਾਗ ਹੋਣ ਤਾਂ ਮਹਾਨ ਪੁਰਸ਼ਾਂ 'ਤੇ ਸ਼ਰਧਾ ਵੱਜਦੀ ਹੈ, ਮਹਾਂਪੁਰਸ਼ਾਂ 'ਤੇ ਸ਼ਰਧਾ ਵੱਜਦੀ ਹੈ। ਤਿੰਨ ਬਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੀ ਖੋਟੀ ਮਤ ਦੂਰ ਹੋ ਜਾਵੇ, ਜਿਨ੍ਹਾਂ ਦੇ ਆਪਣੇ ਜੀਵਨ ਹੁੰਦੇ ਆ ਉਹਨਾਂ ਦਰਸ਼ਨ ਕਰੋ, ਸਾਡਾ ਵੀ ਜੀਵਨ ਬਦਲ ਜਾਵੇ। ਫਰੀਦਾ ਆਪ ਸਵਾਰੀ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਆਪਣੇ ਆਪ ਨੂੰ ਸਵਾਰ ਲੈ, ਕਹਿੰਦੇ ਸੰਸਾਰ ਆਪੇ ਸੌਰ ਜਾਣਾ। ਅੱਜ ਵਿਦਵਾਨ ਆਪ ਉਹਨਾਂ ਦੇ ਕਰਨੀ ਨਹੀਂ ਹੁੰਦੀ, ਲੋਕਾਂ ਨੂੰ ਦੱਸਦੇ, ਇਸੇ ਕਰਕੇ ਅੱਗਾ ਜਿਹੜੇ ਸੰਸਾਰ ਦੇ ਲੋਕਾਂ 'ਤੇ ਅਸਰ ਨਹੀਂ ਹੋਇਆ। ਸੰਤ ਮਹਾਰਾਜ ਜੀ ਹਰਖੋ ਵਾਲੀਏ ਸਾਰੇ ਜੀਵਨ ਵਿੱਚ ਪ੍ਰਚਾਰ ਨਹੀਂ ਕੀਤਾ, ਸਟੇਜ 'ਤੇ ਕਦੀ ਨਹੀਂ ਬੋਲੇ, ਬੈਠੇ ਉਹਨਾਂ ਦੇ ਦਰਸ਼ਨ ਕਰਕੇ ਦੁਨੀਆਂ ਦੇ ਜੀਵਨ ਸਿਧਰ ਗਏ। ਤਿੰਨ ਭੇਟਤ ਦੁਰਮਤ ਖੋਈ, ਉਹਨਾਂ ਦੇ ਦਰਸ਼ਨ ਕਰਦਿਆਂ ਖੋਟੀ ਮਤ ਦੂਰ ਹੋ ਗਈ। ਤਿੰਨ ਕੀ ਤੂਰ ਨਾਨਕ ਦਾਸ ਪੰਛ ਹੈ, ਜਿਨ ਹਰ ਨਾਮ ਹਿਰਦੈ ਪਰੋਈ। ਉਹਨਾਂ ਦੀ ਤੂੜ ਗੁਰੂ ਨਾਨਕ ਸਾਹਿਬ ਕਹਿੰਦੇ, ਐਸੇ ਪੁਰਸ਼ਾਂ ਦੀ ਤੂੜ ਮੈਨੂੰ ਚਾਹੀਦੀ ਹੈ। ਸਿੱਖ ਕਹਿੰਦੇ, ਅਸੀਂ ਨਹੀਂ ਤੂੜ ਲੈਣੀ ਕਿਸੇ ਦੀ ਵੀ। ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਲੈਣੀ ਹੈ ਐਸੇ ਪੁਰਖਾਂ ਦੀ। ਤਿੰਨ ਕੀ ਤੂਰ ਨਾਨਕ ਦਾਸ, ਐਸੇ ਤੂੜ ਉਹਨਾਂ ਪੁਰਖਾਂ ਦੀ ਮੈਂ ਮੰਗਦਾ ਜਿਨ੍ਹਾਂ ਨੇ ਨਾਮ ਹਿਰਦੇ ਵਿੱਚ ਪਰੋਇਆ ਹੋਇਆ। ਸਿੱਖ ਕਹਿੰਦੇ, ਕਿਸੇ ਨੂੰ ਨਹੀਂ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦੇ ਹੀ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਗੁਰਸਿੱਖਾਂ ਕੀ ਹਰ ਤੂੜ ਦੇ, ਹਮ ਪਾਪੀ ਪੀ ਗਤ ਪਾਏ। ਮਹਾਰਾਜ ਮੈਨੂੰ ਗੁਰੂ ਦੇ ਸਿੱਖਾਂ ਦੀ ਤੂੜ ਦੇ। ਕੁਰਬਾਣੀ ਤਿਨਾ ਗੁਰਸਿੱਖਾਂ ਪਾਏ, ਭਗਤ ਗੁਰਪੁਰਬ ਕਰਨ ਦੇ। ਕੁਰਬਾਣੀ ਤਿਨਾ ਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਕੁਰਬਾਣੀ ਤਿਨਾ ਸਿੱਖਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨ ਬੰਦੇ। ਕੁਰਬਾਣੀ ਤਿਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਜਾਪ ਬੰਦੇ। ਉਹਨਾਂ ਸਿੱਖਾਂ ਦੇ ਕੁਰਬਾਣੀ ਤਿਨਾ ਗੁਰਸਿੱਖਾਂ ਪਾਏ, ਭਗਤ ਗੁਰਪੁਰਬ ਕਰਨ ਦੇ। ਉਹਨਾਂ ਗੁਰਸਿੱਖਾਂ ਦੇ ਕੁਰਬਾਨ ਜਾਈਏ, ਭਾਈ ਗੁਰਦਾਸ ਜੀ ਤੁਹਾਡੇ ਕੁਰਬਾਨ ਜਾਂਦੇ ਆ, ਆਪਣੇ ਗੁਰੂਆਂ ਦੇ ਗੁਰਪੁਰਬ ਤੁਸੀਂ ਮਨਾਉਂਦੇ ਆ, ਪੁਰਬ ਮਨਾਉਂਦੇ ਆ, ਕਹਿੰਦੇ ਤੁਹਾਡੇ 'ਤੇ ਵੀ ਕੁਰਬਾਨ ਆਇਆ ਸੀ। ਤਿੰਨ ਕੀ ਤੂੜ ਨਾਨਕ ਦਾਸ ਵੰਸ਼ ਹੈ, ਗੁਰੂ ਨਾਨਕ ਸਾਹਿਬ ਤੋਂ ਇੱਕ ਮਤ ਲੈ ਲਓ, ਇੱਕ ਮਤ ਲੈ ਲਓ। ਜਿਨ ਹਰ ਨਾਮ ਹਿਰਦੇ ਪਰੋਈ, ਜਿਹੜਾ ਨਾਮ ਜਪਦਾ ਉਹਨੂੰ ਮੱਥਾ ਟੇਕੀਏ, ਉਹਨੂੰ ਨਮਸਕਾਰ ਕਰੀਏ, ਗੁਰੂ ਨਾਨਕ ਸਾਹਿਬ ਤੋਂ ਇੱਕ ਮਤ ਲੈ ਲਓ। ਕੋਈ ਨਾ ਕੋਈ ਗੁਣ ਲੈ ਕੇ ਜਾਇਓ,
ਸਾਰਿਆਂ ਦਾ ਧੰਨਵਾਦ ਹੈ। ਸੰਤ ਮਹਾਰਾਜ ਜੀ ਹਰਖੋ ਵਾਲੀਏ, ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਹਿੰਦੇ ਹੁੰਦੇ ਸਨ, ਵਧਾਈ ਤਾਂ ਕਾਹਦੀ ਦੇਣੀ ਆ, ਕਹਿੰਦੇ ਧੰਨਵਾਦ ਕਰਿਆ ਕਰੋ ਮਹਾਰਾਜ, ਤੁਸੀਂ ਸਾਡੇ ਵਾਸਤੇ ਆਏ ਹਾਂ, ਸਾਡਾ ਭਲਾ ਕਰਨ ਵਾਸਤੇ ਆਏ ਹਾਂ। ਮਹਾਰਾਜ ਸਾਨੂੰ ਪਵ ਸਾਗਰ ਵਿੱਚੋਂ, ਸਮੁੰਦਰ ਵਿੱਚੋਂ ਗੋਤੇ ਖਾਂਦਿਆਂ ਨੂੰ ਮਹਾਰਾਜ ਕੱਢਣ ਵਾਸਤੇ ਤੁਸੀਂ ਆਏ ਹਾਂ, ਤੁਹਾਡਾ ਬਹੁਤ ਧੰਨਵਾਦ ਹੈ। ਰਾਤ ਬਹੁਤ ਸਾਰੀਆਂ ਸੰਗਤਾਂ ਨੇ, ਉਹਨਾਂ ਦਾ ਜਨਮ ਦਿਨ ਸਮੇਂ 'ਤੇ ਜਦੋਂ ਉਹਨਾਂ ਦਾ ਜਨਮ ਹੋਇਆ, ਬਹੁਤ ਸਾਰੀਆਂ ਸੰਗਤਾਂ ਨੇ ਮਹਾਰਾਜ ਦਾ ਆਉਣ ਵੇਲੇ ਧੰਨਵਾਦ ਕੀਤਾ। ਖੜ੍ਹੀਆਂ ਸੰਗਤਾਂ ਉਹਨਾਂ ਨੂੰ ਉਡੀਕ ਰਹੀਆਂ ਸਨ, ਜਿਹੜੇ ਉਡੀਕਦੇ ਆ ਉਹਨਾਂ ਨੂੰ ਜ਼ਰੂਰ ਮਿਲ ਪੈਂਦਾ, ਉਹ ਜਿਹੜੇ ਰਾਤ ਉਡੀਕਣ ਆਏ ਸੀ ਉਹਨਾਂ ਨੂੰ ਮਿਲਣ ਆਏ ਸੀ, ਮਹਾਰਾਜ ਤੁਸੀਂ ਹੁਣ ਆਉਣਾ ਸਾਨੂੰ ਜ਼ਰੂਰ ਮਿਲ ਪਿਓ, ਉਹਨਾਂ ਨੇ ਦਰਸ਼ਨ ਕਰਨ ਆਏ ਸੀ। ਬਹੁਤ ਸੰਗਤਾਂ ਨੇ ਰਾਤ ਫੁੱਲਾਂ ਦੀ ਵਰਖਾ ਕੀਤੀ, ਸਾਰਿਆਂ ਮਹਾਂਪੁਰਖਾਂ ਦਾ ਧੰਨਵਾਦ ਹੈ। ਹੁਣ ਸੈਕਟਰੀ ਸਾਹਿਬ ਸਾਰਿਆਂ ਮਹਾਂਪੁਰਸ਼ਾਂ ਦਾ ਧੰਨਵਾਦ ਵੀ ਕਰਨਗੇ, ਨਾਮ ਵੀ ਦੱਸਣਗੇ। ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਮਹਾਂਪੁਰਸ਼ਾਂ ਦਾ, ਖਾਸ ਤੌਰ 'ਤੇ ਬੀਬੀ ਸ਼ਰੀਫਾਂ ਜੀ ਨੂੰ ਮੈਂ ਦੁਬਾਰਾ ਫਿਰ ਮੱਥਾ ਟੇਕਦਾ। ਬਹੁਤ ਖੁਸ਼ੀ ਹੈ ਅੱਜ ਮੈਨੂੰ ਕਿ ਉਹ ਮੁੜ ਕੇ ਫਿਰ ਪ੍ਰੋਗਰਾਮਾਂ 'ਤੇ ਆਉਣ ਲੱਗ ਗਏ ਆ। ਉਹਨਾਂ ਨੇ ਹਰਮੇਲ ਸਿੰਘ ਉਹਨਾਂ ਨੂੰ ਕਿਹਾ ਸੀ ਮੈਂ ਜ਼ਰੂਰ ਆਊਂ, ਸਰੀਰ ਤਾਂ ਭਾਵੇਂ ਉਹਨਾਂ ਦਾ ਔਖਾ ਕਿਹਾ ਨਹੀਂ ਕਰਦਾ, ਪਰ ਸੰਤ ਮਹਾਰਾਜ ਨਾਲ ਪ੍ਰੇਮ ਕਰਕੇ ਅੱਜ ਉਹਨਾਂ ਦੇ ਖੁਸ਼ੀ ਦੇ ਦਿਹਾੜੇ 'ਤੇ ਉਹ ਵੀ ਆਏ ਹੈ। ਬਾਕੀ ਕਿਸੇ ਦੀ ਸੇਵਾ ਵਿੱਚ ਪਾਈ ਕੋਈ ਕਮੀ ਰਹਿ ਗਈ ਹੋਵੇ, ਠੀਕ ਹੈ, ਅਣਜਾਣ ਹੈ, ਸਾਧ ਸੰਗਤ ਵੱਡੇ ਕੰਮ ਵਿੱਚ ਕਈ ਵਾਰੀ ਕਈ ਤਰੁੱਟੀਆਂ ਰਹਿ ਜਾਂਦੀਆਂ, ਸਮਤ ਬਖਸ਼ਿਓ, ਕਿਤੇ ਗੁਰੂ ਕਿਰਪਾ ਕਰੇ ਤੁਹਾਡੀ ਸੇਵਾ ਕਰਨ ਵਾਸਤੇ ਸਾਨੂੰ ਬਲ ਬਖਸ਼ੇ, ਮਤ ਬੁੱਧੀ ਬਖਸ਼ੇ, ਅਸੀਂ ਤੁਹਾਡੀ ਸੰਗਤ ਦੀ ਸੇਵਾ ਕਰਦੇ ਰਹੀਏ। ਇੰਨੀ ਕੁ ਮਤ ਬੁੱਧੀ ਅਰਦਾਸ ਕਰਿਓ ਕਿ ਗੁਰੂ ਨਾਨਕ ਸਾਹਿਬ ਸਾਨੂੰ ਮਤ ਬੁੱਧੀ ਬਖਸ਼ ਦੇਣ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।